ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਵਿਜੇ ਲੇਟ ਹੋਈ ਪਰ ਕੁਛ ਲੈ ਕੇ ਤਾਂ ਆ ਰਹੇ, ਠੀਕ ਲੈ ਕੇ ਆ ਰਹੇ ਤੇ ਉਹ ਤਾਂ ਉਦੋਂ ਚੌਕਣਾ ਸਵਾਦ ਹੋਊਗਾ। ਰੋਲ ਵਾਲਾ ਥੋੜ੍ਹਾ ਜਿਹਾ ਮੈਨੂੰ ਸੌਖਾ ਲੱਗਦਾ ਹੁੰਦਾ ਵੀ ਆਪਦਾ ਬੋਝ ਹੀ ਨਹੀਂ ਕੋਈ, ਗਏ ਜਿਵੇਂ ਉਹ ਕਰਾ ਲੈਣਗੇ ਉਵੇਂ ਕਰ ਦਿਆਂਗੇ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਪ੍ਰਿੰਸ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਵਧੀਆ ਵਧੀਆ। ਤੇ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾਂ ਵੈਬ ਸੀਰੀਜ਼ ਤਾਂ ਲੋਕਾਂ ਨੇ ਬਹੁਤ ਰੌਣਕ ਨਾਲ ਦੇਖੀ, ਬਹੁਤ ਮਜ਼ੇ ਨਾਲ ਦੇਖੀ ਤੇ ਇੰਨੀ ਉਡੀਕ ਕਰਾਈ ਤੁਸੀਂ ਮੂਵੀ ਦੇ ਲਈ, ਹੁਣ ਫਾਈਨਲੀ ਵਾਰਨਿੰਗ ਆ ਰਹੀ, ਕਿੰਨੀ ਕੁ ਵਾਰਨਿੰਗਾਂ ਮਿਲੀਆਂ ਲੋਕਾਂ ਕੋਲ? ਬਹੁਤ ਬਹੁਤ ਕਹਿੰਦੇ ਸੀ ਬਾਈ ਲੇਟ ਕਰਤਾ, ਐਂ ਕਿਉਂ ਕਰੀ ਜਾਂਦੇ ਆ, ਐਂ ਕਰੋ। ਪਰ ਜਿੱਦਾਂ ਇਹ ਟ੍ਰੇਲਰ ਆਇਆ ਉਦੋਂ ਸਾਰੇ ਜਣੇ ਨੇ ਕਿਹਾ ਵੀ ਹਾਂ ਯਾਰ ਚਲੋ, ਵੀ ਜੇ ਲੇਟ ਹੋਈ ਪਰ ਕੁਛ ਲੈ ਕੇ ਤਾਂ ਆ ਰਹੇ, ਠੀਕ ਲੈ ਕੇ ਆ ਰਹੇ। ਤੇ ਜਿਵੇਂ ਆਪਾਂ ਗੱਲ ਕਰੇ ਟ੍ਰੇਲਰ ਦੀ, ਬਹੁਤ ਹੀ ਸੋਹਣਾ ਟ੍ਰੇਲਰ ਤੇ ਜਿਹੜਾ ਇੱਕ ਸਰਪ੍ਰਾਈਜ਼ ਐਲੀਮੈਂਟ ਗਿੱਪੀ ਪਸਰ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਉਹਨਾਂ ਦੀ ਲੁੱਕ ਬਾਰੇ, ਇਹ ਕਿਹਦੀ ਸਲਾਹ ਸੀ? ਇਹ ਡਾਇਰੈਕਟਰ ਦੀ ਸਲਾਹ ਸੀਗੀ, ਸਾਡੇ ਜਿਹੜੇ ਰਾਈਟਰ ਨੇ ਉਹਨਾਂ ਦੀ ਸਲਾਹ ਸੀਗੀ? ਨਹੀਂ, ਰਾਈਟਰ ਤਾਂ ਗਿੱਪੀ ਬਾਈ ਜੀ ਆ, ਇਹ ਅਮਰਵੀਰੇ ਦੀ ਸੀ, ਡਾਇਰੈਕਟਰ ਦੀ ਸੀ। ਉਹਨਾਂ ਦਾ ਪਲਾਨ ਸੀਗਾ ਵੀ ਇੱਦਾਂ ਕੱਟ, ਇੱਦਾਂ ਆਏ ਆਏ, ਇੱਦਾਂ ਕੀਤਾ ਜਾਵੇ, ਐਂ ਬਣਾਈਏ ਬਾਈ ਨੂੰ, ਵਾਲ ਛੋਟੇ ਛੋਟੇ ਹੋਣ, ਉਹ ਡਾਇਰੈਕਟਰ ਸਾਹਿਬ ਦੀ ਸੀ। ਅਤੇ ਜੇ ਵੈਬ ਸੀਰੀਜ਼ ਦੀ ਗੱਲ ਕਰੀਏ ਸਰ, ਯੂਟਿਊਬ 'ਤੇ ਆਈ ਸੀਗੀ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨੈੱਟਫਲਿਕਸ ਹੋ ਗਏ, ਪ੍ਰਾਈਮ ਹੋ ਗਏ, ਬਹੁਤ ਸਾਰੇ ਓ ਟੀ ਟੀ ਪਲੈਟਫੋਰਮਸ ਨੇ ਅਤੇ ਦੁਨੀਆ ਭਰ ਦੀ ਵੈਬ ਸੀਰੀਜ਼ ਅਸੀਂ ਉੱਥੇ ਦੇਖਣ ਨੂੰ ਮਿਲਦੇ। ਹੁਣ ਚੌਪਾਲ ਆਇਆ ਪੰਜਾਬ ਦੇ ਵਿੱਚ ਆਪਣਾ ਓ ਟੀ ਟੀ ਲੈ ਕੇ, ਅਤੇ ਜਿਹੜਾ ਵੈਬ ਸੀਰੀਜ਼ ਦਾ ਇੱਕ ਟ੍ਰੈਂਡ ਸੀਗਾ, ਇੱਕ ਜਿਹੜਾ ਉਹ ਤੁਸੀਂ ਸ਼ੁਰੂ ਕੀਤਾ ਕਿ ਇੰਨਾ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਪੰਜਾਬ ਦੀ ਵੈਬ ਸੀਰੀਜ਼ ਨੂੰ, ਇੱਕ ਮਤਲਬ ਇੱਕ ਕਾਇਆ ਪਲਟ ਹੋਈ ਹੈ ਵਾਰਨਿੰਗ ਜਦ ਆਈ ਸੀਗੀ? ਉਹ ਅਸਲ 'ਚ ਕੰਟੈਂਟ ਦੀ ਗੱਲ ਹੁੰਦੀ, ਕਹਾਣੀ ਦੀ, ਗਿੱਪੀ ਬਾਈ ਜੀ ਨੇ ਕਹਾਣੀ ਉੱਦਾਂ ਦੀ ਲਿਖੀ, ਉਹਦੇ 'ਤੇ ਫਿਰ ਅਮਰ ਨੇ ਮਿਹਨਤ ਇੰਨੀ ਕੀਤੀ ਅਤੇ ਜਿਹੜੇ ਆਰਟਿਸਟ ਸੀ, ਧੀਰਾ ਵੀਰਾ ਹੋ ਗਿਆ, ਇਰਵਿਨ ਕੁੜੀ ਆ, ਹੋਰ ਸਾਰੇ ਜਣੇ, ਇਹਦਾ ਕ੍ਰੀਏਟਿਵ ਡਾਇਰੈਕਟਰ ਗੁਰਜੰਟ, ਉਹ ਸਾਰਿਆਂ ਨੇ, ਅਤੇ ਅਸੀਂ ਇਨਵੋਲਵ ਹੋ ਗਏ ਬਹੁਤ ਉਹਦੇ 'ਚ। ਔਰ ਸਾਡੇ ਸਾਰਿਆਂ ਲਈ ਇਹ ਵੀ ਸੀਗਾ ਵੀ ਇੱਕ ਜੇ ਮੌਕਾ ਮਿਲ ਰਿਹਾ ਤਾਂ ਇਹ 'ਤੇ ਹੁਣ ਜਿੰਦ ਜਾਨ ਛਿੜਕ ਦਿਓ ਵੀ ਕੁਛ ਹੋ ਜੇ। ਔਰ ਉਹ ਜਿਹੜਾ ਆਡੀਅੰਸ ਨੂੰ ਨੇ ਪ੍ਰਵਾਨ ਕਰ ਲਈ, ਉਹਨਾਂ ਨੂੰ ਵਧੀਆ ਲੱਗਿਆ ਵੀ ਹਾਂ ਠੀਕ ਹੈ, ਬਹੁਤ ਪਿਆਰ ਦਿੱਤਾ। ਫਿਰ ਵੀ ਵੈਬ ਸੀਰੀਜ਼ ਰੱਖੀਏ ਕਿ ਫਿਲਮ? ਫਿਰ ਜਦੋਂ ਇਹ ਹਿਸਾਬ ਕਿਤਾਬ ਆਇਆ ਫਿਰ ਸਾਰੇ ਕਹਿੰਦੇ ਵੀ ਥੋਟ ਇੱਦਾਂ ਦਾ, ਮਾਹੌਲ ਇੱਦਾਂ ਦਾ ਵੀ ਚਲੋ ਅਸੀਂ ਉਨਾ ਕੁ ਤਾਂ ਦੇਖ ਲਿਆ ਜੀ, ਫਿਲਮ ਬਣਾ ਲਓ। ਫਿਰ ਬਸ ਉਹ ਫਿਲਮ ਦਾ ਹੋ ਗਿਆ। ਅਤੇ ਜਿਸ ਕਿਰਦਾਰ ਕਰੈਕਟਰ ਦੀ ਗੱਲ ਕੀਤੀ ਹੈ ਤਾਂ ਬਹੁਤ ਹੀ ਇੱਕ ਯੂਨੀਕਨੈਸ ਹੈਗੀ ਹੈ ਕਿ ਇੱਕ ਹੀਰੋ ਦੇ ਵਿੱਚ ਇੱਕ ਵਿਲਨ ਹੈ ਅਤੇ ਇੱਕ ਵਿਲਨ ਦੇ ਵਿੱਚ ਇੱਕ ਹੀਰੋ ਆ, ਤਾਂ ਬਹੁਤ ਹੀ ਸੋਹਣੇ ਕਿਰਦਾਰ। ਅਤੇ ਜੇ ਅਸੀਂ ਡਾਇਲੋਗ ਦੀ ਗੱਲ ਕਰੀਏ, ਵੈਬ ਸੀਰੀਜ਼ ਦੇ ਡਾਇਲੋਗ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਸੰਦ ਆਏ ਸੀ, ਲੋਕਾਂ ਦੀ ਜ਼ੁਬਾਨ 'ਤੇ ਸੀਗੇ, ਅਤੇ ਹੁਣ ਮੂਵੀ ਆ, ਮੂਵੀ 'ਤੇ ਐਕਸਪੈਕਟੇਸ਼ਨਸ ਤਾਂ ਹੈਗੀਆਂ, ਪਰ ਜੇ ਆਪਾਂ ਕਿਰਦਾਰਾਂ ਦੀ ਗੱਲ ਕਰੀਏ ਤਾਂ ਉਵੇਂ ਦੀ ਹੀ ਇੱਕ ਜਿਹੜੀ ਕੰਸਿਸਟੈਂਸੀ ਉਹ ਮੇਨਟੇਨ ਰਹਿਣ ਵਾਲੀ ਆ? ਹਾਂ, ਉਹ ਉੱਦਾਂ ਹੀ ਰਹੂਗਾ, ਕਿਉਂਕਿ ਡਾਇਲੋਗ ਦੀ ਡਿਊਟੀ ਵੈਬ ਸੀਰੀਜ਼ ਦੀ ਵੀ ਮੇਰੀ ਲੱਗੀ ਹੋਈ ਸੀ ਅਤੇ ਫਿਲਮ ਦੀ ਵੀ ਮੇਰੀ ਲੱਗੀ ਹੋਈ, ਅਤੇ ਉਹ ਤਾਂ ਉਦੋਂ ਚੌਕਣਾ ਸਵਾਦ ਹੋਊਗਾ, ਡਾਇਲਾਗਾਂ 'ਚ ਤਾਂ ਬੇਫਿਕਰ ਹੋ ਜਾਏ। ਪਰ ਜਦੋਂ ਆਪਾਂ ਇੱਕ ਬੈਰੀਅਰ ਦੀ ਗੱਲ ਕਰੀਏ, ਜਦੋਂ ਆਪਾਂ ਸਿਨੇਮਾ 'ਤੇ ਆਉਂਦੇ ਥੋੜ੍ਹਾ ਸੈਂਸਰ ਬੋਰਡ ਦੇ ਬੈਰੀਅਰਸ ਹੁੰਦੇ, ਪਰ ਜੇ ਆਪਾਂ ਯੂਟਿਊਬ 'ਤੇ ਜਾਂ ਆਪਾਂ ਓ ਟੀ ਟੀ ਪਲੈਟਫੋਰਮਸ ਦੀ ਗੱਲ ਕਰੀਏ, ਤੁਹਾਨੂੰ ਥੋੜ੍ਹੀ ਜਿਹੀ ਛੁੱਟ ਹੁੰਦੀ ਆ ਕਿ ਤੁਸੀਂ ਡਾਇਲੋਗ ਨੂੰ ਕਿਸ ਤਰੀਕੇ ਨਾਲ ਲਿਖਣਾ ਜਾਂ ਕਿਸ ਤਰੀਕੇ ਨਾਲ ਬੋਲਣਾ ਆ, ਤਾਂ ਉਹ ਥੋੜ੍ਹਾ ਜਿਹਾ ਡਿਫੀਕਲਟ ਸੀਗਾ? ਹਾਂ, ਉਹ ਤਾਂ ਫਿਰ ਧਿਆਨ ਰੱਖਣਾ ਹੀ ਪਊਗਾ, ਕਿਉਂਕਿ ਵੈਬ ਸੀਰੀਜ਼ ਦਾ ਜਾਂ ਓ ਟੀ ਟੀ ਦਾ ਸੈਲਫ ਸੈਂਸਰ ਹੁੰਦਾ, ਉਹ ਫਿਰ ਸਾਰਾ ਕੁਛ ਚੱਲਦਾ, ਉਹਨਾਂ ਦਾ ਸੈਲਫ ਸੈਂਸਰ ਹੈ, ਇਹਦੇ 'ਚ ਫਿਰ ਤੁਹਾਨੂੰ ਕੀਤਾ ਜਾਂਦਾ। ਇਹਦੇ 'ਚ ਅਸੀਂ ਸਾਰਾ ਧਿਆਨ ਰੱਖਿਆ ਵੀ ਗਾਲਾਂ ਉਸ ਹਿਸਾਬ ਨਾਲ ਨਾ ਕੱਢੀਆਂ ਜਾਣ, ਔਰ ਉਹਦੇ 'ਚ ਇਹਦੇ 'ਚ ਕਾਫੀ ਕੁਛ ਹੁੰਦਾ ਵੀ ਤੁਸੀਂ ਜਿੰਨੀਆਂ ਵੀ ਸੈਂਸਰ ਦੀਆਂ ਹੁੰਦੀਆਂ ਉਹਨੂੰ ਧਿਆਨ ਰੱਖ ਕੇ ਹੀ ਕੀਤਾ ਗਿਆ ਵੀ ਜਿਹੜੀਆਂ ਫੈਮਿਲੀਜ਼ ਵੀ ਆਉਣਗੀਆਂ ਹੋਰ ਸਾਰਾ ਹੋਊਗਾ, ਅਤੇ ਜਿਹੜਾ ਓ ਟੀ ਟੀ ਆ ਉਹ ਚਲੋ ਵੀ ਮੁੰਡੇ ਯੂਥ ਕੁੜੀਆਂ ਹੋਰ ਸਾਰੇ ਦੇਖਦੇ ਕਰਦੇ ਆ, ਇਹਦੇ ਨਾਲ ਇੱਕ ਪਰਿਵਾਰਕ ਮਾਹੌਲ ਵੀ ਰਹੇ। ਪਰ ਜਿਹੜਾ ਸਾਡਾ ਸੀਗਾ ਆਪਣਾ ਫਸਟ ਐਪੀਸੋਡ ਸੀਗਾ ਉਹ ਤਕਰੀਬਨ ਦੂਜਾ ਵੀ ਜਿਹੜੀ ਵੈਬ ਸੀ ਉਹ ਪਰਿਵਾਰਾਂ 'ਚ ਵੀ ਬਹੁਤ ਦੇਖੀ ਗਈ ਹੈ। ਹਾਂ, ਕੋਈ ਉਹਦੇ 'ਚ ਇਹ ਨਹੀਂ ਸੀਗਾ ਵੀ ਬਹੁਤ ਔੜ ਗਾਲਾਂ ਕੱਢੀਆਂ ਗਈਆਂ ਜਾਂ ਉੱਦਾਂ ਦਾ, ਰੈਗੂਲਰ ਹੀ ਸੀ, ਕੋਈ ਐਡਾ ਉਹ ਨਹੀਂ ਸੀ। ਬੀਇੰਗ ਅ ਡਾਇਲੋਗ ਰਾਈਟਰ, ਤੁਹਾਨੂੰ ਥੋੜ੍ਹਾ ਬੈਰੀਅਰ ਲੱਗਦਾ ਕਿ ਜਿਵੇਂ ਆਪਾਂ ਯੂਟਿਊਬ 'ਤੇ ਜਾਂ ਕਿਸੇ ਓ ਟੀ ਟੀ 'ਤੇ ਆਪਾਂ ਲਿਖਦੇ ਹਾਂ
ਉੱਥੇ ਵੀ ਤਾਂ ਲੋਕ ਦੇਖ ਹੀ ਰਹੇ ਨੇ ਤੇ ਸਿਨੇਮਾਜ਼ ਦੇ ਉੱਤੇ ਇੱਕ ਬੈਰੀਅਰ ਜਿਹਾ ਲਾ ਦਿੱਤਾ ਜਾਂਦਾ ਤਾਂ ਤੁਹਾਨੂੰ ਲੱਗਦਾ ਕਿ ਉਹ ਖੂਬਸੂਰਤੀ ਉਸ ਚੀਜ਼ ਦੀ ਭਾਵੇਂ ਉਹ ਕੋਈ ਵਰਡਿੰਗਸ ਹੋਵੇ ਭਾਵੇਂ ਕੋਈ ਕਿਰਦਾਰ ਦਾ ਇੱਕ ਖੂਬਸੂਰਤ ਵੇ ਹੁੰਦਾ ਆਪਣੇ ਆਪ ਨੂੰ ਬਿਆਨ ਕਰਨ ਦਾ ਹੁਣ ਜੇ ਕੋਈ ਗੁੱਸੇ ਨਾਲ ਕੁਛ ਕਹਿ ਰਿਹਾ ਜਾਂ ਕਿਸੇ ਨੂੰ ਧਮਕਾ ਰਿਹਾ ਉਹਦਾ ਇੱਕ ਢੰਗ ਹੁੰਦਾ ਬੋਲਣ ਦਾ ਬਟ ਸਿਨੇਮਾ 'ਚ ਆ ਕੇ ਜਦੋਂ ਇਹ ਬੈਰੀਅਰ ਲੱਗਦੇ ਆ ਤਾਂ ਥੋੜ੍ਹੀ ਜਿਹੀ ਉਹਦੀ ਬਿਊਟੀ ਘੱਟਦੀ ਆ ਉਸ ਚੀਜ਼ 'ਚ ਨਹੀਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਘੱਟਦੀ ਆ ਜੇ ਤੁਸੀਂ ਡਾਇਲੋਗ ਲਿਖਦੇ ਆ ਤਾਂ ਜ਼ਰੂਰੀ ਥੋੜ੍ਹੀ ਆ ਵੀ ਤੁਸੀਂ ਗੱਲ ਉਹ ਗਾਲ 'ਚ ਹੀ ਕਹੋਗੇ ਡਾਇਰੈਕਟ ਗਾਲ ਕੱਢ ਕੇ ਕਹੋਗੇ ਤੁਹਾਡੇ ਕੋਲ ਹੋਰ ਸ਼ਬਦ ਬਥੇਰੇ ਹੈਗੇ ਆ ਹੋਰ ਸ਼ਬਦ ਬਹੁਤ ਹੈਗੇ ਆ ਤੁਸੀਂ ਸ਼ਬਦਾਂ ਨੂੰ ਰੈਗੂਲਰ ਕਰਕੇ ਉਹ ਕਰੋ ਇੱਕ ਗੱਲ ਦਾ ਇੱਕੋ ਹੀ ਮਤਲਬ ਥੋੜ੍ਹੀ ਆ 25 ਮਤਲਬ ਹੁੰਦੇ ਆ ਵੀ ਉਹ ਉਵੇਂ ਕਰਕੇ ਉਹਨੂੰ ਕਰ ਦਿਓ ਕੋਈ ਮੈਨੂੰ ਨਹੀਂ ਲੱਗਦਾ ਇਹ ਹੈਗਾ ਸਾਨੂੰ ਦੇਖੋ ਜੋ ਬਣੀਆਂ ਗੱਲਾਂ ਉਹਨਾਂ ਦੇ ਅਨੁਸਾਰ ਚੱਲਣਾ ਵੀ ਚਾਹੀਦਾ ਜੇ ਅਸੀਂ ਨਹੀਂ ਚੱਲਾਂਗੇ ਤਾਂ ਫਿਰ ਸਾਰਾ ਕੁਝ ਸਿਸਟਮ ਹਿੱਲ ਜੂਗਾ ਹਾਂ ਡਿਫਿਕਲਟ ਕੀ ਲੱਗਦਾ ਐਕਟਿੰਗ ਜਾਂ ਡਾਇਲੋਗ ਰਾਈਟਿੰਗ ਕਿਹੜਾ ਜਿਹੜਾ ਔਖਾ ਕੰਮ ਸੀਗਾ ਮੂਵੀ 'ਚ ਮੈਨੂੰ ਰਾਈਟਿੰਗ ਜ਼ਿਆਦਾ ਲੱਗਦੀ ਆ ਔਖੀ ਕਿਉਂਕਿ ਇੱਕ ਹੁੰਦਾ ਵੀ ਤੁਸੀਂ ਉਵੇਂ ਹੀ ਚੱਲਦੇ ਪਏ ਵੀ ਲਿਖਦੇ ਹੀ ਆ ਤਾਂ ਫਿਰ ਰੂਟੀਨ ਬਣ ਜਾਂਦਾ ਮੈਂ ਰੋਲ ਵੀ ਕਰਦਾ ਲਿਖਦਾ ਵੀ ਹਾਂ ਔਰ ਰੋਲ ਵਾਲਾ ਥੋੜ੍ਹਾ ਜਿਹਾ ਮੈਨੂੰ ਸੌਖਾ ਲੱਗਦਾ ਹੁੰਦਾ ਵੀ ਆਪਦਾ ਬੋਝ ਹੀ ਨਹੀਂ ਕੋਈ ਗਏ ਜਿਵੇਂ ਉਹ ਕਰਾ ਲੈਣਗੇ ਉਵੇਂ ਕਰ ਦਿਆਂਗੇ ਲਿਖਣ ਵਾਲਾ ਕਾਫੀ ਬਹੁਤ ਜ਼ਿਆਦਾ ਔਖਾ ਇਸ ਕਿਰਦਾਰ ਦੀ ਗੱਲ ਕਰੀਏ ਜਿਹੜਾ ਤੁਹਾਡਾ ਕਿਰਦਾਰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਅਤੇ ਲੋਕ ਮਿਮਿਕ ਵੀ ਕਰਦੇ ਸੀ ਜਿਵੇਂ ਯਾਰਾਂ ਦੋਸਤਾਂ 'ਚ ਬੈਠ ਕੇ ਇੱਕ ਦੂਜੇ ਨੂੰ ਧਮਕੀਆਂ ਦੇ ਦਿੱਤੀਆਂ ਨਾ ਤੁਹਾਡੇ ਵੇ ਦੇ ਵਿੱਚ ਤਾਂ ਕਿੰਨੀ ਕੁ ਐਪਰੀਸੀਏਸ਼ਨ ਮਿਲੀ ਸੀਗੀ ਇਸ ਚੀਜ਼ ਨੂੰ ਲੈ ਕੇ ਇਟਸ ਬਿਨ ਆ ਜਰਨੀ ਪ੍ਰਿੰਸ ਜੀ ਅਤੇ ਹੁਣ ਜਦ ਵਾਰਨਿੰਗ ਵੈਬ ਸੀਰੀਜ਼ ਆਈ ਸੀਗੀ ਜਿਵੇਂ ਮੈਂ ਕਿਹਾ ਕਿ ਵੈਬ ਸੀਰੀਜ਼ ਨੇ ਇੱਕਦਮ ਹਿਲਾ ਕੇ ਰੱਖਤਾ ਕਿਉਂਕਿ ਪਹਿਲਾਂ ਕਦੇ ਇੱਦਾਂ ਦਾ ਕੁਛ ਦੇਖਣ ਨੂੰ ਹੀ ਨਹੀਂ ਮਿਲਿਆ ਸੀਗਾ ਅਤੇ ਤੁਹਾਡੇ ਲਈ ਇੱਕ ਪਰਸਨਲ ਕੀ ਐਕਸਪੀਰੀਅੰਸ ਸੀਗਾ ਜਦੋਂ ਲੋਕਾਂ ਤੋਂ ਇੰਨਾ ਪਿਆਰ ਮਿਲ ਰਿਹਾ ਮਜ਼ਾ ਆ ਰਿਹਾ ਸੀ ਚੰਗਾ ਲੱਗ ਰਿਹਾ ਸੀ ਔਰ ਬਾਈ ਗਿੱਪੀ ਬਾਈ ਜੀ ਨੇ ਇੰਨਾ ਫੇਥ ਕੀਤਾ ਹੈ ਨਾ ਇੰਨਾ ਹੁਲਾਰਾ ਦਿੱਤਾ ਸਾਡੀ ਅਸੀਂ ਸਾਰੇ ਹੀ ਨਵੀਂ ਸੀਗੇ ਅਤੇ ਅਮਰ ਦਾ ਪਹਿਲਾ ਪ੍ਰੋਜੈਕਟ ਸੀ ਮੇਰਾ ਬਤੌਰ ਲੀਡ ਪਹਿਲਾ ਸੀ ਹੈ ਨਾ ਅਤੇ ਉਹ ਚੰਗਾ ਲੱਗਿਆ ਵਧੀਆ ਲੱਗ ਰਿਹਾ ਸੀ ਸਵਾਦ ਆ ਰਿਹਾ ਸੀ ਮਾਹੌਲ ਜੋ ਸੋਚਦੇ ਸੀ ਉਹ ਉੱਧਰ ਨੂੰ ਚੱਲ ਰਹੇ ਸੀ ਹਾਂ ਵੀ ਉਹ ਦਿਖਣ ਲੱਗ ਗਿਆ ਵੀ ਹਾਂ ਬਾਈ ਧੀਰਜ ਨੇ ਤਾਂ ਬਹੁਤ ਕੁਛ ਕਿਹਾ ਡਾਇਰੈਕਟਰ ਬਾਰੇ ਕਿ ਉਹ ਬਹੁਤ ਹੀ ਫੋਕਸਡ ਹੋ ਕੇ ਆਉਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਤੁਹਾਡਾ ਕਿਵੇਂ ਐਕਸਪੀਰੀਅੰਸ ਹੈਗਾ ਅਮਨ ਦਾ ਅਸਲ 'ਚ ਮੈਂ ਡਾਇਲੋਗ 'ਤੇ ਮੇਰੀ ਡਿਊਟੀ ਲੱਗੀ ਸੀ ਅਤੇ ਫਿਰ ਜਦੋਂ ਬਾਈ ਜੀ ਨੇ ਕਿਹਾ ਤਾਂ 3-4 ਮਹੀਨੇ ਮੈਂ ਅਤੇ ਅਮਰ ਤਾਂ ਇਕੱਠੇ ਹੀ ਹੁੰਦੇ ਸੀ ਔਰ ਅਮਰ ਦੇ ਨਾਲ ਮੇਰਾ ਪਿਆਰੇ ਦੀ ਪਹਿਲੀ ਫਿਲਮ ਇਹਨੇ ਬਤੌਰ ਅਸਿਸਟੈਂਟ ਕੀਤੀ ਸੀ ਤੂਫਾਨ ਸਿੰਘ ਮੈਂ ਉਹਦੇ 'ਚ ਰੋਲ ਕੀਤਾ ਸੀ ਉਹ ਬੰਦਾ ਬਿਲਕੁਲ ਬਹੁਤ ਮਿਹਨਤੀ ਔਰ ਪ੍ਰੋਪਰ ਆਪਦਾ ਕੰਮ ਕਰਕੇ ਇਸੇ ਲਈ ਤਾਂ ਉਹ ਹੁਣ ਇੱਕ ਪ੍ਰੋਜੈਕਟ ਦੀ ਹੋਰ ਚੱਲਦੀ ਪਈ ਸੀ ਬਾਈ ਜੀ ਨੇ ਡਿਊਟੀ ਲਾਈ ਸੀ ਅਤੇ ਅਸੀਂ ਸ਼ੁਰੂ ਹੋਏ ਵੇ ਹਾਂ ਬੈਠਣੇ ਵੀ ਉਹ 3-4 ਮਹੀਨੇ ਬਹਿੰਦਾ ਫਿਰ ਮੇਰੇ ਨਾਲ ਬਹਿ ਗਿਆ ਜਦੋਂ ਤੀਕਰ ਉਹਦੇ ਉੱਤਰ ਦੀ ਨਹੀਂ ਗੱਲ ਉਦੋਂ ਤੀਕਰ ਫਿਰ ਉਹ ਜਾਂਦਾ ਨਹੀਂ ਸੈੱਟ 'ਤੇ ਨਹੀਂ ਜਾਂਦਾ ਜੇ ਅਸੀਂ ਗੱਲ ਕਰੀਏ ਜਿਵੇਂ ਗੱਲ ਕਲਚਰ ਦੀ ਕਈ ਵਾਰੀ ਹੁੰਦਾ ਆ ਕਿ ਲੋਕ ਬੋਲਣ ਲੱਗ ਜਾਂਦੇ ਕਿ ਨਹੀਂ ਜੀ ਇਹ ਗਲਤ ਹੈ ਇਹ ਸਾਡੇ ਯੂਥ ਨੂੰ ਗਲਤ ਤਰੀਕੇ ਨਾਲ ਇਨਫਲੂਐਂਸ ਕਰੂਗਾ ਬਟ ਬੀਇੰਗ ਅਨ ਆਡੀਅੰਸ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਵੀ ਚੀਜ਼ ਜਦ ਤੱਕ ਸਾਡੇ ਸਾਹਮਣੇ ਨਾ ਹੋਈ ਵੀ ਕਿਸੇ ਗਾਣਿਆਂ ਦੇ ਨਾਲ ਜਾਂ ਮੂਵੀਆਂ ਤੋਂ ਇਨਫਲੂਐਂਸ ਹੁੰਦੇ ਆ ਤਾਂ ਤੁਹਾਡਾ ਕੀ ਓਪੀਨੀਅਨ ਰਹਿੰਦਾ ਜਦੋਂ ਲੋਕ ਕਹਿੰਦੇ ਕਿ ਨਹੀਂ ਜੀ ਤੁਸੀਂ ਐਵੇਂ ਦਾ ਕੰਮ ਨਾ ਕਰੋ ਇਹ ਯੂਥ 'ਤੇ ਗਲਤ ਅਸਰ ਪਾਉਂਦਾ ਹੈ ਦੇਖੋ ਅਸਰ ਹਰ ਗੱਲ ਕਰਦੀ ਹੈ ਉਹ ਅਸਰ ਲੈਣ ਵਾਲੇ 'ਤੇ ਜਿਹਨੇ ਹੁਣ ਧਾਰਿਆ ਜਿਹਦਾ ਦਿਮਾਗ ਉੱਧਰ ਨੂੰ ਚੱਲਦਾ ਉਹ ਉਵੇਂ ਹੀ ਕਰਦਾ ਜਿਵੇਂ ਮੇਰੀ ਸ਼ੋਪ ਦੇ ਉੱਤੇ ਮੇਰੀ ਦੁਕਾਨ ਸੀਗੀ ਅਤੇ ਦੋ ਕੁੜੀਆਂ ਆਈਆਂ ਦੋਨੇ ਭੈਣਾਂ ਸੀ ਇੱਕ ਪੋਸਟਰ ਲੱਗਿਆ ਹੋਇਆ ਸੀ ਅਤੇ ਟੌਪ ਪਾਇਆ ਹੋਇਆ ਸੀ ਇੱਕ ਜਣੀ ਤਾਂ ਕਹਿੰਦੀ ਵੀ ਦੇਖ ਪੋਸਟਰ ਕਿਹੋ ਜਿਹਾ ਲਾਇਆ ਪ੍ਰਿੰਸੇ ਨੂੰ ਦੂਜੀ ਕਹਿੰਦੀ ਐਮਬਰਾਇਡਰੀ ਬੜੀ ਕਮਾਲ ਦੀ ਆ ਹੁਣ ਆਪਾਂ ਕਿਹੜੀ ਚੀਜ਼ ਨੂੰ ਲੈਂਦੇ ਕਿਵੇਂ ਹਾਂ ਉਹ ਗੱਲ ਹੈ ਨਾ ਇਹ ਜ਼ਰੂਰੀ ਥੋੜ੍ਹੀ ਆ ਵੀ ਜੇ ਪੋਸਟਰ 'ਤੇ ਪਸਤੌਲ ਦਿਖਾਇਆ ਹੋ ਸਕਦਾ ਉਹ ਹੋਲੀ ਵਾਲਾ ਹੋਵੇ ਪਚਕਾਰੀ ਵਾਲਾ ਹੋਵੇ ਫਿਲਮ ਦੇਖ ਕੇ ਪਤਾ ਲੱਗੂਗਾ ਉਹ ਮਾਹੌਲ ਤੁਹਾਡਾ ਕਿਹੜਾ ਸਭ ਤੋਂ ਫੇਵਰੇਟ ਪਾਰਟ ਰਿਹਾ ਮੂਵੀ ਦਾ ਭਾਵੇਂ ਜਦ ਤੁਸੀਂ ਨਿਭਾ ਰਹੇ ਸੀਗੇ ਜਾਂ ਤੁਸੀਂ ਲਿਖ ਰਹੇ ਸੀਗੇ ਤੁਹਾਡਾ ਸਭ ਤੋਂ ਕਿਹੜਾ ਫੇਵਰੇਟ ਪਾਰਟ ਸੀਗਾ ਨਹੀਂ ਮੈਨੂੰ ਸਾਰੇ ਪਸੰਦ ਮੈਨੂੰ ਤਾਂ ਇੱਕ ਇੱਕ ਸ਼ੋਟ ਇੱਕ ਇੱਕ ਸੀਨ ਮੈਨੂੰ ਚੰਗਾ ਲੱਗਦਾ ਮੈਂ ਮਜ਼ਾ ਬਹੁਤ ਆਇਆ ਨਾ ਇਨਵੋਲਵ ਬਹੁਤ ਹੋ ਗਿਆ ਕਰੈਕਟਰ 'ਚ ਮੈਂ ਕੱਲ੍ਹ ਤਾਂ ਮੈਨੂੰ ਬਾਈ ਕਹਿੰਦੇ ਬਾਈ ਦਾ ਫੋਨ ਆਇਆ ਕਹਿੰਦੇ ਯਾਰ ਅੱਜ ਟੌਰ ਕੱਢ ਕੇ ਜਾਵੜੀ ਕੋਈ ਨਹੀਂ ਮੈਂ ਤਾਂ ਕੱਲ੍ਹ ਉੱਥੇ ਫਿਰਦੇ ਮੇਰੇ ਚੱਪਲਾਂ ਉਹੀ ਪਾਈਆਂ ਹੋਈਆਂ ਸੀ ਅਸੀਂ ਜਲੰਧਰ ਗਏ ਸੀ ਮੈਂ ਚੱਪਲਾਂ ਪਾ ਕੇ ਉਵੇਂ ਹੀ ਗਿਆ ਪੰਮਾ ਟਾਈਪ ਫੀਲਿੰਗ ਲੈ ਕੇ
ਮੈਨੂੰ ਤਾਂ ਸਾਰਾ ਹੀ ਵਧੀਆ ਲੱਗਿਆ। ਤੇ ਜੇ ਹੁਣ ਆ ਰਹੀ ਹੈ ਵਾਰਨਿੰਗ ਹੈ ਨਾ, ਕਿੰਨੀ ਉਡੀਕ ਸੀਗੀ ਲੋਕਾਂ ਨੂੰ ਤੇ ਇੰਨਾ ਪਿਆਰ ਵੀ ਜਿਵੇਂ ਵੈਬ ਸੀਰੀਜ਼ ਨੂੰ ਮਿਲਿਆ ਸੀ, ਹੁਣ ਚੌਪਾਲ ਆ ਗਿਆ ਤੇ ਬਹੁਤ ਸੋਹਣੀਆਂ ਸੋਹਣੀਆਂ ਪਿਕਚਰਾਂ, ਧੀਰਜ ਦੀਆਂ ਵੀ ਬਹੁਤ ਉਸ 'ਤੇ ਬਹੁਤ ਹੀ ਸੋਹਣਾ ਕੰਮ ਅਤੇ ਥੀਏਟਰ ਐਕਟਰਸ ਦਾ ਬਹੁਤ ਸੋਹਣਾ ਕੰਮ ਉਸ 'ਤੇ ਦਰਸਾਇਆ ਜਾ ਰਿਹਾ। ਅਤੇ ਜਿਸ ਤਰੀਕੇ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਚਾਹੇ ਬਾਲੀਵੁੱਡ ਹੋਵੇ ਚਾਹੇ ਬੋਲੀਵੁੱਡ ਹੋਵੇ, ਅੱਜ ਕੱਲ੍ਹ ਜੋ ਥੀਏਟਰ ਐਕਟਰਸ ਨੂੰ ਰਿਸਪੋਂਸ ਮਿਲ ਰਿਹਾ, ਜਿਸ ਤਰੀਕੇ ਦੀ ਉਹ ਪਿਕਚਰਾਂ ਕਰ ਰਹੇ ਨੇ ਅਤੇ ਆਡੀਅੰਸ ਵੱਲੋਂ ਸਪੈਸ਼ਲੀ ਜਿੱਦਾਂ ਦਾ ਰਿਸਪੋਂਸ ਮਿਲ ਰਿਹਾ, ਉਹ ਬਾਹ ਕਮਾਲ ਹੈ। ਕਿਉਂਕਿ ਲੋਕ ਦੇਖਣਾ ਚਾਹੁੰਦੇ ਉਹਨਾਂ ਨੂੰ ਐਜ਼ ਐਨ ਐਕਟਰ, ਇੱਕ ਮੂਵੀ ਇੱਦਾਂ ਦੀ ਪਰਫੋਰਮ ਕਰਦੇ ਹੋ ਜੋ ਬਿਲਕੁਲ ਹਟ ਕੇ ਹੋਵੇ, ਅਤੇ ਵਾਰਨਿੰਗ ਵੀ ਇੱਕ ਇੱਦਾਂ ਦਾ ਕੰਸੈਪਟ ਹੈ ਜੋ ਬਿਲਕੁਲ ਹਟ ਕੇ ਹੈ ਸਾਡੇ ਸਟੀਰੀਓਟਾਈਪ ਸਿਨੇਮਾ ਤੋਂ। ਮੇਰਾ ਧਿਆਨ ਕਿਤੇ ਹੋਰ ਜਾ ਵੜਿਆ ਸੀ ਕਿ ਜਿਹੜੇ ਥੀਏਟਰ ਐਕਟਰਸ ਆ ਰਹੇ ਨੇ ਹੁਣ ਮੂਵੀਜ਼ ਕਰ ਰਹੇ ਨੇ ਅਤੇ ਵਾਰਨਿੰਗ ਵੀ ਬਿਲਕੁਲ ਹਟ ਕੇ ਹੈ ਜਿਵੇਂ ਆਪਾਂ ਬਾਕੀ ਮੂਵੀਜ਼ ਦੇਖਦੇ ਹਾਂ, ਅਤੇ ਲੋਕ ਆਡੀਅੰਸ ਬਹੁਤ ਪਿਆਰ ਕਰ ਰਹੀ ਹੈ ਇਸ ਚੀਜ਼ ਨੂੰ, ਉਹ ਸਟੀਰੀਓਟਾਈਪ ਨੂੰ ਇੱਕ ਤੋੜ, ਬੈਰੀਅਰ ਜਿਹੜਾ ਟੁੱਟ ਰਿਹਾ ਉਹ ਥੀਏਟਰ ਐਕਟਰਸ ਵੀ ਤੋੜ ਰਹੇ ਨੇ ਅਤੇ ਆਡੀਅੰਸ ਵੀ ਤੋੜ ਰਹੀ ਹੈ, ਅਤੇ ਤੁਹਾਡਾ ਕੀ ਵਿਚਾਰ ਹੈ? ਨਹੀਂ, ਇਹ ਵਧੀਆ ਗੱਲ ਹੈ। ਅਸਲ 'ਚ ਜਿਹੜਾ ਪਿੱਛੇ ਜੇ ਲੋਕਡਾਊਨ ਹੋਇਆ ਨਾ, ਉਹਦੇ ਵਿੱਚ ਲੋਕਾਂ ਨੇ ਸਿਨੇਮਾ ਬਹੁਤ ਦੇਖ ਲਿਆ ਸਬ ਟਾਈਟਲ ਨਾਲ, ਉਹਦੇ ਨਾਲ ਨੈਟਫਲਿਕਸ, ਐਮਾਜ਼ੋਨ, ਉਹ ਆ, ਅਤੇ ਉਹ ਥੋੜ੍ਹੇ ਜਿਹੇ ਹੋਰ ਦਰਵਾਜ਼ੇ ਖੁੱਲ੍ਹ ਗਏ ਵੀ ਅਸਲ 'ਚ ਕੀ ਗੱਲ ਹੁੰਦੀ ਆ ਉਹ ਹੁੰਦੀ। ਇਸ ਲਈ ਹੁਣ ਸਾਨੂੰ ਬਹੁਤ ਸਾਰਿਆਂ ਨੂੰ ਜ਼ੋਰ ਲਾਉਣਾ ਪੈਣਾ, ਧਿਆਨ ਦੇਣਾ ਪੈਣਾ। ਆਡੀਅੰਸ ਹੁਣ ਜਿਹੜੀ ਚੀਜ਼ ਵਧੀਆ ਉਹਨੂੰ ਹੀ ਵਧੀਆ ਕਹਿੰਦੀ ਹੈ। ਅਤੇ ਫਿਰ ਅਸੀਂ ਹੁਣ ਐਕਸਪੈਕਟ ਕਰ ਰਹੇ ਕਿ ਵਾਰਨਿੰਗ ਦੇ ਹੋਰ ਵੀ ਪਾਰਟਸ ਆਉਣਗੇ, ਚਾਹੇ ਵੈਬ ਸੀਰੀਜ਼ ਹੈ ਕਿ ਮੂਵੀ ਦੇ ਥਰੂ ਹੋਈ। ਦੇਖੋ, ਜੇ ਪਹਿਲਾਂ ਵਾਰਨਿੰਗ ਆਈ ਸੀ ਯੂਟਿਊਬ 'ਤੇ, ਉਹ ਨੈੱਟ ਪੈਕ ਹੁੰਦਾ ਸੀ ਅਤੇ ਬਗੈਰ ਪੈਸਿਆਂ ਤੋਂ ਹੀ ਦੇਖੀ ਗਈ। ਹੁਣ ਲੱਗਣੇ ਆ ਪੈਸੇ, ਹੁਣ ਜਾਂ ਤਾਂ ਫਿਰ ਪੈਸੇ ਲਾ ਕੇ ਦੇਖਣਗੇ, ਫਿਰ ਹੀ ਪਤਾ ਲੱਗੂ ਵਧੀਆ ਬਣੀ ਕਿ ਨਹੀਂ, ਠੀਕ ਹੈ। ਅਤੇ ਜੇ ਰਿਸਪੋਂਸ ਵਧੀਆ ਦੇਣਗੇ, ਜਿਵੇਂ ਪਹਿਲਾਂ ਵੈਬ ਸੀਰੀਜ਼ ਨੂੰ ਦਿੱਤਾ, ਪੰਮੇ ਨੂੰ ਪਿਆਰ ਕੀਤਾ, ਸ਼ਿੰਦੇ ਨੂੰ ਪਿਆਰ ਕੀਤਾ, ਉਵੇਂ ਹੋਊਗਾ ਤਾਂ ਫਿਰ ਅਗਲਾ ਵੀ ਬਣ ਜੂਗਾ, ਅਤੇ ਨਹੀਂ ਫਿਰ ਠੀਕ ਹੈ। ਜੀ, ਹੋਰ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਹੁਣ ਲਾਈਨਡ ਅਪ ਨੇ? 28 ਜਨਵਰੀ ਨੂੰ ਹੈਗੀ ਆ ਪੋਸਤੀ, ਅਤੇ ਇੱਕ ਦੋ ਲਿਖੀ ਜਾਂਦਾ ਮੈਂ, ਬਾਕੀ ਤਾਂ ਵਾਰ ਨਹੀਂ, ਬਾਕੀ ਸਭ ਉਦੋਂ ਮੈਂ ਬੰਦ ਕਰਤਾ ਸੀ ਵੀ ਵਾਰਨਿੰਗ ਤੋਂ ਬਾਅਦ ਹੀ ਕੁਛ ਸੋਚਾਂਗੇ, ਵੀ ਹੁਣ ਦਰਸ਼ਕ ਹੀ ਦੱਸਣਗੇ ਵੀ ਮਿੱਤਰਾ ਤੂੰ ਗਾਂਹ ਕੰਮ ਕਰਨਾ ਕਿ ਵੀ ਨਹੀਂ, ਵੀ ਫਿਰ ਜਾ ਕੇ ਰੈਡੀਮੇਡ ਵਾਲੀ ਦੁਕਾਨ 'ਤੇ ਹੀ ਬਹਿਣਾ। ਅਤੇ ਹੁਣ ਵਾਰਨਿੰਗ ਕਾਫੀ ਮਿਲੀ ਸੀਗੀ ਲੋਕਾਂ ਤੋਂ, ਹੁਣ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਉਹਨਾਂ ਸਾਰਿਆਂ ਦੀ ਵਾਰਨਿੰਗ ਦਾ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਵੀ ਤੁਹਾਡੀ ਵਾਰਨਿੰਗ ਨੇ ਆਹ ਵਾਰਨਿੰਗ ਬਣਵਾ ਤੀ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਵੀ ਦਰਸ਼ਕਾਂ ਦੀ ਵਾਰਨਿੰਗ ਨੇ ਫਿਲਮ ਵਾਰਨਿੰਗ ਬਣਵਾ ਤੀ। ਹੁਣ 19 ਤਰੀਕ ਨੂੰ ਸਾਰੇ ਆਪਣੇ ਨੀਅਰ ਬਾਏ ਥੀਏਟਰ 'ਚ ਆਉਣ ਅਤੇ ਵਾਰਨਿੰਗ ਨੂੰ ਪਿਆਰ ਦੇਣ, ਤਾਂ ਕਿ ਸਾਨੂੰ ਹੋਰ ਪਾਰਟਸ ਦੇਖਣ ਨੂੰ ਮਿਲੇ। ਹੁਣ 3-4 ਦਿਨ ਹਜੇ ਪਏ ਆ ਅਤੇ ਪੈਸੇ ਜੋੜ ਲਓ, 200 ਤੋਂ 400 ਦੇ ਵਿੱਚ ਟਿਕਟ ਹੋਣੀ ਆ, ਚਾਹੇ ਮੂਹਰਲੀਆਂ ਸੀਟਾਂ 'ਤੇ ਬਹਿ ਕੇ ਹੀ ਦੇਖ ਆਇਓ, ਪਰ ਦੇਖ ਕੇ ਲਾਜ਼ਮੀ ਆਇਓ। ਇੱਕ ਫਿਲਮ ਨੂੰ ਜੇ ਤੁਸੀਂ 5 ਐਪੀਸੋਡ 'ਚ ਬਣਾ ਦਿਓ ਤਾਂ ਇੱਕ ਵੈਬ ਸੀਰੀਜ਼ ਬਣ ਜਾਊਗੀ, ਅਤੇ ਮੈਂ ਕਿਹਾ ਯਾਰ ਮੈਨੂੰ 2-3 ਦਿਨ ਦੀ ਬ੍ਰੇਕ ਦੇ ਦੇ ਵੀ ਮੈਂ ਉਸ ਤੋਂ ਬਾਅਦ ਫਿਰ ਆਪਾਂ ਸ਼ੁਰੂ ਕਰਾਂਗੇ। ਬਹੁਤ ਘੈਂਟ ਅਮਰ ਵੀਰਾ ਇੰਨਾ ਕੁ ਕਲੀਅਰ ਹੋ ਕੇ ਆਉਂਦਾ ਸੈੱਟ 'ਤੇ, ਡਿਟੇਲ ਵਰਕ, ਔਰ ਸਭ ਤੋਂ ਵਧੀਆ ਬਿਊਟੀ ਲੱਗਦੀ ਹੈ ਕਿ ਉਹਨੂੰ ਐਕਟਿੰਗ ਦਾ ਪਤਾ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ, ਅਤੇ ਆਪਣੇ ਫੋਨ 'ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਧੀਰਜ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ। ਤੇ ਫਾਈਨਲੀ ਵਾਰਨਿੰਗ ਆ ਗਈ, ਇੰਨੀ ਉਡੀਕ ਕਰ ਰਹੇ ਸੀਗੇ, ਵੈਬ ਸੀਰੀਜ਼ ਨੂੰ ਬਹੁਤ ਪਿਆਰ ਮਿਲਿਆ, ਬਟ ਕਹਿੰਦੇ ਯੂਟਿਊਬ ਤੋਂ ਜਦ ਆਪਾਂ ਚੀਜ਼ ਦੇਖਦੇ ਹਾਂ ਅਤੇ ਉਹ ਮੂਵੀ ਸਿਨੇਮਾ ਘਰਾਂ 'ਚ ਆਵੇ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ, ਅਤੇ ਆਫਟਰ ਕੋਵਿਡ ਇੰਨੀ ਲੰਮੀ ਉਡੀਕ ਦੇ ਬਾਅਦ ਫਾਈਨਲੀ ਸਿਨੇਮਾ ਘਰਾਂ 'ਚ ਆ ਰਹੀ ਹੈ ਅਤੇ ਲੋਕ ਹੁਣ ਦੇਖਣ ਆਉਣਗੇ, ਤਾਂ ਪਹਿਲਾਂ ਤਾਂ ਫੀਲਿੰਗ ਕਿਹੋ ਜਿਹੀ? ਫੀਲਿੰਗ ਬਹੁਤ ਘੈਂਟ ਆ ਜੀ, ਬਹੁਤ ਗਾਲਾਂ ਪਈਆਂ ਲੋਕਾਂ ਤੋਂ ਜੀ, ਇੰਨੀ ਵੇਟ ਸੱਚੀ, ਮਤਲਬ ਕਈ ਵਾਰੀ ਮੈਸੇਜ ਆਉਂਦੇ ਹੁੰਦੇ ਸੀ ਅਤੇ ਖੁਸ਼ ਵੀ ਹੋਈਦਾ ਸੀ ਕਿ ਹਾਂ ਲੋਕਾਂ ਦਾ ਪਿਆਰ ਇੰਨਾ ਹੈ ਕਿ ਉਹ ਇੰਨੇ ਗੁੱਸੇ ਨਾਲ ਪੁੱਛ ਰਹੇ ਆ ਕਿ ਕਦੋਂ ਆਊਗੀ ਕਦੋਂ ਆਊਗੀ। ਸੋ ਫਾਈਨਲੀ ਆ ਰਹੀ ਹੈ, ਤਾਂ ਮੈਨੂੰ ਲੱਗਦਾ ਕਿ ਮੇਰੇ ਨਾਲੋਂ ਜ਼ਿਆਦਾ ਆਡੀਅੰਸ ਨੂੰ ਵਧੀਆ ਲੱਗ ਰਿਹਾ ਕਿ ਵਾਰਨਿੰਗ ਲੋਕਾਂ ਕੋਲ ਵਾਰਨਿੰਗ ਆ ਰਹੀ, ਲੋਕਾਂ ਕੋਲ ਵਾਰਨਿੰਗ ਆ ਰਹੀ। ਜੀ ਜੀ, ਜਦੋਂ ਆਪਾਂ ਵਾਰਨਿੰਗ ਦੀ ਗੱਲ ਕਰੀਏ, ਜਦ ਵੈਬ ਸੀਰੀਜ਼ ਆਈ ਉਹਨੂੰ ਇੰਨਾ ਪਿਆਰ ਮਿਲਿਆ, ਮਤਲਬ ਉਹਨੇ ਇੱਕ ਤਰੀਕੇ ਨਾਲ ਪੰਜਾਬੀ, ਜੇ ਆਪਾਂ ਸਿਨੇਮਾ ਦੀ ਗੱਲ ਕਰੀਏ, ਆਪਾਂ ਪੰਜਾਬੀ ਆਰਟਿਸਟ ਦੀ ਗੱਲ ਕਰੀਏ, ਉਹਨੇ ਇੱਕ ਡਿਫਰੈਂਟ ਲੈਵਲ 'ਤੇ ਲੈ ਕੇ ਚਲੀ ਗਈ ਸੀ ਉਹ ਵੈਬ ਸੀਰੀਜ਼, ਅਤੇ ਵੈਬ ਸੀਰੀਜ਼ ਦਾ ਕਿਉਂਕਿ ਸਾਡੇ ਇੱਥੇ ਇੰਨਾ ਰਿਵਾਜ਼ ਸੀਗਾ ਨਹੀਂ, ਅਤੇ ਉਹਨੇ ਆ ਕੇ ਬਿਲਕੁਲ ਇੱਕਦਮ
ਹਾਲਾਤ ਦਾ ਤੇ ਹੁਣ ਤਾਂ ਜਿਵੇਂ ਸਾਡੇ ਕੋਲ ਪੰਜਾਬ ਦਾ OTT ਪਲੇਟਫਾਰਮ ਵੀ ਹੈਗਾ ਚੌਪਾਲ ਤੇ ਤੁਹਾਡੀਆਂ ਬਹੁਤ ਸੋਹਣੀਆਂ ਸੋਹਣੀਆਂ ਪਿਕਚਰਾਂ ਉਸ ਤੇ ਵੀ ਆਈਆਂ ਨੇ ਤਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਤਰੀਕੇ ਦਾ ਇੱਕ ਸਾਡੇ ਵਾਸਤੇ ਬਲੈਸਿੰਗ ਹੈ ਬਹੁਤ ਬਹੁਤ ਜੀ ਹੁਣ ਬਹੁਤ ਚੀਜ਼ਾਂ ਔਰ ਇਹਦਾ ਸਭ ਤੋਂ ਵੱਡੀ ਬਲੈਸਿੰਗ ਹੁੰਦੀ ਹੈ ਕਿ ਇਹਦੇ ਨਾਲ ਆਰਟਿਸਟ ਨੂੰ ਕੰਮ ਮਿਲਦਾ ਹੈ ਕਿੰਨੇ ਆਰਟਿਸਟ ਨੇ ਸਾਡੇ ਜਿਹੜੇ ਬੰਬੇ ਜਾਂਦੇ ਸੀ ਮੈਨੂੰ ਲੱਗਦਾ ਕਿ ਹੁਣ ਇੱਥੇ ਕਿੰਨਾ ਕੰਮ ਕਰ ਰਿਹਾ ਚੌਪਾਲ ਆ ਗਿਆ ਆਪਣਾ OTT ਪਲੇਟਫਾਰਮ ਇੱਥੇ ਹੁਣ ਪ੍ਰੋਡਿਊਸਰਸ ਨੂੰ ਕਈ ਵਾਰੀ ਫਿਲਮ ਕੋਈ ਬਣਾਈ ਆ ਉਹ ਨਹੀਂ ਸਿਨੇਮੇ 'ਚ ਲੱਗੀ ਤਾਂ ਉਹਦਾ ਪੈਸਾ ਨਹੀਂ ਡੁੱਬਦਾ ਉਹਨੂੰ OTT 'ਤੇ ਸੋ ਇਹਨਾਂ ਚੀਜ਼ ਇਹ ਚੀਜ਼ਾਂ ਦੇਖਦਾ ਤਾਂ ਬਹੁਤ ਅੱਛੀਆਂ ਲੱਗਦੀਆਂ ਨੇ ਕਿਉਂਕਿ ਸਾਡੇ ਐਕਟਰਸ ਨੂੰ ਜਦੋਂ ਕੰਮ ਮਿਲਦਾ ਤਾਂ ਉਦੋਂ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਤੇ ਜੇ ਮੈਂ ਗੱਲ ਕਰਾਂ ਇੱਕ ਵੈਬ ਸੀਰੀਜ਼ ਅਤੇ ਇੱਕ ਮੂਵੀ ਦੀ ਕਿੰਨਾ ਕੁ ਡਿਫਰੈਂਸ ਕਿਉਂਕਿ ਹੈ ਇਹ ਵਾਰਨਿੰਗ ਹੀ ਕਿੰਨਾ ਕੁ ਡਿਫਰੈਂਸ ਹੁੰਦਾ ਹੈ ਨਹੀਂ ਮੈਨੂੰ ਲੱਗਦਾ ਕੁਛ ਵੀ ਡਿਫਰੈਂਸ ਨਹੀਂ ਹੈਗਾ ਇੱਕ ਫਿਲਮ ਨੂੰ ਜੇ ਤੁਸੀਂ 5 ਐਪੀਸੋਡ 'ਚ ਬਣਾ ਦਿਓ ਤਾਂ ਇੱਕ ਵੈਬ ਸੀਰੀਜ਼ ਬਣ ਜੂਗੀ ਬਟ ਇਹ ਸੀ ਕਿ ਸ਼ੁਰੂ ਤੋਂ ਜਦੋਂ ਵੈਬ ਸੀਰੀਜ਼ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਗਿੱਪੀ ਵੀਰੇ ਨੇ ਕਿਹਾ ਕਿ ਆਪਾਂ ਫਿਲਮ ਬਣਾਵਾਂਗੇ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਿਆ ਮੈਂ ਕਿਹਾ ਵੀਰੇ ਵੀ ਆਪਾਂ ਵੈਬ ਸੀਰੀਜ਼ ਹੀ ਰਹਿਣ ਦਿੰਦੇ ਹਾਂ ਕਹਿੰਦਾ ਨਹੀਂ ਨਹੀਂ ਇਹ ਫਿਲਮ ਮਤਲਬ ਖੂਬਸੂਰਤ ਲੱਗੂਗੀ ਅਤੇ ਬਾਅਦ ਵਿੱਚ ਜਦੋਂ ਮੈਂ ਡਬਿੰਗ ਕੀਤੀ ਔਰ ਸਾਰਾ ਮਿਊਜ਼ਿਕ ਸੁਣਿਆ ਤਾਂ ਮੈਨੂੰ ਲੱਗਿਆ ਕਿ ਹਾਂ ਨਹੀਂ ਯਾਰ ਇਹ ਜਿਹੜਾ ਬੈਕਗਰਾਊਂਡ ਸਕੋਰ ਆ ਇਹ ਸਿਨੇਮੇ ਦੇ ਵਿੱਚ ਖੂਬਸੂਰਤ ਲੱਗੂਗਾ ਔਰ ਮੇਰੇ ਮਨ 'ਚ ਹੈ ਕਿ ਸੀਰੀਜ਼ ਫਿਲਮ ਦੀ ਸੀਰੀਜ਼ ਗਿੱਪੀ ਵੀਰਾ ਕਹਿੰਦਾ ਕਿ ਆਪਾਂ ਜੇ ਆਡੀਅੰਸ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਆਪਾਂ ਇਹਨੂੰ ਫਿਲਮ ਸੀਰੀਜ਼ ਲੈ ਕੇ ਚੱਲਾਂਗੇ ਵੀ ਆਪਾਂ ਇਹ ਨਹੀਂ ਕਿ ਲੋਕਾਂ ਨੂੰ ਐਂ ਨਾ ਲੱਗੇ ਵੀ ਹਾਂ ਵੈਬ ਸੀਰੀਜ਼ ਹੁੰਦੀ ਤਾਂ ਚੱਲਦੀ ਰਹਿੰਦੀ ਸੋ ਉਹਨਾਂ ਦਾ ਡਿਸੀਜ਼ਨ ਹੈਗਾ ਸੀ ਔਰ ਹੁਣ ਮੈਨੂੰ ਵਧੀਆ ਲੱਗਦਾ ਕਿ ਹਾਂ ਠੀਕ ਬੀਂਗ ਥੀਏਟਰ ਐਕਟਰ ਜੇ ਆਪਾਂ ਦੇਖੀ ਜਾਵੇ ਇਸ ਜਿਹੜੀ ਮੂਵੀ ਆ ਰਹੀ ਹੈ ਵਾਰਨਿੰਗ ਇਹਦੇ ਵਿੱਚ ਤੁਹਾਡਾ ਕਿਰਦਾਰ ਤੁਹਾਡੀ ਬਾਕੀ ਪੁਰਾਣੀ ਪਿਕਚਰਾਂ ਤੋਂ ਬਹੁਤ ਹੀ ਡਿਫਰੈਂਟ ਹੈ ਅਤੇ ਕਿੰਨਾ ਕੁ ਮਤਲਬ ਇਹਨੂੰ ਕਰਨ 'ਚ ਮਿਹਨਤ ਲੱਗੀ ਅਤੇ ਇਸ ਕਿਰਦਾਰ ਨੂੰ ਧਾਰਨ 'ਚ ਆਪਣੇ ਅੰਦਰ ਮੈਨੂੰ ਹਮੇਸ਼ਾ ਹੀ ਮਿਹਨਤ ਲੱਗਦੀ ਹੈ ਜੀ ਕਿਉਂਕਿ ਮੈਂ ਬਹੁਤ ਨਲਾਇਕ ਬੱਚਾ ਰਿਹਾ ਜੀ ਅਤੇ ਕਿਉਂਕਿ ਮੇਰੀ ਇਹ ਫੀਲਡ ਨਹੀਂ ਹੈਗੀ ਸੀ ਸਪੋਰਟਸ ਫੀਲਡ ਹੈਗੀ ਸੀ ਹੁਣ ਮੈਨੂੰ ਕੰਮ ਕਰਨਾ ਪੈਂਦਾ ਮੈਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਡਾਇਲੋਗ ਯਾਦ ਹੋਣ 'ਚ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਪਰ ਇਹ ਕਰੈਕਟਰ ਮੇਰੇ ਲਈ ਜ਼ਿਆਦਾ ਟਫ ਸੀ ਕਿਉਂਕਿ ਇੱਦਾਂ ਦਾ ਕਰੈਕਟਰ ਮੈਂ ਪਹਿਲਾਂ ਕੀਤਾ ਨਹੀਂ ਸੀ ਉਹ ਹਮੇਸ਼ਾ ਸੌਫਟ ਹੈ ਇਹ ਮੇਰੇ ਲਈ ਜ਼ਿਆਦਾ ਟਫ ਸੀ ਔਰ ਸ਼ੁਰੂ ਤੋਂ ਮੈਨੂੰ ਐਂ ਵੀ ਲੱਗਦਾ ਸੀ ਮੈਂ ਅਮਰ ਨੂੰ ਵਾਰੀ ਪੁੱਛਦਾ ਸੀ ਵੀ ਸਹੀ ਹੋਊਗਾ ਨਾ ਉਹ ਕਹਿੰਦਾ ਕੋਈ ਚੱਕਰ ਨਹੀਂ ਸਹੀ ਹੋਊਗਾ ਸਾਰਾ ਕੁਛ ਔਰ ਪਹਿਲੇ ਦਿਨ ਜਦੋਂ ਸ਼ੂਟ ਸੀ ਤਾਂ ਅਮਰ ਮੈਨੂੰ ਕਹਿੰਦਾ ਕਿ ਥੋੜ੍ਹੀ ਸੌਫਟਨੈਸ ਆ ਰਹੀ ਆ ਅਤੇ ਮੈਂ ਕਿਹਾ ਯਾਰ ਮੈਨੂੰ 2-3 ਦਿਨ ਦੀ ਬ੍ਰੇਕ ਦੇ ਦੇ ਵੀ ਮੈਂ ਉਸ ਤੋਂ ਬਾਅਦ ਫਿਰ ਆਪਾਂ ਸ਼ੁਰੂ ਕਰਾਂਗੇ ਫਿਰ ਮੈਂ 2-3 ਦਿਨ ਇਹੀ ਚੀਜ਼ ਸੋਚਦਾ ਰਿਹਾ ਕਿ ਮੇਰੀ ਲਾਈਫ ਵਿੱਚ ਇਹ ਕਰੈਕਟਰ ਕਿੱਥੇ ਰਿਹਾ ਜਾਂ ਮੇਰੀ ਇਮੋਸ਼ਨਲ ਮੈਮਰੀ ਦੇ ਵਿੱਚ ਕਿੱਥੇ ਰਿਹਾ ਤਾਂ ਫਿਰ ਜਦੋਂ 2-3 ਦਿਨ ਬਾਅਦ ਸ਼ੁਰੂ ਕੀਤਾ ਫਿਰ ਇੱਕ ਇੱਕ ਲੁੱਕ ਅਤੇ ਅਮਰ ਮਤਲਬ ਹਰ ਚੀਜ਼ 'ਤੇ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਛਿੰਦਾ ਹੋ ਗਿਆ ਅਤੇ ਧੀਰੇ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਚਾਹੇ ਬਾਲੀਵੁੱਡ ਹੋਵੇ ਭਾਵੇਂ ਬੋਲੀਵੁੱਡ ਹੋਵੇ ਜਿਹੜੇ ਨਵੇਂ ਐਕਟਰ ਸਪੈਸ਼ਲੀ ਥੀਏਟਰ ਐਕਟਰਸ ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਹੁਣ ਉਹ ਮੇਨ ਸਟ੍ਰੀਮ 'ਤੇ ਆ ਰਹੇ ਹੈ ਅਤੇ ਕਿੰਨਾ ਖੁਸ਼ੀ ਇੱਕ ਮਹਿਸੂਸ ਹੁੰਦੀ ਹੈ ਕਿਉਂਕਿ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਥੀਏਟਰ ਵਾਸਤੇ ਥੋੜ੍ਹਾ ਜਿਹਾ ਸਟਰਗਲ ਹੁੰਦਾ ਸੀਗਾ ਅਤੇ ਜਿਹੜੇ ਥੋੜ੍ਹੇ ਜੇ ਆਪਾਂ ਨੈਪੋਟਿਜ਼ਮ ਕਹੀਏ ਜਾਂ ਕੁਛ ਵੀ ਕਹੀਏ ਉਹਨਾਂ ਨੂੰ ਇੱਕ ਤਰੀਕੇ ਨਾਲ ਤਵੱਜੋ ਮਿਲਦੀ ਸੀ ਅੱਗੇ ਆਉਣ 'ਤੇ ਹੁਣ ਇਸ ਤਰੀਕੇ ਦੇ ਕੰਸੈਪਟ ਆ ਰਹੇ ਨੇ ਬਿਲਕੁਲ ਹਟ ਕੇ ਯੂ ਨੋ ਆਡੀਅੰਸ ਬਹੁਤ ਜ਼ਿਆਦਾ ਪਸੰਦ ਕਰੀ ਆਡੀਅੰਸ ਦਾ ਬਹੁਤ ਵਾਈਡ ਵਿਜ਼ਨ ਹੋ ਗਿਆ ਹੁਣ ਮੂਵੀਜ਼ ਨੂੰ ਲੈ ਕੇ ਮੈਨੂੰ ਬਹੁਤ ਵਧੀਆ ਲੱਗਦਾ ਜੀ ਮੈਂ ਇਹ ਚੀਜ਼ ਸ਼ੁਰੂ 'ਤੇ ਕਹਿੰਦਾ ਹੁੰਦਾ ਕਿ ਜੇ ਆਪਾਂ ਦਵਾਈ ਲੈਣ ਆਪਾਂ ਨੂੰ ਕੋਈ ਬੁਖਾਰ ਹੋਇਆ ਤਾਂ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਵਾਂਗੇ ਅਤੇ ਐਕਟਰ ਦਾ ਕੰਮ ਹੈਗਾ ਐਕਟਿੰਗ ਜੇ ਤੁਸੀਂ ਕਿਸੇ ਕੰਟੈਂਟ 'ਤੇ ਕੰਮ ਕਰਨਾ ਤਾਂ ਤੁਸੀਂ ਹੋਰ ਕਿਤੇ ਨਹੀਂ ਜਾ ਸਕਦੇ ਤੁਹਾਨੂੰ ਐਕਟਰ ਚਾਹੀਦੇ ਆ ਆਪਾਂ ਜੇ OTT ਪਲੇਟਫਾਰਮ ਦੇਖੀਏ ਆਪਾਂ ਨੈੱਟਫਲਿਕਸ ਐਮਾਜ਼ੋਨ ਕਿਤੇ ਵੀ ਦੇਖਦੇ ਹਾਂ ਐਕਟਰ ਦੀ ਡਿਮਾਂਡ ਬਹੁਤ ਵੱਧ ਗਈ ਹੈ ਜੀ ਔਰ ਇਹ ਵਧੀਆ ਵੀ ਲੱਗਦਾ ਜੇ ਕਿਸੇ ਨੇ ਕਿਸੇ ਚੀਜ਼ ਦੀ ਟ੍ਰੇਨਿੰਗ ਲਈ ਆ ਜੇ ਡਾਕਟਰ ਨੇ ਕਿਸੇ ਚੀਜ਼ ਦੀ ਟ੍ਰੇਨਿੰਗ ਲਈ ਆ ਤਾਂ ਉਹਨੂੰ ਉਹਦੇ ਕੋਲ ਮਰੀਜ਼ ਆਉਣੇ ਚਾਹੀਦੇ ਆ ਉਹਦਾ ਉਹ ਕੰਮ ਹੋਣਾ ਚਾਹੀਦਾ ਉਵੇਂ ਹੀ ਇਹ ਜਿਹੜੀ ਐਕਟਿੰਗ ਲਾਈਨ ਆ ਇਹ ਕੋਈ ਐਂ ਨਹੀਂ ਹੈਗਾ ਕਿ ਜਿਵੇਂ ਮੈਨੂੰ ਬੜਾ ਹਾਸਾ ਆਉਂਦਾ ਹੁੰਦਾ ਕਿ ਸਾਡੇ ਰਿਸ਼ਤੇਦਾਰ ਕਈ ਵਾਰੀ ਕਹਿ ਦਿੰਦੇ ਵੀ ਸਾਡਾ ਮੁੰਡਾ ਪੜ੍ਹਦਾ ਨਹੀਂ ਕੁਛ ਕਰਦਾ ਨਹੀਂ ਇਹਨੂੰ ਤੂੰ ਨਾਲ ਲੈ ਜਾ ਇਹ ਉੱਦਾਂ ਦੀ ਫੀਲਡ ਨਹੀਂ ਹੈਗੀ ਜਿੱਦਾਂ ਅਸੀਂ ਸੋਚਦੇ ਹਾਂ ਇਹ ਪ੍ਰੋਪਰ ਟ੍ਰੇਨਿੰਗ ਦੀ ਫੀਲਡ ਆ ਔਰ ਹੁਣ ਵਧੀਆ ਲੱਗਦਾ ਜਦੋਂ ਦੇਖੀਦਾ ਸਾਰੇ ਥੀਏਟਰ ਆਰਟਿਸਟ ਨੂੰ ਔਰ ਪੋਜ਼ਿਟਿਵਿਟੀ ਫੀਲ ਹੁੰਦੀ ਆ ਕਿਉਂਕਿ ਇੱਕ ਆਰਟਿਸਟ ਨੂੰ ਜਦੋਂ ਕੰਮ ਮਿਲਦਾ ਤਾਂ ਉਹਦੇ ਨਾਲ 100 ਜਣੇ ਜੁੜੇ ਹੁੰਦੇ ਆ ਉਹਨਾਂ ਨੂੰ ਕੰਮ ਮਿਲਦਾ ਜੇ ਵਾਰਨਿੰਗ ਦੀ ਆਪਾਂ ਗੱਲ ਕਰੀਏ ਹੁਣ ਆ ਰਹੀ ਹੈ ਤਾਂ ਇੱਕ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਐਂਡ 'ਚ ਗਿੱਪੀ ਸਰ ਦੀ ਲੁੱਕ ਦੇਖਣ ਨੂੰ ਮਿਲਦੀ ਆ ਤਾਂ ਤੁਹਾਡਾ ਸਭ ਤੋਂ ਜ਼ਿਆਦਾ ਫੇਵਰੇਟ ਪਾਰਟ ਕਿਹੜਾ ਹੈ ਵਾਇਲ ਤੁਸੀਂ ਸ਼ੂਟ ਕਰ ਰਹੇ ਸੀਗੇ ਅਤੇ ਹੁਣ ਜੇ ਤੁਸੀਂ ਐਜ਼ ਐਨ ਆਡੀਅੰਸ ਵੀ ਆਪਣੀ ਮੂਵੀ ਨੂੰ ਅਬਜ਼ਰਵ ਕਰੋ ਜਾਂ ਦੇਖੋ ਤਾਂ ਤੁਹਾਡਾ ਫੇਵਰੇਟ ਪਾਰਟ ਕਿਹੜਾ ਰਹੂਗਾ ਫੇਵਰੇਟ ਪਾਰਟ ਹੈਗਾ ਗਿੱਪੀ ਵੀਰੇ ਦਾ ਜਿਹੜਾ ਕਲਾਈਮੈਕਸ ਉਹਨਾਂ ਦੀ ਐਂਟਰੀ ਜਿਹੜਾ ਔਰ ਉਹ ਇੰਨਾ ਸਰਪ੍ਰਾਈਜ਼ ਕਰੈਕਟਰ ਆ ਸਾਰੇ ਆਡੀਅੰਸ ਲਈ ਵੀ ਉਹ ਬਹੁਤ ਖੂਬਸੂਰਤ ਲੱਗੂਗਾ ਮੈਨੂੰ ਪਤਾ ਔਰ ਉਹ ਮੇਰਾ ਫੇਵਰੇਟ ਗੇਜਾ ਮੇਰਾ ਫੇਵਰੇਟ ਕਰੈਕਟਰ ਆ ਔਰ ਉਹ ਮੈਨੂੰ ਇਹ ਲੱਗਦਾ ਕਿ ਜੇ ਮਾਲਕ ਨੇ ਚਾਹਿਆ ਕਿ ਅੱਗੇ ਫਿਲਮ ਦੀ ਸੀਰੀਜ਼ ਬਣਦੀ ਆ ਤਾਂ ਉਹ ਕਰੈਕਟਰ ਦੇਖ ਕੇ ਮੈਨੂੰ ਬਹੁਤ ਮਜ਼ਾ ਆਊਗਾ ਅਤੇ ਜੇ ਆਪਾਂ ਡਾਇਰੈਕਟਰ ਸਾਹਿਬ ਦੀ ਗੱਲ ਕਰੀਏ ਜਿਵੇਂ ਮੈਂ ਸਾਰਿਆਂ ਨੂੰ ਸੁਣ ਰਹੀ ਸੀ ਕਿ ਬਹੁਤ ਹੀ ਜ਼ਿਆਦਾ ਉਹਨਾਂ ਨੇ ਆਪਣਾ ਮਿਹਨਤ ਅਤੇ ਬਹੁਤ ਜ਼ਿਆਦਾ ਕ੍ਰੀਏਟਿਵ
एक डायरेक्टर नूं एक्टिंग दा पता होना बहुत जरूरी है, क्योंकि बहुत सारे इहो जिहे सीन आ जिहड़े अमर करके दिखाउंदा सी, खुद करके दिखाउंदा सी, जिथे चमचा मारदा हनी तुसीं मेकिंग च देखियो बिहाइंड दा सीन च अमर वो एक्शन करके दिखा रहा। सो बहुत घेंट जिवें कहदी एक माहौल हुंदा सी, और सब तो ब्यूटीफुल कि अमर नूं ये पता हुंदा सी कि किहड़ा एक्टर किवें दा स्क्रीन ते लगदा, क्योंकि मैनूं लग गया ही नहीं कि मैं छिंदा कर पाऊंगा, पर अमर ने कहा कि नहीं नहीं मैनूं पता है तू स्क्रीन ते किवें चलेगा तो तू खूबसूरत लगेगा। उन्हें कम ही इन्ना किया सी, और मैं चाहूँगा कि मैं अमर नाल हमेशा, मतलब उसकी कोई भी फिल्म अगे भी आए तो मैं उसका हिस्सा जरूर हूँ। ਅਸੀਂ ਜੋ ਤੁਹਾਡੀ ਸਟੋਰੀਜ਼ ਦੇਖਦੇ ਸੀ, ਅਸੀਂ ਸਨੈਪਚੈਟ 'ਤੇ ਜਦੋਂ ਇੰਸਟਾਗ੍ਰਾਮ ਤੁਹਾਨੂੰ ਫੋਲੋ ਕਰਦੇ ਹਾਂ, ਤੁਹਾਡਾ ਆਪਣਾ ਜਿਹੜਾ ਗਰੁੱਪ ਹੈ ਤੁਸੀਂ ਉਹਨਾਂ ਨਾਲ ਬਹੁਤ ਮਸਤੀ ਕਰ ਰਹੇ ਹੁੰਦੇ, ਅਤੇ ਤੁਸੀਂ ਮੂਵੀ ਦੇ ਗਾਣੇ ਵੀ ਬੁੜੇ ਪ੍ਰਚਾਰ ਕਰ ਰਹੇ ਸੀ ਗਾ ਗਾ ਕੇ, ਤਾਂ ਉਹ ਸਿਨੈਰੀਓ ਕਿਵੇਂ ਸੀ ਜਦ ਵਾਰਨਿੰਗ ਐਜ਼ ਅ ਮੂਵੀ ਡਿਸਾਈਡ ਹੋਈ ਸੀਗੀ? ਕਿਉਂਕਿ ਜਗਦੀਪ ਸਾਨੂੰ ਪਤਾ ਕਿ ਤੁਹਾਡੇ ਬਹੁਤ ਸਾਰੇ ਡਿਸੀਜਨਸ ਤੁਹਾਡੇ ਨਾਲ ਲੈਂਦੇ ਆ, ਤੁਹਾਨੂੰ ਹੈਲਪ ਕਰਦੇ, ਤੁਹਾਨੂੰ ਗਾਈਡ ਵੀ ਕਰਦੇ ਆ, ਅਤੇ ਤੁਸੀਂ ਇਕੱਠੇ ਰਹੇ ਹੋ ਹਮੇਸ਼ਾ ਤੋਂ, ਅਤੇ ਉਹ ਕਿਵੇਂ ਦਾ ਰਿਸਪੋਂਸ ਸੀਗਾ ਤੁਹਾਡੇ ਆਪਣੇ ਸਰਕਲ ਦਾ? ਨਹੀਂ ਨਹੀਂ ਬਹੁਤ ਬਹੁਤ, ਜਦੋਂ ਪਹਿਲਾ ਐਪੀਸੋਡ ਆਇਆ ਸੀ ਮੇਰੇ ਕੋਲ ਵੀਡੀਓ ਵੀ ਪਈ ਹੈ, ਮੈਂ ਵੀਡੀਓ ਸ਼ੇਅਰ ਕੀਤੀ ਸੀ, ਇਹਨਾਂ ਨੇ ਜਿੰਨਾ ਮੇਰਾ ਫਰੈਂਡ ਸਰਕਲ ਇਹਨਾਂ ਨੇ ਪੈਸੇ ਇਕੱਠੇ ਕਰ ਲਏ ਸੀ, ਅਤੇ ਉਹ ਜਦੋਂ ਟੀਵੀ 'ਚ ਐਂਟਰੀ ਹੋਈ ਸੀ ਤਾਂ ਇਹ ਪੈਸੇ ਵਾਰਦੇ ਸੀ, ਔਰ ਉਹ ਘੈਂਟ ਮਾਹੌਲ ਸੀ, ਮੈਨੂੰ ਅੱਜ ਵੀ ਵੀਡੀਓ ਯਾਦ ਹੈਗੀ ਹੈ। ਸੋ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟ ਕਰਦੇ, ਬਹੁਤ ਗਾਣਿਆਂ ਦੀ ਗੱਲ ਕਰੀਏ, ਗਾਣੇ ਬਹੁਤ ਸੋਹਣੇ ਆ ਰਹੇ ਆ, ਅਤੇ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਮਿਊਜ਼ਿਕ ਦੇ ਪੱਖੋਂ ਵੀ, ਅਤੇ ਲੋਕ ਪਸੰਦ ਵੀ ਬਹੁਤ ਜਿਵੇਂ ਕਰ ਰਹੇ ਆ ਗਾਣਿਆਂ ਨੂੰ, ਅਤੇ ਮਿਊਜ਼ਿਕ ਪੱਖੋਂ ਤੁਹਾਡਾ, ਕਿਉਂਕਿ ਤੁਸੀਂ ਵੀ ਅਸੀਂ ਤੁਹਾਨੂੰ ਵੀ ਗਾਉਂਦੇ ਹੋਏ ਸੁਣੇ ਆ ਵਿੱਚ ਜਿਹੜੇ ਤੁਸੀਂ ਵੀਡੀਓ ਸੀ ਬਣਾ ਰਹੇ ਸੀਗੇ, ਤਾਂ ਮਿਊਜ਼ਿਕ ਦਾ ਜਿਹੜਾ ਕੀ ਰਿਸਪੋਂਸ ਐਜ਼ ਐਨ ਐਕਟਰ ਵਿਦ ਇਨ ਦ ਮੂਵੀ? ਮੈਨੂੰ ਪਹਿਲਾਂ ਵੀ ਜਿਹੜੇ ਗਾਣੇ ਆਏ ਸੀ ਤਾਂ ਬਹੁਤ ਘੈਂਟ ਲੱਗੇ ਸੀ, ਦਬਕਾ ਗਾਣਾ ਜੋਰਡਨ ਵੀਰੇ ਦਾ, ਹੁਣ ਮੈਨੂੰ ਪ੍ਰੈਜ਼ੀਡੈਂਟ ਗਾਣਾ ਬਹੁਤ ਵਧੀਆ ਲੱਗਿਆ। ਹਾਂ ਉਹ ਵਧੀਆ ਲੱਗਦਾ ਕਿ ਇੱਕ ਗੱਡੀ ਦੇ ਵਿੱਚ ਉਹ ਮਸਤੀ ਜੀ ਵਿੱਚ, ਔਰ ਇੱਕ ਇਹ ਹੁੰਦਾ ਇੱਕ ਆਪਦੀ ਫਿਲਮ ਦਾ ਗਾਣਾ ਹੁੰਦਾ, ਫਿਰ ਹੋਰ ਵੀ ਘੈਂਟ ਲੱਗਦਾ। ਸੋ ਵਧੀਆ ਲੱਗਦਾ ਮੈਨੂੰ ਸਾਰਾ। ਜਦੋਂ ਵਾਰਨਿੰਗ ਆ ਰਹੀ 19 ਤਰੀਕ ਨੂੰ, ਤੇ ਆਡੀਅੰਸ ਨੂੰ ਬਹੁਤ ਜ਼ਿਆਦਾ ਉਡੀਕ ਸੀ, ਹੁਣ ਤੁਸੀਂ ਵਾਰਨਿੰਗ ਜਿਹੜੀ ਉਹਨਾਂ ਨੇ ਦਿੱਤੀ ਸੀ ਤੁਹਾਨੂੰ ਉਹਦਾ ਕੀ ਜਵਾਬ ਦੇਣਾ ਚਾਹੁੰਦੇ? ਮੈਂ ਵਾਰਨਿੰਗ ਨਹੀਂ ਦੇਵਾਂਗਾ ਜੀ, ਮੈਂ ਤੁਹਾਨੂੰ ਬੇਨਤੀ ਕਰੂੰਗਾ 19 ਨਵੰਬਰ ਨੂੰ ਸਾਡੀ ਫਿਲਮ ਆ ਰਹੀ ਹੈ, ਸੋ ਸਾਰੇ ਜਣੇ ਜ਼ਰੂਰ ਦੇਖਿਓ। ਤੁਸੀਂ ਇੰਨਾ ਸਾਰਾ ਪਿਆਰ ਦਿੱਤਾ ਸੀ ਪੰਮੇ ਅਤੇ ਛਿੰਦੇ ਨੂੰ, ਸੋ ਪੰਮਾ ਛਿੰਦਾ ਬੈਕ ਇਨ ਥੀਏਟਰ, ਸੋ ਸਾਰੇ ਜਣੇ ਇੰਜੋਏ ਕਰਿਓ। ਅਤੇ ਹਾਂ ਇੱਕ ਹੋਰ ਚੀਜ਼ ਮੈਂ ਕਹਿਣੀ ਸੀ ਕਿ ਫਿਲਮ ਦੇਖਣ ਤੋਂ ਬਾਅਦ ਫਿਲਮ ਬਾਰੇ ਲਿਖਿਓ ਜ਼ਰੂਰ, ਲਿਖਿਓ ਜ਼ਰੂਰ ਜੋ ਵੀ ਤੁਹਾਨੂੰ ਫੀਲ ਹੋਇਆ, ਜੋ ਵੀ ਤੁਹਾਨੂੰ ਸਿਨੇਮੇ ਬਾਰੇ ਫੀਲ ਹੁੰਦਾ ਜਾਂ ਸਾਡੀ ਫਿਲਮ ਬਾਰੇ, ਉਹ ਚੀਜ਼ ਜ਼ਰੂਰ ਲਿਖਿਓ, ਜੇ ਇਹਦੀ ਅੱਗੇ ਸੀਰੀਜ਼ ਵੱਧਦੀ ਹੈ ਤਾਂ ਅਸੀਂ ਉਹਨਾਂ ਚੀਜ਼ਾਂ ਦਾ ਖਿਆਲ ਰੱਖ ਸਕੀਏ। ਥੈਂਕ ਯੂ। ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਭੈਣ ਜੀ ਅਤੇ ਅਮਨ ਵੱਲੋਂ ਮੈਂ ਵੀ ਮਾਫ਼ੀ ਮੰਗਦਾ, ਪਰ ਵੀ ਅਸੀਂ ਤਾਂ ਬੈਠੇ ਨੇੜੇ ਹੀ ਸੀਗੇ, ਜਦੋਂ ਹੀ ਸਾਨੂੰ ਫੋਨ ਆ ਗਿਆ ਅਸੀਂ ਤਾਂ ਭੱਜ ਕੇ ਆ ਗਏ। ਚਲੋ ਇਹਨਾਂ ਦਾ ਜਿਵੇਂ ਹੋਇਆ, ਫਿਰ ਵੀ ਅਸੀਂ ਇਸ ਗੱਲ ਦੀ ਸੌਰੀ ਕਰਦੇ ਹਾਂ। ਅਤੇ ਆਪਣੀ ਜਿਹੜੀ ਫਿਲਮ ਹੈ ਮੋਰਨਿੰਗ, ਇਹ 19 ਨਵੰਬਰ ਨੂੰ ਆ ਰਹੀ ਹੈ, ਸ਼ੁੱਕਰਵਾਰ ਨੂੰ ਗਿੱਪੀ ਬਾਈ ਜੀ ਨੇ ਲਿਖੀ ਹੈ ਔਰ ਹੰਬਲ ਮੋਸ਼ਨ ਪਿਕਚਰ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਅਤੇ ਅਮਰ ਹੁੰਦਲ ਇਹਦੇ ਡਾਇਰੈਕਟਰ ਹੈ, ਅਤੇ ਕਾਸਟਿੰਗ ਦੇ ਵਿੱਚ ਧੀਰਜ ਇਰਵਿਨ ਗਰਜੰਟ, ਗਰਜੰਟ ਉਹਦੇ ਕ੍ਰੀਏਟਿਵ ਡਾਇਰੈਕਟਰ ਹੈ, ਔਰ ਅਮਨ ਗੋਦੇਸ਼, ਕਰਮਵੀਰ ਬਾਈ, ਕਵੀ ਵੀਰਾ, ਸਾਰੇ ਜਾਣੇ। ਔਰ ਇਹ ਜਿਹੜੀ ਫਿਲਮ ਹੈ, ਇਹ ਟ੍ਰੇਲਰ 'ਚ ਜਾਂ ਪੋਸਟਰ 'ਚ ਲੱਗਦਾ ਵੀ ਤਾੜ ਤਾੜ ਹੈ, ਪਰ ਇੱਕ ਅਲੱਗ ਵਿਸ਼ੇ ਦੀ ਅਤੇ ਹਰ ਗੱਲ ਨੂੰ ਟੋਂਦੀ ਹੋਈ, ਜਿਹੜੀਆਂ ਸਾਡੀਆਂ ਗਰਾਊਂਡ ਦੀਆਂ ਪ੍ਰੋਬਲਮ ਹੈ, ਉਹ ਚਾਹੇ ਬੇਰੁਜ਼ਗਾਰੀ ਹੈ, ਚਾਹੇ ਉਹ ਲੜਾਈ ਲੱਪਾ, ਕੁਛ ਵੀ ਹੈ, ਉਹਨਾਂ ਨੂੰ ਫੜਦੀ ਹੋਈ, ਔਰ ਜਿਹੜੇ ਮੋਤਵਰ ਹੈ ਸਾਡੇ ਬੰਦੇ ਅੱਗੇ ਲੱਗੇ ਹੁੰਦੇ ਆ, ਉਹਨਾਂ ਦੇ ਪੋਲ ਖੋਲਦੀ ਹੋਈ ਫਿਲਮ। ਬਾਕੀ ਧੀਰਜ ਵੀਰਾ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪਹਿਲਾਂ ਤਾਂ ਲੇਟ ਆਉਣ ਲਈ ਮਾਫ਼ੀ ਜੀ। ਸੋ 19 ਨਵੰਬਰ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਵਾਰਨਿੰਗ। ਪਹਿਲਾਂ ਇਹਦੇ 2 ਐਪੀਸੋਡ ਆਏ ਸੀ ਜੀ, ਵੈਬ ਸੀਰੀਜ਼ ਸੀ ਪਹਿਲਾਂ, ਉਸ ਤੋਂ ਬਾਅਦ ਫਿਰ ਦਰਸ਼ਕਾਂ ਦੇ ਕਹਿਣ 'ਤੇ ਇਹਨੂੰ ਫਿਲਮ 'ਚ ਕਨਵਰਟ ਕੀਤਾ ਗਿਆ ਜੀ, ਅਤੇ 19 ਨਵੰਬਰ ਨੂੰ ਆ ਰਹੀ ਹੈ ਜੀ। ਸਾਡਾ ਇਹੀ ਹੈ ਜੀ ਕਿ ਸਾਰੇ ਜਣੇ ਜ਼ਰੂਰ ਦੇਖਿਓ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇਰਵਿਨਮੀਤ ਕੌਰ ਹੈ, ਅਤੇ ਬੋਰਨਿੰਗ ਇਜ਼ ਮਾਈ ਡੈਬਿਊ, ਐਂਡ ਜਿਵੇਂ ਕਿ ਸਰ ਨੇ ਦੱਸਿਆ 19th ਆਫ ਨਵੰਬਰ ਇਜ਼ ਦ ਰਿਲੀਜ਼ਿੰਗ ਡੇਟ, ਪਲੀਜ਼ ਕਮ ਐਂਡ ਵਾਚ, ਇਟਸ ਅ ਵੈਰੀ ਨਾਈਸ ਪ੍ਰੋਜੈਕਟ। ਸਤਿ ਸ਼੍ਰੀ ਅਕਾਲ ਜੀ,
ਡਾਇਰੈਕਟਰ ਸਾਹਿਬ ਸਾਡੇ ਕਮਾਂਡਰ ਆਫ ਸ਼ਿਪ ਬੰਬੇ ਨੇ ਥੋੜ੍ਹਾ ਬਿਜ਼ੀ ਸੀਗੇ ਮੂਵੀ ਦੇ ਕੰਮਾਂ ਨੂੰ ਲੈ ਕੇ ਸੋ ਬਹੁਤ ਮਿਹਨਤ ਲੱਗੀ ਜੀ ਸਾਰਿਆਂ ਦੀ 19 ਨਵੰਬਰ ਬਹੁਤ ਨੇੜੇ ਆ ਜਿਸ ਤਰ੍ਹਾਂ ਪਹਿਲਾਂ ਓ ਟੀ ਟੀ 'ਤੇ ਪਿਆਰ ਮਿਲਿਆ ਸਾਰਾ ਸਾਨੂੰ ਯੂਟਿਊਬ 'ਤੇ ਐਪੀਸੋਡ ਨੂੰ ਸੋ ਉੱਦਾਂ ਹੀ ਸਿਨੇਮਾਘਰਾਂ ਦੇ ਵਿੱਚ ਵੀ ਪਿਆਰ ਦਿਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਆਫ ਆਲ ਵੈਰੀ ਸੌਰੀ ਸਾਡੇ ਸਾਰਿਆਂ ਵੱਲੋਂ ਕਿ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਪਰ ਉਹਨੇ ਦਿਨ ਤੁਸੀਂ ਆਪਸ 'ਚ ਗੱਲਾਂ ਕਰ ਲਈਆਂ ਤੁਸੀਂ ਕਾਫੀ ਦਿਨਾਂ ਬਾਅਦ ਮਿਲਦੇ ਰਹਿੰਦੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਗੱਲਾਂ ਕਰਨ ਦਾ ਮੌਕਾ ਵੀ ਮਿਲ ਗਿਆ ਸੋ ਵਾਰਨਿੰਗ ਦੀ ਗੱਲ ਕਰਾਂਗਾ ਤੇ 19 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਹੰਬਲ ਮੋਸ਼ਨ ਪਿਕਚਰਸ ਸੋ ਬਹੁਤ ਹੀ ਅੱਛਾ ਲੱਗਿਆ ਇਸ ਫਿਲਮ ਦੇ ਵਿੱਚ ਕੰਮ ਕਰਕੇ ਸਾਡੇ ਡਾਇਰੈਕਟਰ ਮਿਸਟਰ ਅਮਰ ਹੁੰਡਲ ਤੇ ਥਵਾਕਨ ਉਹ ਬੰਬੇ ਨੇ ਉਹਨਾਂ ਨੇ ਵੈਸੇ ਕੱਲ੍ਹ ਆਉਣਾ ਸੋ ਮੈਨੂੰ ਲੱਗਦਾ ਸ਼ਾਇਦ ਪਲੈਨਿੰਗ ਵੀ ਸੀ ਸਾਡੀ ਕੁਛ ਕੱਲ੍ਹ ਪਰਸੋਂ ਦੀ ਬਟ ਸੰਭਵ ਕਿਉਂਕਿ ਸਮਾਂ ਬਹੁਤ ਘੱਟ ਹੈ ਰਿਲੀਜ਼ਿੰਗ ਦਾ ਸੋ ਬੜਾ ਹੀ ਅੱਛਾ ਲੱਗਿਆ ਉਸ ਡਾਇਰੈਕਟਰ ਨਾਲ ਕੰਮ ਕਰਕੇ ਅਮਰ ਹੁੰਡਲ ਜੀ ਨਾਲ ਔਰ ਉਸ ਤੋਂ ਇਲਾਵਾ ਸਾਡੇ ਭਾਅ ਜੀ ਪ੍ਰਿੰਸ ਵਨ ਐਂਡ ਆਲ ਕਿਆ ਬਾਤ ਹੈ ਯਾਰ ਮੈਂ ਚਾਹੁੰਦਾ ਕਿ ਅਸੀਂ ਸਾਰੇ ਜਿੰਨੇ ਆਰਟਿਸਟ ਇਹਨਾਂ ਵਾਸਤੇ ਇੱਕ ਵਾਰੀ ਜ਼ਰੂਰ ਤਾੜੀ ਮਾਰ ਸੋ ਰੀਅਲੀ ਫੈਨ ਆਫ ਹਿਮ ਵੈਸੇ ਤਾਂ ਮੈਂ ਇਸ ਫਿਲਮ ਦੇ ਵਿੱਚ ਕੰਮ ਕਰ ਰਿਹਾ ਕੁਛ ਇੱਕ ਕੌਪ ਦਾ ਇੱਕ ਪੁਲਿਸ ਇੰਸਪੈਕਟਰ ਦਾ ਪਰ ਉਸ ਤੋਂ ਇਲਾਵਾ ਜਦੋਂ ਇਹਨਾਂ ਨਾਲ ਕਦੀ ਇਤਫਾਕ ਤਾਂ ਨਹੀਂ ਹੋਇਆ ਸ਼ੂਟ 'ਤੇ ਕੰਮ ਕਰਨ ਦਾ ਲੇਕਿਨ ਇਹਨਾਂ ਨੂੰ ਦੇਖਿਆ ਅਤੇ ਐਂ ਲੱਗਿਆ ਕਿ ਵਾਹ ਯਾਰ ਕੁਛ ਇਸ ਤਰ੍ਹਾਂ ਦੀ ਪਿਕਚਰ ਵੀ ਪੰਜਾਬੀ ਫਿਲਮ ਵਿੱਚ ਬਣਨੀ ਚਾਹੀਦੀ ਔਰ ਧੀਰਜ ਵੀਰਾ ਅਬਵ ਆਲ ਐਂਡ ਹੀ ਇਜ਼ ਦਾ ਸੁਪਰਬ ਐਕਟਰ ਆਲਵੇਜ਼ ਜਿਹਨੂੰ ਕਹਿੰਦੇ ਨਾ ਸ਼ਾਂਤ ਔਰ ਸਮੁੰਦਰ ਦੇ ਥੱਲੇ ਰਹਿ ਗਿਆ ਆਰਾਮ ਦੇ ਨਾਲ ਚੱਲਣ ਵਾਲਾ ਐਕਟਰ ਸੋ ਆਲਵੇਜ਼ ਅੱਛਾ ਲੱਗਿਆ ਇਹਨਾਂ ਨਾਲ ਕੰਮ ਕਰਕੇ ਔਰ ਬਹੁਤ ਕੁਛ ਸਿੱਖਣ ਨੂੰ ਮਿਲਿਆ ਸੋ ਸਪੈਸ਼ਲੀ ਇਸ ਟੀਮ ਨੂੰ ਔਰ ਗੁਰਜੰਟ ਬਾਈ ਨੂੰ ਸੋ ਕਾਫੀ ਗੱਲਾਂ ਕਰਦੇ ਹੁੰਦੇ ਸੀ ਸੋ ਥੈਂਕ ਯੂ ਮੇਰੇ ਵੱਲੋਂ ਮੈਂ ਹੀ ਬਹੁਤ ਲੱਕੀ ਹੈ ਕਿ ਮੈਂ ਇਸ ਟੀਮ ਦੇ ਨਾਲ ਕੰਮ ਕਰ ਰਿਹਾ ਸੋ 19 ਨਵੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਔਰ ਜਿਹੜਾ ਵੀ ਇੱਕ ਵਾਰੀ ਫਿਲਮ ਦੇਖੂਗਾ ਉਹਦੀ ਤਸੱਲੀ ਜ਼ਰੂਰ ਹੋ ਜੂਗੀ ਕਿ ਵਾਕਈ ਵਾਰਨਿੰਗ ਹੈਗੀ ਹੈ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਗਿੱਪੀ ਬਾਈ ਹਲੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਸਾਰਿਆਂ ਨੇ ਕਹਿ ਹੀ ਦਿੱਤਾ ਕਿ 19 ਤਰੀਕ ਦੀ ਵਾਰਨਿੰਗ ਦੀ ਰਿਲੀਜ਼ਿੰਗ ਹੈ ਜਿਵੇਂ ਪ੍ਰਿੰਸ ਭਾਅ ਜੀ ਨੇ ਕਿਹਾ ਕਿ ਟ੍ਰੇਲਰ ਨੂੰ ਵੇਖ ਕੇ ਜਾਂ ਗਾਣੇ ਨੂੰ ਵੇਖ ਕੇ ਲੱਗਦਾ ਹੈ ਕਿ ਵੱਟ ਟੁੱਕ ਵਾਲਾ ਸਿਸਟਮ ਹੀ ਹੈ ਸਾਰਾ ਕੁਛ ਇੱਦਾਂ ਦਾ ਹੀ ਹੈ ਪਰ ਹਾਂ ਇਸ ਗੱਲ ਦਾ ਆਸ਼ਵਾਸਨ ਮੈਂ ਜ਼ਰੂਰ ਦੇ ਪਾਊਂਗਾ ਕਿ ਤੁਸੀਂ ਸਾਰੇ ਪਰਿਵਾਰਾਂ ਦੇ ਸਮੇਤ ਜਾ ਕੇ ਫਿਲਮ ਵੇਖ ਸਕਦੇ ਹੋ ਟ੍ਰੇਲਰ 'ਚ ਕੁਛ ਚੀਜ਼ਾਂ ਜ਼ਰੂਰ ਉੱਦਾਂ ਦੀਆਂ ਹੈਗੀਆਂ ਪਰ ਓਵਰਆਲ ਫਿਲਮ 'ਚ ਤੁਹਾਨੂੰ ਓਵਰਆਲ ਇੱਕ ਫੁੱਲ ਪੈਕੇਜ ਮਿਲੂਗਾ ਫਿਲਮ ਦਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਤੇ ਜਿੱਦਾਂ ਸਾਰਿਆਂ ਨੇ ਦੱਸਿਆ ਕਿ 19 ਤਰੀਕ ਨੂੰ ਵਾਰਨਿੰਗ ਰਿਲੀਜ਼ ਹੋ ਰਹੀ ਹੈ ਅਤੇ ਜਿਹਦੇ ਵਿੱਚ ਮਤਲਬ ਪ੍ਰਿੰਸ ਵੀਰਾ ਧੀਰਜ ਵੀਰਾ ਗੁਰਜੰਟ ਵੀਰਾ ਪਰਮਵੀਰ ਭਾਅ ਜੀ ਬਾਕੀ ਹੋਰ ਸੀਨੀਅਰ ਐਕਟਰ ਨੇ ਅਤੇ ਅਮਰ ਭਾਅ ਜੀ ਨੇ ਡਾਇਰੈਕਟ ਕੀਤੀ ਹੈ ਫਿਲਮ ਅਤੇ ਮਤਲਬ ਮੈਂ ਕਹਿੰਦਾ ਹੁੰਦਾ ਸੀ ਵੀ ਜਦੋਂ ਮੈਂ ਟ੍ਰੇਲਰ ਦੇਖਿਆ ਸੀ ਫਿਲਮ ਦਾ ਪਹਿਲਾਂ ਰਿਲੀਜ਼ਿੰਗ ਤੋਂ ਪਹਿਲਾਂ ਵੀ ਯਾਰ ਜਿਹੜਾ ਬੰਦਾ ਫਿਲਮ ਨਹੀਂ ਦੇਖਣ ਦਾ ਇੱਛੁਕ ਹੈਗਾ ਜੇ ਉਹਨੂੰ ਆਪਾਂ ਧੱਕੇ ਨਾਲ ਫੜ ਕੇ ਟ੍ਰੇਲਰ ਦਿਖਾਤਾ ਅਤੇ ਉਹ ਫਿਲਮ ਦੇਖੂਗਾ ਦੇਖੂਗਾ ਅਤੇ ਉੱਦਾਂ ਦੀ ਫਿਲਮ ਹੈ ਉੱਦਾਂ ਦਾ ਟ੍ਰੇਲਰ ਸੀ ਹੈ ਨਾ ਇੱਕ ਵੱਖਰਾ ਸਿਨੇਮਾ ਹੈ ਪੰਜਾਬੀ ਦੇ ਵਿੱਚ ਹੈ ਨਾ ਅਤੇ ਤੁਸੀਂ ਸਾਰੇ ਜਾਣੇ 19 ਤਰੀਕ ਨੂੰ ਦੇਖ ਕੇ ਜਾ ਕੇ ਫਿਲਮ ਦੇਖ ਕੇ ਆਇਓ ਥੈਂਕ ਯੂ जैसे आप सब बता ही चुके हैं कि वार्निंग हम्बल मोशन पिक्चर्स प्रेजेंट्स वार्निंग ऑन 19th November 2021 अभी हम वन ऑन वन स्टार्ट करेंगे उससे पहले मैं समीर सर का पिरामिड से थैंक यू करूंगी कि उन्होंने हमें गेट टुगेदर करने का मौका दिया एंड ये प्रेस कॉन्फ्रेंस ऑर्गेनाइज करवाई एंड अब हम वन ऑन वन वन टू वन स्टार्ट करते हैं एंड लेट्स स्टार्ट द इवेंट ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੈਰੀ ਢਿੱਲੋਂ ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਵਾਰਨਿੰਗ ਦੇ ਪ੍ਰੀਮੀਅਰ ਤੇ ਓਬਵੀਅਸ ਤੁਸੀਂ ਜਾਣ ਸਾਰੇ ਜਾਣਦੇ ਹੋ ਜਿੱਦਾਂ ਵਾਰਨਿੰਗ ਦੀ ਪਹਿਲਾਂ ਵੈਬ ਸੀਰੀਜ਼ ਸ਼ੂਟ ਹੋਈ ਸੀ ਫਸਟ ਪਾਰਟ ਸੈਕਿੰਡ ਪਾਰਟ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡੀ ਸਾਰਿਆਂ ਦੀ ਡਿਮਾਂਡ ਸੀਗੀ ਕਿ ਇਹਦੀ ਇੱਕ ਫੁੱਲ ਮੂਵੀ ਆਵੇ ਤਾਂ ਗਿੱਪੀ ਬਾਈ ਉਹਨਾਂ ਨੇ ਸੋਚਿਆ ਕਿ ਇਹਦੀ ਕਿਉਂ ਨਾ ਇੱਕ ਫੁੱਲ ਮੂਵੀ ਕਰ ਦਿੱਤੀ ਜਾਵੇ ਇਹ ਮੂਵੀ ਅੱਜ ਪ੍ਰੀਮੀਅਰ ਹੈ ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ ਤੁਸੀਂ ਵੀ ਸਾਰੇ ਦੇਖੋ ਅਸੀਂ ਵੀ ਸਾਰੇ ਦੇਖਣ ਜਾ ਰਹੇ ਮੂਵੀ ਦੇਖਣ ਤੋਂ ਬਾਅਦ ਤੁਹਾਨੂੰ ਅਸੀਂ ਆਪਣਾ ਰਿਵਿਊ ਦੇਵਾਂਗੇ ਵੀ ਮੂਵੀ ਕਿੱਦਾਂ ਦੀ ਬਣੀ ਹੈ
तो फिर तुम जाके मूवी देख सको जो इंजॉय कर सको। मेरे नाल जो करैक्टर है मोस्ट अवेटड मोस्ट वॉन्टड पम्मा बाई भाई। सत श्रीकाल मेरे सेहत ठीक ठाक है। जो पहले आप इंटरव्यू भी थोड़ी करी थी जो वार्निंग अपनी वैब सीरीज आई थी उस तो बाद एकदम तुम मूवी रिलीज कर तुम मैंने उदो दस्या भी नहीं मूवी आ रही है। हाँ मैं जान के नहीं दस्या सी पम्मे का रौला पै गया कि पम्मा मर गया। लोगों ने बहुत कमेंट्स के बोलिया यार पम्मा नहीं मार रहा पम्मा वापस आना चाहिए आ लाइक इन्ना प्यार ऑडियंस का। तो एक करैक्टर पम्मा वैसे पहले ही वापस आना सी बाद डिसाइड किया कि पम्मे वापस ले गए? नहीं बाद लोगों ने ही असल च ज्यौदा करवाया। मैं ट्रेलर देखा भाजी ट्रेलर के बड़े एक अमेजिंग करैक्टर के बैठे हो लाइक धमकियां दे रहे हो कुछ बंदा मार दें फिल्म रिलीज आ वैब सीरीज तुसी देखो यूट्यूब ते देखी ते हिट करती कल पैसे ला के जावड़े हुण पम्मे करके पम्मा मोस्ट वेटेड करैक्टर सीगा मैं ऑलरेडी दस्या पम्मा शायद वार्निंग दी बैकबोन मानदे सी गल। वाहेगुरू सो तीर जी सत श्रीकाल वेला वार्निंग लिया बहुत बहुत वधाई जी। थैंक यू। अच्छा जदों वार्निंग दा सैकंड पार्ट आया सीगा देखिया गया सीगा कि उहदे विच पम्मे दी मौत हो जांदी है तां थोड़ी एंट्री हुंदी है जी उस बाद लगदा सी कि तुहानूं लगदा सी कि वाकई मूवी आऊगी एकदम? नहीं इदां कुछ वी सोचिया नहीं सी। पहले एपीसोड तो बाद जो सैकंड एपीसोड आया सी तां फिर ਬਾਈ ਨੂੰ ਲੱਗਿਆ ਕਿ ਇਹਨੂੰ ਵੱਡਾ ਕਰ ਦੇ। ਸਾਨੂੰ ਸ਼ੁਰੂ ਤੋਂ ਲੱਗਿਆ ਕਿ ਵੈਬ ਸੀਰੀਜ਼ ਰਹਿਣ ਦੀ ਵੀਰਾ ਕਹਿੰਦਾ ਕਿ ਨਹੀਂ ਜੋ ਤੁਸੀਂ ਇਹਨੂੰ ਸਿਨੇਮੇ 'ਚ ਦੇਖੋਗੇ ਤਾਂ ਇਹਦਾ ਜਿਹੜਾ ਮਿਊਜ਼ਿਕ ਆ ਜਿਵੇਂ ਆਪਾਂ KGF ਦੇਖਦੇ ਹਾਂ ਤਾਂ ਇਹ ਉਸ ਲੈਵਲ ਦੀ ਫਿਲਮ ਆ ਇਹਨੂੰ ਤੁਸੀਂ TV 'ਤੇ ਫੀਲ ਨਹੀਂ ਕਰਦੇ। ਜਦੋਂ ਵੈਬ ਸੀਰੀਜ਼ ਤੋਂ ਬਾਅਦ ਇੱਕ ਅਨਾਊਂਸਮੈਂਟ ਹੋਈ ਕਿ ਆਪਾਂ ਇਹਨੂੰ ਇੱਕ ਵੱਡੇ ਪੱਧਰ 'ਤੇ ਜਾਂ ਫਿਲਮ ਰਿਲੀਜ਼ ਕਰ ਰਹੇ ਹਾਂ ਪ੍ਰੋਪਰ 2-2.5 ਘੰਟੇ ਜਿੰਨੇ ਵੀ ਬਣੀ ਆ ਇਹ ਫਿਲਮ ਰਿਲੀਜ਼ ਕਰਾਂਗੇ ਆਪਾਂ ਤਾਂ ਤੁਹਾਨੂੰ ਕਿੰਨੀ ਕੁ ਤਿਆਰੀ ਕਰਨੀ ਪਈ? ਤਿਆਰੀ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਕਰਨੀ ਪਈ ਕਿਉਂਕਿ ਮੈਂ ਪਹਿਲੀ ਵਾਰੀ ਇੱਦਾਂ ਦਾ ਕਰੈਕਟਰ ਕਰ ਰਿਹਾ ਸੀ ਬਿਲਕੁਲ ਮੇਰੀ ਨੇਚਰ ਤੋਂ ਹਟ ਕੇ ਸੋ ਮੈਨੂੰ ਤਾਂ ਹਰੇਕ ਮੂਵਮੈਂਟ 'ਤੇ ਕੰਮ ਕਰਨਾ ਪੈਂਦਾ ਸੀ। ਬਾਕੀ ਟੀਮ ਦਾ ਅਮਰ ਨੇ ਬਹੁਤ ਸੋਹਣਾ ਹਰੇਕ ਇੱਕ ਮੂਵਮੈਂਟ 'ਤੇ ਕੰਮ ਕਰਵਾਇਆ ਸੋ ਮੈਨੂੰ ਹੁਣ ਵੀ ਜਦੋਂ ਮੈਨੂੰ ਸਕਰੀਨ 'ਤੇ ਦੇਖਦਾ ਤਾਂ ਮੈਨੂੰ ਲੱਗਦਾ ਕਿ ਪਤਾ ਨਹੀਂ ਕੌਣ ਹੈਗਾ। ਹੁਣ ਦੇਖਣ 'ਚ ਮਤਲਬ ਲੱਗਦਾ ਸੀ 1-1 ਵੱਧ ਗਏ ਆ ਪੰਮੇ ਦਾ ਕਰੈਕਟਰ ਤੁਹਾਡਾ ਅਗਰ ਗਿੱਪੀ ਬਾਈ ਦਾ ਕਰੈਕਟਰ ਦੇਖਿਆ ਜਾਵੇ ਤਾਂ ਬੈਕ ਟੂ ਬੈਕ ਲੱਗਦਾ ਵੱਡੇ ਤੋਂ ਵੱਡਾ ਕਰੈਕਟਰ ਆ ਰਿਹਾ ਆ ਅਤੇ ਉਸ ਚੀਜ਼ ਨੂੰ ਤੁਹਾਨੂੰ ਕਿਤੇ ਲੱਗਿਆ ਵੀ ਹਾਂ ਵੀ ਕਰੈਕਟਰ ਕੋਈ ਹਾਵੀ ਨਾ ਮੇਰੇ 'ਤੇ ਹੋ ਜਾਏ ਜਾਂ ਕਿੱਦਾਂ? ਨਹੀਂ ਤਾਂ ਇੱਕ ਜੋ ਤੁਸੀਂ ਫਿਲਮ ਦੇਖੋਗੇ ਮੈਨੂੰ ਲੱਗਦਾ ਉਸ ਤੋਂ ਬਾਅਦ ਇਹ ਸਵਾਲ ਪੁੱਛਾਂਗੇ ਤਾਂ ਆਪਾਂ ਜ਼ਿਆਦਾ। ਪਲਾਨ ਕੀਤਾ ਨੀ ਜੀ ਸਾਤੋ ਕਰਵਾ ਤਾ ਲੋਕਾਂ ਨੇ ਹਨਾ ਸੋ ਇੰਨਾ ਪਿਆਰ ਇੰਨਾ ਮਤਲਬ ਅਸੀਂ ਉਤਸ਼ਾਹ ਕਿਤੇ ਦੇਖਿਆ ਨੀ ਸੀ ਇੰਨੀ ਐਕਸਾਈਟਮੈਂਟ ਲੈਵਲ ਨਹੀਂ ਸੀ ਦੇਖੀ ਹਨਾ ਜਿੰਨੀ ਇਸ ਫਿਲਮ ਲਈ ਹੋ ਗਈ ਸੀ ਹਨਾ ਉਹ ਵੈਬ ਸੀਰੀਆਂ ਲਈ ਹਨਾ ਸੋ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਯਾਰ ਡੈਫੀਨੇਟਲੀ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੇ ਪੜਦੇ 'ਤੇ ਲਾਇਆ ਜਾਵੇ ਸੋ ਜਦੋਂ ਫਿਲਮ ਬਣਾਈ ਆ ਅੱਜ ਐਕਸਾਈਟਮੈਂਟ ਲੈਵਲ ਦੇਖਦੇ ਹਾਂ ਲੋਕਾਂ ਦਾ ਕਿੰਨਾ ਜ਼ਿਆਦਾ ਹਾਈ ਹੋ ਗਿਆ ਜੀ। ਅੱਛਾ ਗਿੱਪੀ ਉਮੀਦ ਸੀ ਗਿੱਪੀ ਇੱਕ ਹੀਰੋ ਦੀ ਤਰ੍ਹਾਂ ਐਂਟਰੀ ਕਰੇਗਾ ਗਿੱਪੀ ਦੀ ਐਂਟਰੀ ਹੋਈ ਬਹੁਤ ਹੀ ਖਤਰਨਾਕ ਦੇਖਣ 'ਚ ਲੱਗ ਰਿਹਾ ਜਿੰਨਾ ਕੋਈ ਵਿਲਨ ਹੁੰਦਾ ਹੈ ਵਿਲਨ ਹੈ ਨੈਗੇਟਿਵ ਕਰੈਕਟਰ ਹਾਂ ਮਜ਼ਾ ਆਇਆ ਕਰਕੇ ਬਹੁਤ ਵਧੀਆ ਲੱਗਿਆ ਜੀ। ਐਕਚੁਅਲੀ ਮੈਨੂੰ ਪਤਾ ਨਹੀਂ ਸੀ ਮੈਂ ਕਰਨਾ ਮੈਂ ਤਾਂ ਲਿਖ ਲਿਆ ਸੀਗਾ ਕਿਉਂਕਿ ਲਿਖੀ ਮੈਂ ਸੀ ਅਤੇ ਅਮਰ ਕਹਿੰਦਾ ਵੀ ਬਾਈ ਤੁਸੀਂ ਕਰੋ ਅਤੇ ਮੈਨੂੰ ਕਹਿੰਦਾ ਇੱਦਾਂ ਕਰਨਾ ਉੱਦਾਂ ਕਰਨਾ ਮੇਰੇ ਵਾਲ ਬੁਲ ਕਟਾ ਤੇ ਲੋਕਾਂ ਬਣਾ ਤੀ ਮੈਂ ਕਿਹਾ ਠੀਕ ਹੈ ਮੈਂ ਕਰ ਲੈਂਦੇ ਜੀ ਮਜ਼ਾ ਆਇਆ ਕਰੈਕਟਰ ਕਰਕੇ ਬਹੁਤ ਵਧੀਆ ਲੱਗਿਆ। ਅੱਜ ਦੇ ਦਿਨ ਤੁਸੀਂ ਆਪਣੀ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਲਾਈਕ ਕਿਸ ਪਰਪਸ ਤੋਂ ਮੂਵੀ ਦੇਖਣੀ ਮੌਜਾਂ ਲੁੱਟੋ ਨਜ਼ਾਰੇ ਲੁੱਟੋ ਕੱਲ੍ਹ ਲੱਗ ਜਾਣੀ ਆ ਦੇਖੋ ਵਧੀਆ ਫਿਲਮ ਹੈ ਘੈਂਟ ਠੀਕ ਹੈ ਬਾਈ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਿਹਤਾਂ ਠੀਕ ਠਾਕ ਹੈ ਜੀ ਸਤਿ ਸ਼੍ਰੀ ਅਕਾਲ ਸਿਹਤਾਂ ਵਧੀਆ ਜੀ ਵਧੀਆ ਜੀ ਵਧੀਆ ਨਰੇਸ਼ ਨੂੰ ਬੁਲਾ ਰਿਹਾ ਸੀ ਮੈਂ ਹਾਂਜੀ ਵਧੀਆ ਅੱਜ ਵਾਰਨਿੰਗ ਰਿਲੀਜ਼ ਹੋ ਰਹੀ ਹੈ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਗਿੱਪੀ ਬਾਈ ਦੀ ਪੂਰੀ ਟੀਮ ਨੂੰ ਨੂੰ ਮੁਬਾਰਕਾਂ ਜੀ ਔਰ ਗਿੱਪੀ ਨੂੰ ਖਾਸ ਕਰਕੇ ਅਮਰ ਨੂੰ ਔਰ ਪੰਮੇ ਨੂੰ ਕਿਉਂਕਿ ਮੇਰਾ ਫੇਵਰੇਟ ਹੈ ਸ਼ੁਰੂ ਤੋਂ ਹੀ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਕੰਮ ਔਰ ਬਹੁਤ ਖੁਸ਼ੀ ਹੋਈ ਹੈ ਕਿ ਬੰਦੇ ਨੂੰ ਜਿਹੜਾ ਬਣਦਾ ਮੁਕਾਮ ਹੈ ਉਹ ਹਾਸਲ ਹੋ ਰਿਹਾ ਔਰ ਹੋਰ ਵੀ ਅੱਗੇ ਜਾਵੇ ਭਰਾ ਸਾਡਾ ਕਰਮਜੀਤ ਮੈਂ ਬੈਕ ਟੂ ਬੈਕ ਗਾਣੇ ਵੀ ਲੈ ਕੇ ਆਇਆ ਸੀ ਤਾਂ ਹੁਣ ਮੂਵੀ ਕਦੋਂ ਲੈ ਕੇ ਆ ਰਹੇ? ਬਸ ਜਲਦੀ ਇਹ ਮੂਵੀ ਹੁਣ ਕਰ ਰਹੇ ਹਾਂ ਜੀ ਹਾਂਜੀ ਗਾਣੇ ਵੀ ਹੋਣਗੇ ਜੀ ਮੂਵੀ ਵੀ ਆਊਗੀ ਇੰਟਰਟੇਨਮੈਂਟ ਦਾ ਪੂਰਾ ਧਿਆਨ ਰੱਖਿਆ ਜਾਊਗਾ ਪੂਰਾ ਹਾਂਜੀ ਪਿਛਲੀ ਵਾਰ ਤੁਸੀਂ ਇੱਕ ਵਾਰੀ ਮੋਟੀਵੇਸ਼ਨਲ ਮੂਵੀ ਲੈ ਕੇ ਆਏ ਸੀ ਬਾਪੂ ਪਰੇਸ਼ਾਨ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੀ ਸੋ ਉਸ ਤੋਂ ਬਾਅਦ ਹੁਣ ਕੀ ਤੁਹਾਡਾ ਵੀ ਕਿੱਦਾਂ ਦੀ ਮੂਵੀ ਆਡੀਅੰਸ ਦਿੱਤੀ ਆ ਹੁਣ ਦੇਖੋ ਜੀ ਇੱਕ ਤਾਂ ਲਾਮਾ ਫੇਰੇ 2 ਆ ਰਹੀ ਹੈ ਜੀ ਉਸ ਤੋਂ ਬਾਅਦ ਹੋਰ ਵੀ ਆਪਣੇ ਪ੍ਰੋਡਕਸ਼ਨ ਦੇ ਵਿੱਚ ਕੱਲ੍ਹ ਪਰਸੋਂ ਤੱਕ ਮੈਂ ਰਿਵੀਲ ਕਰੂੰਗਾ ਥੈਂਕ ਯੂ ਸੋ ਮਚ ਭਾਅ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ
ਅੱਜ ਵਾਰਨਿੰਗ ਰਿਲੀਜ਼ ਹੋਣ ਜਾ ਰਹੀ ਹੈ ਪ੍ਰੀਮੀਅਰ ਅੱਜ ਅਤੇ ਕਿੱਦਾਂ ਦੀ ਐਕਸਾਈਟਮੈਂਟ ਆ ਤੁਹਾਨੂੰ? ਬਹੁਤ ਐਕਸਾਈਟਮੈਂਟ ਆਈ, ਇਹਦੀ ਵੈਬ ਸੀਰੀਜ਼ ਪਹਿਲਾਂ ਹੀ ਬਹੁਤ ਵੱਡੀ ਹਿੱਟ ਹੋ ਚੁੱਕੀ ਹੈ ਅਤੇ ਤਾਂ ਹੀ ਇਹਨਾਂ ਨੂੰ ਹੌਸਲਾ ਪਿਆ ਕਿ ਫਿਲਮ ਬਣਾਈਏ ਅਤੇ ਇੱਕ ਨਵੇਂ ਟਾਈਪ ਦਾ ਸਿਨੇਮਾ ਹੈਗਾ, ਇਹੋ ਜਿਹਾ ਵੀ ਸਿਨੇਮਾ ਹੋਣਾ ਚਾਹੀਦਾ ਜਿਹੜਾ ਕਿ ਹੁਣ ਤੱਕ ਪੰਜਾਬ 'ਚ ਮੈਕਸੀਮਮ ਕਾਮੇਡੀ ਹਾਵੀ ਨੇ ਨਾ, ਕਾਮੇਡੀਜ਼ ਤੋਂ ਹਟ ਕੇ ਕੁਛ ਆਇਆ। ਇੱਕ ਜਿੱਦਾਂ ਪਹਿਲਾਂ ਵਾਰਨਿੰਗ ਇੱਕ ਵੈਬ ਸੀਰੀਜ਼ ਸ਼ੁਰੂ ਕੀਤੀ ਸੀ ਇਹਨਾਂ ਨੇ, ਉਹ ਤੋਂ ਬਾਅਦ ਇੱਕਦਮ ਮੂਵੀ ਕਰ ਦਿੱਤੀ, ਤੁਹਾਨੂੰ ਕੀ ਲੱਗਦਾ ਕਿ ਮੂਵੀ ਕਰਨੀ ਚਾਹੀਦੀ ਸੀ ਜਾਂ ਵੈਬ ਸੀਰੀਜ਼ ਹੀ ਰਹਿਣ ਦੇਣੀ ਚਾਹੀਦੀ ਸੀ? ਨਹੀਂ ਦੇਖੋ ਜੀ, ਹਰ ਬੰਦਾ ਚਾਹੁੰਦਾ ਕਿ ਇੱਕ ਸਟੈਪ ਅੱਗੇ ਜਾਇਆ ਜਾਵੇ ਜੀ, ਤਾਂ ਵਧੀਆ ਇੱਕ ਸਟੈਪ ਹੈ ਜੀ, ਜੇ ਉਹਨੂੰ ਉਹਦੀ ਕਾਮਯਾਬੀ ਤੋਂ ਵੀ ਇਹਨਾਂ ਦੀ ਪ੍ਰਭਾਵਿਤ ਹੋ ਗਈ ਸਟੈਪ ਚੱਕਿਆ। ਤੁਹਾਡੀਆਂ ਹੁਣ ਤੱਕ ਜਿੰਨੀਆਂ ਵੀ ਮੂਵੀ ਆਈਆਂ ਮੈਂ ਗੱਲ ਕਰਾਂ ਜਾਂ ਗਿੱਪੀ ਬਾਈ ਨੂੰ ਤੁਸੀਂ ਪਹਿਲੇ ਦਿਨ ਤੋਂ ਕੰਮ ਕਰ ਰਹੇ ਹੋ ਤਾਂ ਸਾਰੀਆਂ ਹਿੱਟ ਗਈਆਂ ਨੇ, ਇਸ ਤੋਂ ਬਾਅਦ ਗਿੱਪੀ ਬਾਈ ਨਾਲ ਕੋਈ ਨਵੇਂ ਪ੍ਰੋਜੈਕਟ? ਸਾਡੇ ਬੈਕ ਟੂ ਬੈਕ ਪਾਈਪਲਾਈਨ 'ਚ ਹੈਗੇ ਜੀ, ਕੱਲ੍ਹ ਤੋਂ ਸਟਾਰਟ ਆ ਸ਼ੂਟਿੰਗ ਯਾਰ ਤਿੱਤਲੀਆਂ ਵਰਗਾ, ਅਤੇ ਉਸ ਤੋਂ ਅਗਲੇ ਮਹੀਨੇ ਵਾਪਸ ਇੱਕ ਨਵਾਂ ਸਟਾਰਟ ਆ, ਤਾਂ ਨਾਮ ਨਹੀਂ ਹਲੇ ਰੱਖਿਆ, ਅਤੇ ਸਾਡੇ ਕੰਟੀਨਿਊ ਹੈਗੇ ਪਾਈਪਲਾਈਨ 'ਚ। ਅਤੇ ਐਜ਼ ਵੈਲ ਐਜ਼ ਤੁਹਾਨੂੰ ਫਿਰ ਦੁਬਾਰਾ ਸਕਰੀਨ 'ਤੇ ਵੇਖਣ ਨੂੰ ਵੀ ਮਿਲੇਗਾ? ਜਿਹੜੀ ਫਿਲਮ 'ਚ ਕਿਤੇ ਰਿਕੁਆਇਰਮੈਂਟ ਹੁੰਦੀ ਆ ਧੱਕੇ ਨਾਲ, ਤਾਂ ਆਪ ਨੂੰ ਵੀ ਜੀ ਨਹੀਂ ਬਣਦਾ ਆਉਣ ਦਾ। ਜਿੱਦਾਂ ਮਿਸ ਐਂਡ ਮਿਸਿਜ਼ 420 ਦੀ ਗੱਲ ਕਰਾਂ, ਉਹਦੇ ਵਿੱਚ ਤੁਸੀਂ ਆਪਣਾ ਤੁਹਾਡਾ ਆਪਣਾ ਕਰੈਕਟਰ ਇੱਕ ਬੜਾ ਸਵੀਟ ਕਰੈਕਟਰ ਰੱਖਿਆ ਸੀਗਾ, ਉਸ ਤਰ੍ਹਾਂ ਸੋਚਿਆ ਵੀ ਅਗਲੀ ਫਿਲਮ ਆਉਣ ਵਾਲੀਆਂ ਦੇ ਵਿੱਚ ਵੀ ਕੁਛ ਨਾ ਕੁਛ ਤਰ੍ਹਾਂ ਦਾ ਤੁਸੀਂ ਮਸਾਲਾ ਦਿਓਗੇ? ਬਾਕੀਆਂ 'ਚ ਤਾਂ ਹਾਲੇ ਐਕਟਿੰਗ ਦਾ ਪਤਾ ਨਹੀਂ, ਹਾਂ 420 ਦਾ ਨੈਕਸਟ ਪਾਰਟ ਜਦੋਂ ਸਟਾਰਟ ਹੋਏਗਾ ਉਸ ਤੋਂ ਡੈਫੀਨੇਟਲੀ ਹੈਗਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਜਿਵੇਂ ਵਾਰਨਿੰਗ ਮੂਵੀ ਦਾ ਪ੍ਰੀਮੀਅਰ ਤੁਸੀਂ ਪਹੁੰਚੇ ਅਤੇ ਮੇਰੇ ਨਾਲ ਜੈਦੇਵ ਜੀ ਔਰ ਕੁਮਾਰ ਜੀ ਨੇ, ਮੇਰੇ ਨਾਲ ਗੱਲਬਾਤ ਕਰਾਂਗਾ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਮੈਂ ਗੱਲ ਕਰਾਂ ਮਿਊਜ਼ਿਕ, ਇਸ ਮਿਊਜ਼ਿਕ ਇੰਡਸਟਰੀ ਨੂੰ ਤੁਸੀਂ ਬਹੁਤ ਹਿੱਟ ਸੌਂਗਸ ਦਿੱਤੇ ਨੇ। ਹਾਂਜੀ। ਅਤੇ ਅੱਜ ਤੁਸੀਂ ਵਾਰਨਿੰਗ ਦੇ ਪ੍ਰੀਮੀਅਰ ਤੇ ਆਏ ਹੋ। ਹਾਂਜੀ ਹਾਂਜੀ। ਤੇ ਤੁਸੀਂ ਪੰਜਾਬੀ ਇੰਡਸਟਰੀ ਨੂੰ ਕਿੱਦਾਂ ਦੇਖਦੇ ਹੋ? ਬਹੁਤ ਅੱਛੀ, ਬਹੁਤ ਅੱਛੀ ਚੱਲ ਰਹੀ ਹੈ ਜੀ। ਜੀ ਐਨ ਯੂ ਦੇ ਵੇਲੇ ਇੱਥੇ ਵੈਨਿਟੀ ਵੈਨ ਵੀ ਨਹੀਂ ਸੀਗੀਆਂ ਜਦ ਆਪਾਂ ਸ਼ੁਰੂ ਕੀਤੀ ਸੀ ਫਿਲਮ, ਹੈ ਨਾ, ਕੋਈ ਇਨਫਰਾਸਟ੍ਰਕਚਰ ਨਹੀਂ ਸੀ, ਜੋ ਬਹੁਤ ਵਧੀਆ ਇਨਫਰਾਸਟ੍ਰਕਚਰ ਹੈ ਜੀ ਜੀ। ਆਈ ਐਮ ਹੈਪੀ ਸਰ। ਤੁਹਾਡੀ ਗੱਲ ਕਰਾਂ, ਪੂਰੇ ਹਿੱਟ ਗਾਣੇ ਸ਼ਾਇਦ ਬੱਚੇ ਦੇ ਮੂੰਹ ਤੇ ਉਹ ਗਾਣੇ ਹੋਣਗੇ ਜਿਹੜੇ ਤੁਸੀਂ ਇੰਡਸਟਰੀ ਨੂੰ ਦਿੱਤੇ ਨੇ, ਤੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਜਦੋਂ ਛੋਟੇ ਛੋਟੇ ਬੱਚੇ ਵੀ ਤੁਹਾਡੇ ਗਾਣੇ ਗਾਉਂਦੇ ਨੇ ਜਾਂ ਪ੍ਰੋਨਾਂਸ ਕਰਦੇ ਨੇ? ਬਹੁਤ ਵਧੀਆ ਤਾਂ ਲੱਗਦਾ ਹੀ ਹੈ, ਬਟ ਪੰਜਾਬ ਵਾਸਤੇ ਲਿਖਣਾ ਤੇ ਪੰਜਾਬੀ 'ਚ ਲਿਖਣਾ ਮੇਰੇ ਲਈ ਹੋਰ ਮਾਣ ਦੀ ਗੱਲ ਹੋ ਜਾਂਦੀ ਹੈ। ਜੱਟਾਂ ਜੂਲੀਅਟ ਤੋਂ ਮੈਂ ਸਟਾਰਟ ਕੀਤਾ ਸੀ ਭਾਈ ਨਾਲ, ਗੱਡੀ ਮੋੜਾਂ ਗਾਣੇ ਤੋਂ, ਤੇ ਕਾਫੀ ਗਾਣੇ ਪੰਜਾਬ 'ਚ ਕੀਤੇ, ਤੇ ਅੱਜ ਬਾਲੀਵੁੱਡ ਵਿੱਚ ਮੈਂ ਪੰਜਾਬੀ ਤੜਕੇ ਲਾ ਰਿਹਾ। ਮਤਲਬ ਓਬੀਅਸ ਪੰਜਾਬੀ ਤੜਕੇ, ਜਿਸ ਭਾਅ ਜੀ ਨੇ ਕਿ ਪੰਜਾਬੀ ਤੜਕੇ ਬਾਲੀਵੁੱਡ ਦੇ ਵਿੱਚ ਲਾ ਰਹੇ ਹਾਂ, ਤੁਸੀਂ ਵੀ ਕਾਫੀ ਲੰਬੇ ਅਰਸੇ ਤੋਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਹੋ, ਤੇ ਬਾਲੀਵੁੱਡ ਦੇ ਵਿੱਚ ਵੀ ਹੁਣ ਪੰਜਾਬੀ ਤੜਕਾ ਲਾਉਣਾ ਜ਼ਰੂਰੀ ਹੋ ਗਿਆ ਮੇਰੇ ਹਿਸਾਬ ਨਾਲ। ਜਦ ਕੋਈ ਮੁੰਡਾ ਜਲੰਧਰ ਤੋਂ ਜੀ ਬੰਬੇ ਤੇ ਪਹੁੰਚ ਜਾਏਗਾ ਨਾ ਜੀ ਜੀ, ਤੇ ਉਹ ਫਿਰ ਪੰਜਾਬੀ ਲੈ ਕੇ ਜਾਂਦਾ ਆਪਣੀ, ਇਹਨਾਂ ਕਰਕੇ ਹੈ ਨਾ ਜਿਹੜਾ ਤੜਕਾ ਲੱਗ ਰਿਹਾ। ਆਨੰਦ ਬਖਸ਼ੀ ਸਾਹਿਬ ਸੀ, ਉਸ ਤੋਂ ਬਾਅਦ ਆਇਆ ਇਹਨੇ, ਇਹਨਾਂ ਨੇ ਐਸਾ ਤੜਕਾ ਲਗਾਇਆ ਕਿ ਬਾਲੀਵੁੱਡ ਪੂਰਾ ਪੰਜਾਬੀ ਪੰਜਾਬੀ ਹੋਇਆ ਫਿਰ। ਤੇ ਤੁਹਾਨੂੰ ਕਿੰਨੀ ਕੁ ਖੁਸ਼ੀ ਹੁੰਦੀ ਉਸ ਚੀਜ਼ ਨੂੰ ਲੈ ਕੇ ਕਿ ਹਾਂ ਜਦੋਂ ਡਿਮਾਂਡ ਹੁੰਦੀ ਆ ਇੱਕ ਵੀ ਗਾਣਾ ਲਿਖਣਾ ਪਰ ਉਹਦੇ ਵਿੱਚ ਕੁਛ ਪੰਜਾਬੀ ਵਰਡਸ ਹੋਣ ਜਾਂ ਪੰਜਾਬੀ ਤੜਕਾ? ਉਦੋਂ ਹੀ ਹੋ ਗਿਆ ਜਿਵੇਂ ਚੰਡੀਗੜ੍ਹ ਮੈਚ ਯੁਵਰਾਜ ਸਿੰਘ ਨੇ ਖੇਡਣਾ ਜੀ, ਉਦਾਂ ਹੀ ਲੱਗਦਾ ਮੈਨੂੰ। ਇਹ ਈਜ਼ੀ ਵੀ ਲੱਗਦਾ ਬਟ ਚੈਲੇਂਜਿੰਗ ਵੀ ਹੁੰਦਾ ਕਿ ਰਿਪੀਟ ਨਹੀਂ ਕਰਨੀ ਕੋਈ ਚੀਜ਼, ਅਤੇ ਲਵਜ਼ ਉਹਨੇ ਕਿ ਨੇ ਅਤੇ ਥੋਟ ਨਵਾਂ ਲੈ ਕੇ ਕੀ ਲਿਖ ਸਕਦੇ ਹਾਂ ਅਸੀਂ, ਅਤੇ ਚਾਹੇ ਉਹ ਬੇਬੀ ਡੋਲ ਹੈ ਜਾਂ ਚਿੱਟੀਆਂ ਕਲਾਈਆਂ ਜਾਂ ਨੈਣਾਂ ਲੱਗੀਆਂ ਬਾਰਿਸ਼ਾਂ ਜਾਂ ਫਿਰ ਪੰਜਾਬ ਦੇ ਗਾਣੇ ਨੇ ਜਾਂ ਹਿੰਦੀ ਗਾਣੇ ਵੀ ਹੈ। ਮੈਂ ਹਿੰਦੀ ਵੀ ਲਿਖਦਾ ਜਾਂ ਦਿੱਲੀ ਵਾਲੀ ਗਰਲਫ੍ਰੈਂਡ ਛੋੜ ਛਾੜ ਕੇ, ਲੋਕਾਂ ਨੂੰ ਲੱਗਦਾ ਪੰਜਾਬੀ ਗਾਣਾ, ਬਟ ਲਿਖਿਆ ਮੈਂ ਹਿੰਦੀ 'ਚ। ਬਹੁਤ ਲੋਕ ਕਹਿੰਦੇ ਭਾਅ ਜੀ ਪੰਜਾਬੀ ਗਾਣਾ ਬਹੁਤ ਅੱਛਾ ਲਿਖਿਆ, ਮੈਂ ਯਾਰ ਉਹ ਹਿੰਦੀ ਗਾਣਾ ਲਿਖਿਆ ਪੂਰਾ। ਤਾਂ ਕਈ ਵਾਰੀ ਤੁਹਾਡੇ ਕਿਰਦਾਰ 'ਚ ਤੁਹਾਡੇ ਅੰਦਰ ਇੰਨੀ ਪੰਜਾਬ ਸ਼ਾਮਿਲ ਹੋ ਜਾਂਦਾ ਕਿ ਤੁਸੀਂ ਜੋ ਵੀ ਕਰਦੇ ਹੋ ਪੰਜਾਬ ਦੀ ਖੁਸ਼ਬੂ ਤੁਹਾਡੇ ਨਾਲ ਹੀ ਰਹਿੰਦੀ ਹੈ। ਜੇ ਤੁਹਾਡੇ ਕਦੀ ਮਾਇੰਡ 'ਚ ਇੱਦਾਂ ਨਹੀਂ, ਜਦੋਂ ਤੁਸੀਂ ਆਪਣੇ ਗਾਣੇ ਦੀ ਗੱਲ ਕੀਤੀ ਤਾਂ ਬੜੇ ਸੋਬਰ ਸਿੰਪਲ ਵਰਡਿੰਗ ਵਾਲੇ ਗਾਣੇ ਤਾਂ ਪਸੰਦ ਕਰਦੇ ਲੋਕ, ਜਿੱਦਾਂ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਗਾਣੇ ਹੁੰਦੇ ਕਿ ਥੋੜ੍ਹਾ ਜਿਹਾ ਬੰਦੂਕ ਦਾ ਮਸਾਲਾ ਨਾ ਲਾਇਆ ਜਾਵੇ ਤਾਂ ਗੱਲ ਨਹੀਂ ਬਣਦੀ, ਕਦੀ ਮਾਇੰਡ 'ਚ ਇੱਦਾਂ ਨਹੀਂ ਆਇਆ ਤੁਹਾਡੇ? ਯਾਰ ਮੈਂ ਇਸ ਪਾਸੇ ਵੱਲ ਸੋਚਿਆ ਨਹੀਂ, ਮੈਂ ਕਦੀ ਹਿੱਟ ਦੇ ਪਿੱਛੇ ਨੱਠਿਆ ਨਹੀਂ ਕਿ ਮੈਂ ਬਾਜ਼ਾਰ 'ਚ ਚੱਲ ਰਿਹਾ ਤਾਂ ਮੈਂ ਇੱਦਾਂ ਲਿਖੂੰਗਾ, ਇੱਦਾਂ ਨਹੀਂ ਮੇਰੇ ਮਨ 'ਚ ਰਹਿੰਦਾ ਮੈਂ ਟ੍ਰੈਂਡ ਸੈੱਟ ਕਰਾਂ, ਮੈਂ ਨਵੀਂ ਚੀਜ਼ ਲਿਖਾਂ ਕੋਈ। ਹਾਂ ਸ਼ਰਾਰਤ ਤਾਂ ਠੀਕ ਹੈ, ਬਦਮਾਸ਼ੀ ਤਾਂ ਠੀਕ ਹੈ, ਬਟ ਗੱਲ ਗੰਦੀ ਨਹੀਂ ਹੋਣੀ ਚਾਹੀਦੀ ਕਿਤੋਂ। ਸਰ ਮਿਊਜ਼ਿਕ ਦੀ ਗੱਲ ਕਰਾਂ ਮੈਂ, ਤੇ ਅੱਜ ਕੱਲ ਮੁੰਡੇ ਬਹੁਤ ਨਵੇਂ ਨਵੇਂ ਮੁੰਡੇ ਨੇ ਜਿਹੜੇ ਕਿ ਇੰਨਾ ਕ੍ਰੀਏਟਿਵ ਮਿਊਜ਼ਿਕ ਕਰਦੇ, ਵਾਰਨਿੰਗ ਦੇ ਪ੍ਰੀਮੀਅਰ ਤੇ ਆਏ ਆ ਜੀ ਜੀ, ਬਹੁਤ ਚੱਲੇ ਫਿਲਮ ਜੀ ਜੀ, ਔਰ ਪਿੱਛੇ ਜਾ ਕੇ ਦੇਖੋ ਔਰ ਸਾਰਾ ਕੁਝ ਚੱਲਦਾ ਰਹੇਗਾ, ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ, ਸਾਰੇ ਵਧੀਆ ਨੇ। ਨਹੀਂ ਤੁਹਾਡੀ ਗੱਲ ਇਹ ਕਰ ਰਹੇ ਸੀਗਾ ਕਿ ਇਸ ਤੋਂ ਬਾਅਦ ਨਵੇਂ ਆਉਣ ਵਾਲੇ ਗਾਣੇ ਬਾਰੇ ਕੁਝ ਨਵਾਂ ਡਿਜ਼ਾਈਨ ਕੀਤਾ ਤੁਸੀਂ? ਜਦ ਗਾਣਾ ਆਏਗਾ ਸਾਰਿਆਂ ਨੂੰ ਪਤਾ ਲੱਗ ਜਾਣਾ। ਥੈਂਕ ਯੂ ਸੋ ਮਚ, ਗੱਲ ਕੀਤੀ, ਬਹੁਤ ਬਹੁਤ ਸ਼ੁਕਰੀਆ, ਵਾਰਨਿੰਗ
ਜਦੋਂ ਤੁਸੀਂ ਕਹਿਤਾ ਆਪਾਂ ਅਗਲਾ ਪਾਰਟ ਨੂੰ ਰੈਡੀ ਕਰਦੇ ਠੀਕ ਹੈ ਭਾਈ ਥੈਂਕ ਯੂ ਸੋ ਮੱਚ ਵਿਸ਼ ਯੂ ਗੁੱਡ ਲੱਕ ਅਤੇ ਭਾਅ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹਰ ਵਾਰ ਤਰ੍ਹਾਂ ਤੁਹਾਡੀ ਐਕਟਿੰਗ ਵੀ ਬਾਕਮਾਲ ਸੀ ਥੈਂਕ ਯੂ ਜਿੱਦਾਂ ਦਾ ਅੱਜ ਆਡੀਅੰਸ ਤੋਂ ਪਿਆਰ ਮਿਲਿਆ ਮੈਨੂੰ ਸਾਨੂੰ ਉਮੀਦ ਹੈ ਕਿ ਕੱਲ੍ਹ ਨੂੰ ਮੂਵੀ ਰਿਲੀਜ਼ ਹੋ ਜਾਣੀ ਹੈ ਤਾਂ ਆਡੀਅੰਸ ਤੋਂ ਇੱਦਾਂ ਢੇਰ ਸਾਰਾ ਪਿਆਰ ਮਿਲੂਗਾ ਬਹੁਤ ਹੀ ਸੋਹਣੀ ਫਿਲਮ ਹੈ ਪ੍ਰਿੰਸ ਭਾਈ ਨੇ ਲਾਜਵਾਬ ਅਦਾਕਾਰੀ ਧੀਰਜ ਦਾ ਕੰਮ ਬਹੁਤ ਸ਼ਾਨਦਾਰ ਗਿੱਪੀ ਬਾਈ ਦੀ ਐਂਟਰੀ ਆਈ ਥਿੰਕ ਮੇਰੇ ਖਿਆਲ ਨਾਲ ਕਹਿੰਦੇ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਜਿਵੇਂ ਆਪਣੇ ਸਿਨੇਮੇ ਦੀ ਬਿਆਰ ਚੇਂਜ ਹੁੰਦੀ ਹੈ ਮੈਨੂੰ ਲੱਗਦਾ ਇਹ ਫਿਲਮ ਵੀ ਇੱਕ ਚੇਂਜ ਲੈ ਕੇ ਆਊਗੀ ਸਰ ਮੈਂ ਨਾ ਕਈ ਵਾਰ ਅੱਜ ਨੋਟਿਸ ਕਰ ਰਿਹਾ ਸੀ ਕਿ ਤੁਹਾਡਾ ਕਰੈਕਟਰ ਸੀਗਾ ਬੜਾ ਪਿਆਰਾ ਕਰੈਕਟਰ ਸੀਗਾ ਅਤੇ ਜਦੋਂ ਤੁਹਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਜਾਂ ਤੁਹਾਨੂੰ ਕਾਲ ਆਉਂਦੀ ਹੈ ਐਮਐਲਏ ਸਾਹਿਬ ਦੀ ਨਹੀਂ ਰੋਟੀਆਂ ਪਕਾਉਣੀਆਂ ਪੈਣਗੀਆਂ ਤੁਸੀਂ ਆਲਰੇਡੀ ਰੋਟੀਆਂ ਪਕਾ ਰਹੇ ਸੀ ਉਦੋਂ ਮੈਂ ਆਲਰੇਡੀ ਰੋਟੀਆਂ ਬਣਾ ਰਿਹਾ ਸੀਗਾ ਅਤੇ ਉਸ ਕਰਕੇ ਮੈਨੂੰ ਬਹੁਤ ਹੀ ਮਤਲਬ ਇਟਸ ਅ ਵੈਰੀ ਗੁੱਡ ਫਿਲਮ ਮਤਲਬ ਮੈਂ ਕਹਿੰਦਾ ਉਹਨਾਂ ਨੂੰ ਲੱਗਦਾ ਸੀ ਤੁਸੀਂ ਤੁਹਾਡਾ ਆਨਸਰ ਆਊਗਾ ਵੀ ਹੁਣ ਵੀ ਪਕਾ ਹੀ ਰਿਹਾ ਹਾਂ ਮੈਂ ਤਾਂ ਰੋਟੀਆਂ ਪੱਕੇ ਹਾਂ ਬਿਲਕੁਲ ਬਿਲਕੁਲ ਜਿਹੜਾ ਮੈਰਿਡ ਬੰਦਾ ਉਹਨੂੰ ਕਾਫੀ ਕੁਝ ਕਰਨਾ ਪੈਂਦਾ ਜੀ ਹਾਂ ਇਹ ਫਿਲਮ 'ਚ ਵੀ ਦਿਖਾਇਆ ਥੈਂਕ ਯੂ ਸੋ ਮਚ ਸੋ ਮੇਰੇ ਨਾਲ ਹੈ ਅਮਰ ਹੁੰਦਲ ਵੀਰਾ ਜਿਨ੍ਹਾਂ ਨੇ ਕਿ ਇਸ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੈ ਆਪਣੀ ਇੱਕ ਹਿੱਟ ਤੋਂ ਹਿੱਟ ਮੂਵੀਆਂ ਦਿੱਤੀਆਂ ਨੇ ਇੰਡਸਟਰੀ ਮੂਵੀ ਪਹਿਲੀ ਹੈ ਗਾਣੇ ਹਿੱਟ ਦਿੱਤੇ ਆ ਤੁਸੀਂ ਅਤੇ ਗੱਲ ਕਰਾਂ ਪਹਿਲੀ ਵੈਬ ਸੀਰੀਜ਼ ਪਹਿਲਾਂ ਤੁਸੀਂ ਸ਼ੂਟ ਕੀਤੀ ਸੀਗੀ ਵੈਬ ਸੀਰੀਜ਼ ਤੋਂ ਬਾਅਦ ਇੱਕਦਮ ਮੂਵੀ ਵੱਲ ਆ ਗਏ ਤੁਸੀਂ ਵੈਬ ਸੀਰੀਜ਼ ਤੁਹਾਨੂੰ ਲੱਗਦਾ ਸੀ ਵੈਬ ਸੀਰੀਜ਼ ਨੂੰ ਕੰਟੀਨਿਊ ਰੱਖਿਆ ਜ਼ਿਆਦਾ ਬੈਟਰ ਰਹੂਗਾ ਐਕਸਾਈਟਮੈਂਟ ਜੀ ਬਣੀ ਰਹੇਗੀ ਨਹੀਂ ਹੁਣ ਤੁਸੀਂ ਥੀਏਟਰ 'ਚ ਫਿਲਮ ਦੇਖੋਗੇ ਤੁਹਾਨੂੰ ਇਹ ਲੱਗੇਗਾ ਕਿ ਹਾਂ ਥੀਏਟਰ 'ਚ ਦੇਖ ਕੇ ਜ਼ਿਆਦਾ ਮਜ਼ਾ ਆਊਗਾ ਤੁਹਾਨੂੰ ਕਿਉਂਕਿ ਇਹ ਫਿਲਮ ਜਿਹੜੀ ਬਣਨੀ ਚਾਹੀਦੀ ਉਹ ਛੋਟੀ ਸਕਰੀਨ 'ਤੇ ਨਹੀਂ ਇਹ ਵੱਡੀ ਸਕਰੀਨ 'ਤੇ ਤੁਹਾਨੂੰ ਵਧੀਆ ਲੱਗੇ ਅੱਛਾ ਗੱਲ ਕਰਾਂ ਵਾਰਨਿੰਗ ਦੀ ਤੁਸੀਂ ਵਾਰਨਿੰਗ ਤੋਂ ਪਹਿਲਾਂ ਗਿੱਪ ਬਾਈ ਨਾਲ ਕੰਮ ਕਰ ਰਹੇ ਹੋ ਗਾਣੇ ਵੀ ਬਹੁਤ ਬੈਕ ਟੂ ਬੈਕ ਹਿੱਟ ਦਿੱਤੇ ਆ ਸੁਣਨ ਵਿੱਚ ਲੱਗਦਾ ਸੀ ਅਮਰ ਹੁਣ ਜਦ ਤੱਕ ਕੈਮਰੇ ਦੇ ਸਾਹਮਣੇ ਨਹੀਂ ਆਇਆ ਸੀ ਪਤਾ ਨਹੀਂ ਅਮਰ ਹੁੰਦਲ ਕੌਣ ਆ ਔਰ ਪਤਾ ਲੱਗਾ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਪਲੰਗ ਇੰਨਾ ਕ੍ਰੀਏਟਿਵ ਮਾਈਂਡ ਮਤਲਬ ਕਿੱਦਾਂ ਸੋਚ ਲੈਣੇ ਇੰਨਾ ਵੱਡਾ ਕੁਛ ਵੀ ਆਪਾਂ ਇੰਨਾ ਆਹ ਵੀ ਚੀਜ਼ ਦਾ ਕਰ ਲਈਏ ਤਾਂ ਕਰ ਲਈਏ ਬਾ ਜੀ ਸਾਰੀ ਟੀਮ ਦਾ ਸਾਥ ਹੁੰਦਾ ਨਾਲ ਗਿੱਪੀ ਬਾਈ ਹੁੰਦੇ ਆ ਆਪਣੇ ਪ੍ਰਿੰਸ ਬਾਈ ਹੁੰਦੇ ਆ ਸਾਰਿਆਂ ਦੀ ਇੱਕ ਮਤਲਬ ਟੀਮ ਵਰਕ ਹੀ ਆ ਅਤੇ ਤੁਸੀਂ ਇੱਕ ਨਾ ਮੈਂ ਤੁਸੀਂ ਆਪਣੀ ਫਿਲਮ ਦੇ ਵਿੱਚ ਇੱਕ ਅਸਿਸਟੈਂਟ ਡਾਇਰੈਕਟਰ ਦਾ ਪਹਿਲੀ ਵਾਰੀ ਮੈਂਸ਼ਨ ਕੀਤਾ ਹੋਇਆ ਕਿ ਫਸਟ ਅਸਿਸਟੈਂਟ ਡਾਇਰੈਕਟਰ ਹਾਂਜੀ ਮੈਂ ਉਹ ਪੁੱਛਣਾ ਚਾਹੁੰਦਾ ਵੀ ਉਹ ਫਸਟ ਅਸਿਸਟੈਂਟ ਡਾਇਰੈਕਟਰ ਵਰਿੰਦਰ ਰਾਮਗੜੀ ਛਿੰਬੇ ਵੀ ਨਾਮ ਦਾ ਮੁੰਡਾ ਆ ਉਹ ਹਾਂਜੀ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਉਹ ਤਾਂ ਬਹੁਤ ਚੰਗਾ ਮੈਨੂੰ ਇਹ ਲੱਗਦਾ ਮੈਨੂੰ ਆਪਣਾ ਆਪ ਦੇਖਦਾ ਉਸ ਉਹਦੇ ਵਿੱਚ ਕਿ ਜਿੱਦਾਂ ਮੈਂ ਸ਼ੁਰੂਆਤ 'ਚ ਜਿੱਦਾਂ ਮੈਂ ਸੀ ਉਦਾਂ ਹੀ ਉਹ ਸੋ ਨੇਹਾ ਜੀ ਕੀ ਹਾਲ ਚਾਲ ਵਧੀਆ ਬਹੁਤ ਵਧੀਆ ਮੈਂ ਵੀ ਬਹੁਤ ਵਧੀਆ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਐਂਟਰੀ ਕਰ ਲਈ ਹੋਈ ਹੈ ਗਾਣਿਆਂ ਤੋਂ ਬਾਅਦ ਫਿਲਮਾਂ ਦੇ ਵਿੱਚ ਆਪਨੇ ਪਿੰਕੀ ਮੋਗੇ ਵਾਲੀ 2 ਦੇਖੀ ਕਿ ਨਹੀਂ ਦੇਖੀ ਪਹਿਲੇ ਆਪ ਮੁਝੇ ਜੀ ਫਿਲਹਾਲ ਨਹੀਂ ਮੈਂ ਦੇਖੀ ਐਕਚੁਅਲੀ ਅਸੀਂ ਜ਼ਰੂਰ ਦੇਖੋ ਐਮਾਜ਼ੋਨ ਪੇ ਆ ਰਹੀ ਹੈ ਅਭੀ ਫਿਲਹਾਲ ਮੈਂ ਐਮਾਜ਼ੋਨ ਪੇ ਆ ਲਈ ਪਰ ਰਿਲੀਜ਼ ਹੋਈ ਸੀ ਆਪਨੇ ਨਹੀਂ ਦੇਖੀ ਤੋ ਕੋਈ ਨਹੀਂ ਐਕਚੁਅਲੀ ਕਣਕ ਦਾ ਸੀਜ਼ਨ ਚੱਲਦਾ ਵੀ ਸੀ ਉਧਰ ਕਣਕ ਬੀਜਣ ਚ ਬਿਜ਼ੀ ਸੀਗੇ ਚਲੋ ਕੋਈ ਨਹੀਂ ਆਪ ਦੇਖ ਲੈਣਾ ਆਪ ਐਮਾਜ਼ੋਨ ਪੇ ਅਭੀ ਵੀ ਆ ਜੀ ਆਬਵੀਅਸ ਜ਼ਰੂਰ ਦੇਖਾਂਗੇ ਵਾਰਨਿੰਗ ਮੂਵੀ ਬਾਰੇ ਤੁਸੀਂ ਇਸ ਨੂੰ ਕਿਸ ਫੀਚਰ ਤੋਂ ਦੇਖਦੇ ਹੋ ਮੇਰਾ ਵਿਜ਼ਨ ਇਹ ਹੈ ਕਿ ਅੱਜ ਕੇ ਟਾਈਮ ਮੇਂ ਪੰਜਾਬੀ ਇੰਡਸਟਰੀ ਇੱਕ ਨਿਆ ਕੰਟੈਂਟ ਲਾ ਰਹੀ ਹੈ ਹਰ ਟਾਈਮ ਆਪਕੋ ਵੋ ਸੇਮ ਸਟੋਰੀ ਜੋ ਪਹਿਲੇ ਹੋਤੀ ਥੀ ਵੈਸਾ ਕੋ ਦੇਖਨੇ ਕੋ ਨਹੀਂ ਮਿਲੇਗਾ ਆਪਕੋ ਨਿਆ ਚੀਜ਼ ਦੇਖਨੇ ਕੋ ਮਿਲੇਗੀ ਉਸਕੇ ਲਈ ਆਪਕੋ ਮੂਵੀ ਕੋ ਸਪੋਰਟ ਕਰਨਾ ਚਾਹੀਏ ਔਰ ਮੂਵੀ ਮੇਂ ਬਹੁਤ ਐਕਸ਼ਨ ਹੈ ਪਾਵਰ ਪੈਕਡ ਮੂਵੀ ਹੈ ਅੱਛੇ ਅੱਛੇ ਲੋਕ ਹੈ ਜੋ ਮੈਂ ਕਿ ਬਹੁਤ ਟੈਲੈਂਟਡ ਹੈ ਤੋ ਆਪਕੋ ਉਨਕੋ ਸਪੋਰਟ ਕਰਨਾ ਚਾਹੀਏ ਔਰ ਪੰਜਾਬੀ ਮੂਵੀਜ਼ ਦੇਖਨੀ ਚਾਹੀਏ ਤੁਹਾਡਾ ਫੇਵਰੇਟ ਕਰੈਕਟਰ ਕਿਹੜਾ ਇਸ ਮੂਵੀ ਦੇ ਵਿੱਚ ਮੇਰੇ ਫੇਵਰੇਟ ਗਿੱਪੀ ਸਰ ਹੈ ਤੋ ਮੈਂ ਉਨ੍ਹੀ ਕੇ ਲਈ ਯਹਾਂ ਪੇ ਆਈ ਹੂੰ ਤੋ ਬਸ ਮੈਂ ਉਨ੍ਹੀ ਕੀ ਐਕਟਿੰਗ ਦੇਵੇ ਕਿ ਉਨਕੀ ਐਕਟਿੰਗ ਬਹੁਤ ਅੱਛੀ ਉਹ ਤੋ ਲੈਜੈਂਡ ਹੈ ਐਕਚੁਅਲੀ ਤੋ ਮੈਂ ਉਨ੍ਹੀ ਕੇ ਲਈ ਉਨ੍ਹੀ ਕੋ ਸਪੋਰਟ ਕਰਨਾ ਹੈ ਥੈਂਕ ਯੂ ਸੋ ਮਚ ਸੋ ਮੈਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਵਾਰਨਿੰਗ ਦੀ ਗੱਲ ਕਰੂੰਗਾ ਜਦੋਂ ਅਸੀਂ ਤੁਹਾਡੀ ਫਸਟ ਮੂਵੀ ਹੈ ਸਾਡੀ ਮੂਵੀ ਹੈ ਤਾਂ ਤੁਹਾਨੂੰ ਅੱਜ ਕੀ ਮਹਿਸੂਸ ਹੋ ਰਿਹਾ ਜਿੱਥੇ ਖੜ ਕੇ ਸਟੇਜ ਉੱਪਰ ਖੜ ਕੇ ਮੈਂ ਬਹੁਤ ਐਕਸਾਈਟਿਡ ਹਾਂ ਸੀਰੀਅਸਲੀ ਪਹਿਲੀ ਵਾਰੀ ਆਪਦੇ ਆਪ ਨੂੰ ਵੱਡੀ ਬਿਗ ਸਕਰੀਨ ਤੇ ਦੇਖਣਾ ਇੱਕ ਬਹੁਤ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈ ਅਤੇ ਮੈਂ ਤਾਂ ਬਹੁਤ ਐਕਸਾਈਟਮੈਂਟ ਹੋ ਰਹੀ ਵੀ ਹੁਣ ਅੰਦਰ ਜਾਓ ਅਤੇ ਮੂਵੀ ਦੇਖ ਕੇ ਆਓ ਇੱਕ ਗੱਲ ਸੀਗੀ ਜਿਵੇਂ ਗਿੱਪੀ ਗਰੇਵਾਲ ਨਾਲ ਤੁਹਾਡੀ ਮੂਵੀ ਫਸਟ ਮੂਵੀ ਆ ਰਹੀ ਔਰ ਗਿੱਪੀ ਗਰੇਵਾਲ ਅੱਜ ਦੇ ਟਾਈਮ ਦਾ ਪੰਜਾਬੀ ਇੰਡਸਟਰੀ ਦਾ ਸੁਪਰ ਸਟਾਰ ਹੈ ਉਹ ਤੁਹਾਨੂੰ ਲਾਂਚ ਕਰ ਰਹੇ ਅਤੇ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਿਆ ਫਿਲਹਾਲ ਮੈਂ ਸਰ ਦੇ ਨਾਲ ਕੰਮ ਨਹੀਂ ਕੀਤਾ ਬਟ ਸਰ ਦੀ ਟੀਮ ਦੇ ਨਾਲ ਕੰਮ ਕੀਤਾ ਐਂਡ ਇਟ ਇਜ਼ ਅਮੇਜ਼ਿੰਗ ਵਰਕਿੰਗ ਵਿਦ ਹੰਬਲ ਤੁਸੀਂ ਇਹਦੀ ਸਟੋਰੀ ਸੁਣੀ ਸੀ ਜਾਂ ਸਿੱਧੇ ਕਹਿੰਦੇ ਸੀ ਵਾਰਨਿੰਗ ਗਿੱਪੀ ਗਰੇਵਾਲ ਦੀ ਮੂਵੀ ਤਾਂ ਮੈਂ ਕਰਨੀ ਹੈ ਨਹੀਂ ਨਹੀਂ ਸਟੋਰੀ ਸੁਣੀ ਸੀ ਬਿਲਕੁਲ ਸੁਣੀ ਸੀ ਆਡੀਸ਼ਨਸ ਦਿੱਤੇ ਸੀਗੇ ਇਨ ਫੈਕਟ ਸਟੋਰੀ ਸੁਣ ਕੇ ਕੰਮ ਤੇ ਤੁਸੀਂ ਵੈਸੇ ਬੇਸਿਕਲੀ ਕਿੱਥੋਂ ਔਰ ਇੱਥੇ ਕਿਵੇਂ ਪਹੁੰਚੇ ਫਿਲਮ ਮੇਰਾ ਬੋਰਨ ਐਂਡ ਬ੍ਰੋਟ ਅਪ ਨਿਊ ਦਿੱਲੀ ਦਾ ਹੈ ਤੇ ਪੰਜਾਬ 'ਚ ਮੈਂ ਬਸ ਇੰਡਸਟਰੀ ਕਰਕੇ ਕੰਮ ਕਰਨਾ ਹੈ ਨਾਓ ਵੀ ਆਰ ਸ਼ਿਫਟਡ ਹੇਅਰ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਵਾਰਨਿੰਗ ਮੂਵੀ ਦੇ ਕ੍ਰੀਏਟਿਵ ਡਾਇਰੈਕਟਰ ਮੇਰੇ ਨਾਲ ਨੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਿਹਤਾਂ ਠੀਕ ਠਾਕ ਨੇ ਹਾਂ ਫਿੱਟ ਜੀ ਪੂਰੇ ਆ ਕ੍ਰੀਏਟਿਵ ਡਾਇਰੈਕਟਰ ਤੁਸੀਂ ਇਸ ਮੂਵੀ
ਠੀਕ ਹੈ ਰਿਲੀਜ਼ ਡੇਟ ਪੈ ਚੁੱਕੀ ਸੀ ਬਟ ਉਸ ਤੋਂ ਬਾਅਦ ਲੋਕਡਾਊਨ ਤੋਂ ਬਾਅਦ ਜਦੋਂ ਫਿਰ ਗੈਪ ਪੈ ਗਿਆ ਪ੍ਰੈਸ਼ਰ ਵੱਧ ਗਿਆ ਫਿਰ ਚੀਜ਼ਾਂ ਹੋਰ ਐਡ ਹੋਈਆਂ ਟਾਈਮ ਬਹੁਤ ਥੋੜ੍ਹਾ ਸੀ ਹਜੇ ਵੀ ਲੱਗ ਰਿਹਾ ਸੀ ਪਤਾ ਨਹੀਂ ਲੋਕੀ ਰਿਸਪੋਂਸ ਦੇਣਗੇ ਸਿਨੇਮਾ ਨੂੰ ਕਿ ਨਹੀਂ ਬਟ ਇੱਕ ਦੋ ਮੂਵੀਆਂ ਪਹਿਲਾਂ ਚੰਗੀਆਂ ਆਈਆਂ ਜਿਹਦੇ ਕਰਕੇ ਹੁਣ ਆਪਾਂ ਫਲੋਰ 'ਤੇ ਪੂਰਾ ਜੰਮ ਕੇ ਆਇਆ ਚਲੋ ਵਿਸ਼ ਗੁੱਡ ਲੱਕ ਦੇਖਦੇ ਹਾਂ ਆਪਾਂ ਕਿ ਮੂਵੀ ਦਾ ਥੈਂਕ ਯੂ ਬਾਈ ਜੀ ਥੈਂਕ ਯੂ ਥੈਂਕ ਯੂ ਜੇ ਗਿੱਪੀ ਗਰੇਵਾਲ ਦੀ ਟੀਮ ਦੀ ਗੱਲ ਕੀਤੀ ਤਾਂ ਇੱਕ ਜਿੰਦ ਜਾਨ ਬਾਈ ਰਘਵੀਰ ਬੋਲੀ ਕੀ ਹਾਲ ਹੈ ਵੀਰੇ ਵਧੀਆ ਤੁਸੀਂ ਸੁਣਾਓ ਕਿੱਦਾਂ ਚੜ੍ਹਦੀਆਂ ਕਲਾਇਆ ਬਾਈ ਪਹਿਲਾਂ ਤਾਂ ਸੱਚੀ ਦੱਸਿਓ ਇੱਕ ਆਡੀਅੰਸ ਦੇ ਵਿਊ ਤੋਂ ਮੂਵੀ ਕਿਵੇਂ ਦੀ ਲੱਗੀ ਕਮਾਲ ਦੀ ਬਹੁਤ ਘੈਂਟ ਕਲਾਸਿਕ ਕੀ ਕਹੋਗੇ ਇੱਦਾਂ ਦੀ ਮੂਵੀ ਹੁਣ ਤੱਕ ਪੰਜਾਬੀ ਇੰਡਸਟਰੀ 'ਚ ਆਈ ਸੀ ਜਾਂ ਪਹਿਲੀ ਹੋਈ ਹੈ ਨਹੀਂ ਆਈਆਂ ਦੇਖੋ ਐਕਸ਼ਨ ਜਨਰ ਦੀਆਂ ਫਿਲਮਾਂ ਕਾਫੀ ਆਈਆਂ ਤਾਂ ਹਰੇਕ ਦਾ ਆਪਣਾ ਆਪਣਾ ਇੱਕ ਸਟਾਈਲ ਆਪਣਾ ਆਪਣਾ ਸਬਜੈਕਟ ਦੇ ਘੇਰੇ 'ਚ ਰਹਿ ਕੇ ਗੱਲ ਕਰਦਾ ਹਰੇਕ ਡਾਇਰੈਕਟਰ ਆਪਣੇ ਵਿਜ਼ਨ ਨਾਲ ਗੱਲ ਕਰਦਾ ਸੋ ਜਿਹੜਾ ਇਹਦਾ ਸੀਗਾ ਜਿੱਦਾਂ ਜਿਹੜਾ ਇਹਦੇ ਵਿੱਚ ਰੁਦਰਾ ਗਾ ਉਹ ਅਲੱਗ ਤਰ੍ਹਾਂ ਦਾ ਸੀਗਾ ਹੈ ਨਾ ਜਦੋਂ ਫਸਟ ਸੈਕਿੰਡ ਐਪੀਸੋਡ ਰਿਲੀਜ਼ ਹੋਏ ਸੀ ਯੂਟਿਊਬ 'ਤੇ ਦਰਸ਼ਕਾਂ ਦਾ ਉਦੋਂ ਹੀ ਇੰਨਾ ਜ਼ਿਆਦਾ ਵੱਡਾ ਰਿਸਪੋਂਸ ਆਇਆ ਸੀਗਾ ਅਤੇ ਮਤਲਬ ਉੱਥੋਂ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਇਹ ਕਿਸੇ ਹੋਰ ਮੁਕਾਮ 'ਤੇ ਜਾਊ ਹੈ ਨਾ ਬਾਕੀ ਕੱਲ੍ਹ ਨੂੰ ਰਿਲੀਜ਼ ਹੋਣੀ ਹੈ ਇਹੀ ਉਮੀਦ ਹੈ ਕਿ ਦਰਸ਼ਕ ਆਉਣ ਸਿਨੇਮਾ ਘਰ ਭਰਨ ਅਤੇ ਬਹੁਤ ਵਧੀਆ ਰਿਸਪੋਂਸ ਜਾਵੇ ਫਿਲਮ ਨੂੰ ਤੁਹਾਨੂੰ ਸਕਰੀਨ 'ਤੇ ਆਪਣੇ ਆਪ ਨੂੰ ਦੇਖ ਕੇ ਕਿਵੇਂ ਤਾਂ ਲੱਗਿਆ ਬਹੁਤ ਵਧੀਆ ਲੱਗਿਆ ਐਕਚੁਅਲੀ ਪਹਿਲਾਂ ਤਾਂ ਮੈਂ ਥੋੜ੍ਹਾ ਡਰ ਹੀ ਰਹੀ ਸੀਗੀ ਕਿ ਪਤਾ ਨਹੀਂ ਕਿੱਦਾਂ ਦੇ ਬਿਕੋਜ਼ ਮੇਰੀ ਫਸਟ ਮੂਵੀ ਆ ਜੋ ਮੈਂ ਸਕਰੀਨਿੰਗ 'ਤੇ ਆਈ ਹਾਂ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਨੂੰ ਉਮੀਦ ਸੀਗੀ ਕਿ ਆਡੀਅੰਸ ਵੱਲੋਂ ਤੁਹਾਡੇ ਕਰੈਕਟਰ 'ਤੇ ਜਾਂ ਜਦੋਂ ਤੁਹਾਡਾ ਸੀਨ ਆਊਗਾ ਤਾਂ ਇੰਨਾ ਹੀ ਪਿਆਰ ਨਾਲ ਰਿਸਪੋਂਸ ਮਿਲੇਗਾ ਬਸ ਮੈਂ ਇੱਦਾਂ ਦਾ ਕੁਛ ਸੋਚਿਆ ਹੀ ਨਹੀਂ ਸੀਗਾ ਮੈਨੂੰ ਲੱਗਦਾ ਹਾਂ ਸਾਰੀ ਮੂਵੀ ਬਹੁਤ ਅੱਛੀ ਆ ਸਾਰੀ ਮੂਵੀ ਨੂੰ ਆਡੀਅੰਸ ਨੇ ਬਹੁਤ ਪਿਆਰ ਦਿੱਤਾ ਤੁਹਾਡੀ ਗੱਲ ਕਰਾਂ ਜ਼ਿਲ੍ਹਾ ਸੰਗਰੂਰ ਬਾ ਕਮਾਲ ਸੀਗੀ ਥੈਂਕ ਯੂ ਵੀਰੇ ਸ਼ੁਕਰੀਆ ਮੇਰੇ ਮੈਨੂੰ ਲੱਗਦਾ ਤੁਹਾਡਾ ਕਰੈਕਟਰ ਆ ਉਹ ਤਾਂ ਜਮਾਂ ਹੀ ਸਿਰਾ ਲਾਇਆ ਹੋਇਆ ਕਰੈਕਟਰ ਦਾ ਮਤਲਬ ਮੈਂ ਖੁਦ ਨੇ ਉਹ ਸਬਸਕ੍ਰਾਈਬਰ ਕੀਤਾ ਸਬਸਕ੍ਰਾਈਬ ਕੀਤਾ ਸੀ ਚੌਪ ਵਾਲ ਨੂੰ ਔਰ ਸਪੈਸ਼ਲੀ ਜ਼ਿਲ੍ਹਾ ਸੰਗਰੂਰ ਦੇਖੀ ਮੈਂ ਅਤੇ ਉਹਦੇ ਨੈਕਸਟ ਪਾਰਟ ਕਦੋਂ ਆ ਰਿਹਾ ਉਹਦੇ ਵੀ ਦੇਖੋ ਗਿੱਪੀ ਬਾਈ ਹੋਰਾਂ ਨੇ ਲਿਖੀ ਸੀ ਉਹ ਵੀ ਸਟੋਰੀ ਸਕਰੀਨ ਪਲੇ ਹੈ ਨਾ ਤਾਂ ਬਾਈ ਹੋਰੀ ਜਦੋਂ ਦੇਖੋ ਹੁਣ ਤਾਂ ਇਹਦੀ ਵੀ 2 ਦੀ ਡਿਮਾਂਡ ਹੋਣੀ ਆ ਦੇਖੋ ਪਹਿਲਾਂ ਕਿੱਧਰ ਨੂੰ ਕਲਮ ਚੱਲਦੀ ਆ ਅਤੇ ਬੇਸਾਬਰੀ ਨਾਲ ਤਾਂ ਯਾਰ ਆ ਸਾਨੂੰ ਵੀ ਜਿੰਨੇ ਵੀ ਮੈਸੇਜ ਕਮੈਂਟ ਆਉਂਦੇ ਆ ਉਹ ਸਾਰੇ ਹੀ ਕਹਿੰਦੇ ਵੀ ਵੀਰੇ ਜ਼ਿਲ੍ਹਾ 2 ਕਦੋਂ ਆਉਣੀ ਆ ਉਹਦਾ ਬਹੁਤ ਸੋਹਣਾ ਰਿਸਪੋਂਸ ਗਿਆ ਉਹਦਾ ਵੀ ਹੈ ਨਾ ਤਾਂ ਦੇਖਦੇ ਹਾਂ ਕਦੋਂ ਇੱਧਰੋਂ ਫਰਮਾਨ ਹੁੰਦੇ ਵਾਰਨਿੰਗ ਦਾ ਟੂ ਬੀ ਕੰਟੀਨਿਊ ਤਾਂ ਲਿਖਿਆ ਹੋਇਆ ਵੀ ਇੰਨਾ ਕਲਾ ਪਾਰਟ ਆਊਗਾ ਅਗਲੇ ਪਾਰਟ 'ਚ ਰਘਵੀਰ ਦੇਖਣ ਨੂੰ ਮਿਲੂਗਾ ਸਰ ਪਤਾ ਨਹੀਂ ਬ੍ਰੋ ਕਿੱਦਾਂ ਕਿਰਦਾਰਾਂ ਦੀ ਮੰਗ ਹੋਊਗੀ ਕਿੱਦਾਂ ਐਕਟਰਾਂ ਦੀ ਜਿਸ ਹਿਸਾਬ ਨਾਲ ਜਿਵੇਂ ਜਿਵੇਂ ਕਿਸੇ ਦੀ ਡਿਮਾਂਡ ਹੋਈ ਜਾਂ ਲੱਗਦਾ ਹੋਊਗਾ ਕੋਈ ਤਾਂ ਹੋ ਸਕਦਾ ਪਤਾ ਨਹੀਂ ਬਾਕੀ ਚਲੋ ਥੈਂਕ ਯੂ ਸੋ ਮਚ ਤੁਹਾਨੂੰ ਸਾਰੀ ਹੰਬਲ ਦੀ ਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਮੇਰੇ ਹੈਂਡਸਮ ਵੀਰ ਕੀ ਹਾਲ ਚਾਲ ਹੈ ਬਹੁਤ ਵਧੀਆ ਮੂਵੀ ਦੇਖੀ ਅਲਟੀਮੇਟ ਭਾਜੀ ਤੁਹਾਡਾ ਕਰੈਕਟਰ ਸੀਗਾ ਓਬਵੀਅਸ ਹੈ ਬਹੁਤ ਪਿਆਰਾ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੁਬਾਰਾ ਫਿਰ ਵੱਡੇ ਸਿਨੇਮੇ 'ਤੇ ਦੇਖ ਕੇ ਬਹੁਤ ਘੈਂਟ ਲੱਗਿਆ ਤੁਸੀਂ ਦੱਸੋ ਤੁਹਾਨੂੰ ਆਪਣੇ ਆਪ ਨੂੰ ਦੇਖ ਕੇ ਕਿੱਦਾਂ ਲੱਗਿਆ ਯਾਰ ਮੈਨੂੰ ਤਾਂ ਅੱਛਾ ਲੱਗਣਾ ਹੀ ਸੀ ਔਰ ਇਸ ਤੋਂ ਇਲਾਵਾ ਮੂਵੀ ਜਿਹੜੀ ਹੈਗੀ ਉਹ ਵੀ ਬਹੁਤ ਅੱਛੀ ਹੈ ਯੂ ਨੋ ਆਪਾਂ ਐਵੇਂ ਗੱਲ ਤਾਰੀਫ ਕਰਦੇ ਹੁੰਦੇ ਕਈ ਵਾਰੀ ਆਪਾਂ ਫਿਲਮ ਦੇਖਣ ਤੋਂ ਬਾਅਦ ਕਿ ਯਾਰ ਬੜੀ ਅੱਛੀ ਮੂਵੀ ਹੈ ਬੜੀ ਅੱਛੀ ਮੂਵੀ ਹੈ ਲੇਕਿਨ ਸਮ ਹਾਉ ਇਟ ਵਾਸ ਰੀਲੀ ਗੁੱਡ ਨੋ ਡਾਊਟ ਇਹਦੀ ਦਿਲੋਂ ਤਾਰੀਫ ਨਿਕਲ ਰਹੀ ਸੀ ਬੈਠੇ ਬੈਠੇ ਦਿਲੋਂ ਤਾਰੀਫ ਨਿਕਲ ਰਹੀ ਔਰ ਹਰ ਇੱਕ ਕੈਰੈਕਟਰ ਨੇ ਬਹੁਤ ਹੀ ਸੋਹਣਾ ਔਰ ਵਧੀਆ ਕੰਮ ਕੀਤਾ ਔਰ ਡਾਇਰੈਕਟਰ ਸਾਡੇ ਅਮਰ ਹੁੰਡਲ ਉਹਨਾਂ ਨੇ ਕੰਮ ਵੀ ਬਹੁਤ ਸੋਹਣਾ ਕਰਵਾਇਆ ਸਭ ਤੋਂ ਹੀ ਈਚ ਐਂਡ ਐਵਰੀਥਿੰਗ ਆ ਹੁਣ ਤੁਸੀਂ ਲਾਸਟ ਦੇਖਿਆ ਗਿੱਜੇ ਦੀ ਐਂਟਰੀ ਗਿੱਪੀ ਬਾਈ ਦੀ ਇਹਨਾਂ ਦਾ ਹੋਰ ਹੀ ਫੱਟੇ ਚਾ ਕੇ ਦਿੱਤੇ ਮਾਈਂਡ ਬਲੋਇੰਗ ਸੀ ਲੱਗਦਾ ਹੀ ਨਹੀਂ ਸੀਗਾ ਕਿ ਇਹਨਾਂ ਦੀ ਐਂਟਰੀ ਇਦਾਂ ਹੋਊਗੀ ਇਦਾਂ ਦੀ ਹੋ ਗਈ ਹਨ ਦੁੱਖ ਸਿਰਫ ਇਸ ਗੱਲ ਦਾ ਕਿ ਜਿਹੜਾ ਸੈਕਿੰਡ ਪਾਰਟ ਬਣਨਾ ਹੈ ਸ਼ਾਇਦ ਅਸੀਂ ਉਹਦੇ ਵਿੱਚ ਨਹੀਂ ਹੈ ਕਿਉਂਕਿ ਸਾਡੇ ਲਿਟਰਲੀ ਮੈਂ ਵੀ ਇਹੀ ਕਹਿਣ ਲੱਗਾ ਸੀ ਕਿ ਥੋੜਾ ਦੁੱਖ ਹੈ ਕਿ ਤਾਂ ਤੀਰ ਜਵਾਈ ਵੀ ਨਹੀਂ ਹੋਊਗਾ ਤੇ ਤੁਸੀਂ ਉਹਦੇ ਵਿੱਚ ਨਹੀਂ ਹੋਗੇ ਹਾਂ ਬਟ ਸਮ ਹਾਉ ਜਿੰਨਾ ਮਿਲਿਆ ਬਹੁਤ ਵਧੀਆ ਮਿਲਿਆ ਮਤਲਬ ਰੱਜ ਕੇ ਮਿਲਿਆ ਮੈਨੂੰ ਹਾਜੀ ਕੋਈ ਕਹਿ ਰਿਹਾ ਸੀ ਕਿ ਪੁਲਿਸ ਵਾਲਿਆਂ ਦਾ ਇੰਨਾ ਰੋਲ ਵਧੀਆ ਨਹੀਂ ਹੁੰਦਾ ਵੀ ਇੰਨਾ ਜ਼ਿਆਦਾ ਕੰਟੀਨਿਊ ਨਹੀਂ ਹੁੰਦਾ ਬਟ ਇਹਦੇ ਵਿੱਚ ਮੇਰਾ ਉਹਨਾਂ ਨੇ ਇੱਕਦਮ ਪ੍ਰੋਪਰ ਰੋਲ ਕੀਤਾ ਥੈਂਕ ਯੂ ਹੰਬਲ ਮੋਸ਼ਨ ਪਿਕਚਰਸ ਥੈਂਕ ਯੂ ਅਸੀਂ ਕਹਾਂਗੇ ਹੰਬਲ ਮਿਊਜ਼ਿਕ ਨੂੰ ਸਾਰਿਆਂ ਨੂੰ ਟੀਮ ਸਾਰੀ ਟੀਮ ਨੂੰ ਇਹ ਗੱਲ ਕਹਾਂਗੇ ਵੀ ਜਿੱਦਾਂ ਪੰਮਾ ਜਾਉਂਦਾ ਕੀਤਾ ਇੱਕ ਵਾਰੀ ਇੰਸਪੈਕਟਰ ਜਾਉਂਦਾ ਕਰਦੇ ਹੋ ਥੈਂਕ ਯੂ ਸੋ ਮਚ ਇਹ ਭਰਾ ਬੋਲਦਾ ਇਹ ਮੇਰਾ ਭਰਾ ਬੋਲਦਾ ਥੈਂਕ ਯੂ ਸੋ ਮਚ ਹੈਂਡਸਮ ਵੀ ਵਿਸ਼ ਯੂ ਗੁੱਡ ਲੱਕ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਅੱਛਾ ਲੱਗਦਾ ਤੇ ਨਾਲ ਇੱਕ ਹਮੇਸ਼ਾ ਹੀ ਗੱਲ ਕਰਦੇ ਸੇਮ ਹੇਅਰ ਭਾਜੀ ਸਾਡਾ ਪੰਜਾਬ ਦਾ ਕੋਈ ਗੱਭਰੂ ਹੋਵੇ ਤੇ ਇਸ ਤਰ੍ਹਾਂ ਦਾ ਹੋਵੇ ਹੈਂਡਸਮ ਜਦੋਂ ਮੈਂ ਪੱਗ ਬੰਨ ਕੇ ਆ ਗਿਆ ਨਾ ਬਿਲਕੁਲ ਇਹਦੇ ਵਾਂਗੂ ਹੀ ਲੱਗੂਗਾ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਵੱਡੇ ਭਾਈ ਹੈ ਰੀਅਲ ਠੀਕ ਹੈ ਥੈਂਕ ਯੂ ਸੋ ਮਚ ਲਵ ਯੂ ਬ੍ਰਦਰ ਥੈਂਕ ਯੂ ਵਾਰਨਿੰਗ ਮਸਟ ਵਾਚ ਇਟ ਓਕੇ ਫਾਈਨਲੀ ਅਸੀਂ ਸਟਾਰਕਾਸਟ ਨਾਲ ਵੀ ਗੱਲਬਾਤ ਕੀਤੀ ਤੋਂ ਉਹਨਾਂ ਤੋਂ ਜਾਣਿਆ ਕਿ ਮੂਵੀ ਬਾਰੇ ਉਹ ਕਿੰਨੇ ਐਕਸਾਈਟਡ ਨੇ ਕਿੱਦਾਂ ਉਹਨਾਂ ਦੇ ਓਪੀਨੀਅਨਸ ਕੀ ਨੇ ਉਸ ਤੋਂ ਬਾਅਦ ਅਸੀਂ ਪ੍ਰੀਮੀਅਰ ਦੇਖਿਆ ਪ੍ਰੀਮੀਅਰ ਤੋਂ ਬਾਅਦ ਆਡੀਅੰਸ ਦੀ ਕਾਲ ਵੀ ਲਈ ਹੈ ਕਿੱਦਾਂ ਦਾ ਉਹਨਾਂ ਨੂੰ ਲੱਗਿਆ ਪਰ ਫਾਈਨਲੀ ਤੁਹਾਨੂੰ ਮੈਂ ਆਪਣੇ ਵੱਲੋਂ ਦੱਸ ਦਿੰਦਾ ਕਿ ਮੂਵੀ ਬਹੁਤ
ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ ਸਿਨੇਮਾ ਦੇ ਬਹੁਤ ਹੀ ਟੈਲੈਂਟਿਡ ਅਤੇ ਮਲਟੀ ਫੈਸਟਿਡ ਐਕਟਰ ਧੀਰਜ ਕੁਮਾਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੀਰਜ ਭਾਅ ਜੀ, ਸਵਾਗਤ ਹੈ ਪੰਜਾਬੀ। ਥੈਂਕ ਯੂ ਭਾਅ ਜੀ ਦੀ ਇੰਟਰਵਿਊ ਕਰਕੇ ਮੈਨੂੰ ਥੋੜ੍ਹੀ ਜ਼ਿਆਦਾ ਫੀਲਿੰਗ ਅੱਛੀ ਆ ਰਹੀ ਹੈ ਕਿ ਭਾਅ ਜੀ ਅਤੇ ਮੈਂ ਇੱਕੋ ਸ਼ਹਿਰ ਤੋਂ ਹੀ ਬਿਲੋਂਗ ਕਰਦੇ ਹਾਂ। ਵੀ ਵਧੀਆ ਲੱਗਦਾ ਜੀ। ਅਤੇ ਭਾਅ ਜੀ, ਬਹੁਤ ਅੱਛੀਆਂ ਅੱਛੀਆਂ ਫਿਲਮਾਂ ਆਈਆਂ ਤੁਹਾਡੀਆਂ, ਰੁਪਿੰਦਰ ਗਾਂਧੀ ਦਾ ਗੈਂਗਸਟਰ ਜੀ ਜੀ, ਅਤੇ ਕਿੱਸਾ ਪੰਜਾਬ, ਰੱਬ ਦਾ ਰੇਡੀਓ, ਅਤੇ ਹੁਣ ਤੁਹਾਡੀ ਆ ਰਹੀ ਹੈ ਰੌਕੀ ਮੈਂਟਲ। ਭਾਅ ਜੀ, ਕੀ ਕਰੈਕਟਰ ਕੀ ਪਲੇ ਕਰ ਰਹੇ ਹੋ ਰੌਕੀ ਮੈਂਟਲ ਦੇ ਵਿੱਚ? ਰੌਕੀ ਮੈਂਟਲ ਜੀ ਸਪੋਰਟਸ ਬੇਸਡ ਫਿਲਮ ਆ ਜੀ, ਬੌਕਸਿੰਗ 'ਤੇ। ਅੱਛਾ। ਉਹਦੇ ਵਿੱਚ ਮੇਰੇ ਕਰੈਕਟਰ ਬੌਕਸਰ ਹੀ ਹੈ। ਅੱਛਾ। ਨੈਸ਼ਨਲ ਬੌਕਸਰ ਹੈ, ਔਰ ਮੇਰੇ ਲਈ ਸਭ ਤੋਂ ਵਧੀਆ ਚੈਲੇਂਜ, ਇੱਕ ਕਹਿ ਲਓ ਮੇਰੇ ਲਈ ਚੈਲੇਂਜ ਸੀ ਕਿ ਇੱਕ ਬੌਕਸਰ ਦਾ ਕਰੈਕਟਰ ਕਰਨਾ। ਹਾਂਜੀ। ਔਰ ਮੈਨੂੰ ਉਹ ਗੇਮ ਵਧੀਆ ਵੀ ਨਹੀਂ ਲੱਗਦੀ ਅਤੇ ਮੈਂ ਉਸ ਗੇਮ ਬਾਰੇ ਜਾਣਦਾ ਵੀ ਨਹੀਂ। ਅੱਛਾ। ਅਤੇ ਜਦੋਂ ਮੈਂ ਕਾਸਟ ਹੋਇਆ ਅਤੇ ਉਸ ਤੋਂ ਬਾਅਦ ਮੈਂ ਉਹਦੇ ਬਾਰੇ ਪੜ੍ਹਿਆ ਗੇਮ ਬਾਰੇ, ਔਰ ਥੋੜ੍ਹਾ ਥੋੜ੍ਹਾ ਉਹਦੇ ਬਾਰੇ ਖੇਲਣਾ, ਗੇਮ ਖੇਲਣੀ ਸ਼ੁਰੂ ਕੀਤੀ, ਤਾਂ ਮੈਨੂੰ ਕਿਰਦਾਰ ਕਰਕੇ ਵਧੀਆ ਲੱਗਿਆ। ਬਾਕੀ ਮੈਂ ਜ਼ਿਆਦਾ ਨਹੀਂ ਦੱਸ ਸਕਦਾ ਕਿਉਂਕਿ ਮੇਰਾ ਕਿਰਦਾਰ ਥੋੜ੍ਹਾ ਸਸਪੈਂਸ ਆ ਫਿਲਮ ਦੇ ਵਿੱਚ ਕਾਫੀ, ਅਤੇ ਮੈਨੂੰ ਥੋੜ੍ਹਾ ਲੁਕੋ ਕੇ ਰੱਖਿਆ ਜਾ ਰਿਹਾ। ਅੱਛਾ। ਅਤੇ ਭਾਅ ਜੀ, ਬੌਕਸਰ ਦਾ ਜਿਵੇਂ ਤੁਸੀਂ ਕਿਹਾ ਕਿਰਦਾਰ ਕਰ ਰਹੇ ਹੋ, ਕੀ ਅਲੱਗ ਤੋਂ ਤਿਆਰੀ ਕਰਨੀ ਪਈ ਕਿਉਂਕਿ ਤੁਹਾਨੂੰ ਗੇਮ ਬਾਰੇ ਕੁਛ ਵੀ ਨਹੀਂ ਪਤਾ ਸੀ? ਅਲੱਗ ਤੋਂ ਕਿਉਂਕਿ ਬੌਕਸਿੰਗ ਮੈਨੂੰ ਲੱਗਦਾ ਕਿ ਬਹੁਤ ਟਫ ਗੇਮ ਆ, ਔਰ ਮੈਂ ਜਦੋਂ ਬੌਕਸਰ ਦਾ ਕਿਰਦਾਰ ਮਿਲਿਆ ਤਾਂ ਮੈਂ ਉਹਦੇ ਬਾਰੇ ਥੋੜ੍ਹੀ ਬੇਸਿਕਸ ਸਿੱਖਣੀਆਂ ਸ਼ੁਰੂ ਕੀਤੀਆਂ। ਯੂਨੀਵਰਸਿਟੀ ਸਾਡੇ ਇੱਕ ਸਟੂਡੈਂਟ ਹੈਗੇ ਸੀ, ਉਹਨਾਂ ਕੋਲ ਮੈਂ ਥੋੜ੍ਹੇ ਬੇਸਿਕ ਸਿੱਖਦਾ ਰਿਹਾ, ਤਾਂ ਬਹੁਤ ਜ਼ਿਆਦਾ ਪੇਨਫੁੱਲ, ਜਿਵੇਂ ਕਹਿ ਲਈਏ ਕਿ ਉਹਦੀ ਟ੍ਰੇਨਿੰਗ ਬਹੁਤ ਜ਼ਿਆਦਾ ਪੇਨਫੁੱਲ ਸੀ, ਤਾਂ ਮੈਨੂੰ ਸੀ ਕਿ ਮੈਂ ਉਹਦੇ ਬੇਸਿਕ ਜਾਣਾ, ਉਹਦੇ ਰੂਲਸ ਜਾਣਾ, ਤਾਂ ਕਿ ਵੇਖਣ 'ਚ ਲੱਗੇ ਕਿ ਹਾਂ ਇਹ ਬੌਕਸਰ ਹੈ, ਚਾਹੇ ਉਹ ਨਹੀਂ ਵੀ ਗੇਮ ਖੇਡ ਰਿਹਾ ਪਰ ਉਹਦਾ ਪਰਦੇ 'ਤੇ ਮੈਨੂੰ, ਕਿਉਂਕਿ ਮੈਨੂੰ ਹਮੇਸ਼ਾ ਹੁੰਦਾ ਕਿ ਜਦੋਂ ਵੀ ਮੈਂ ਕੋਈ ਕਿਰਦਾਰ ਕਰਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕਿਰਦਾਰ ਨੂੰ ਜੀ ਹਾਂ ਪਹਿਲਾਂ ਮੈਂ, ਕਿਉਂਕਿ ਉਹਨੂੰ ਜੀ ਕੇ ਫਿਰ ਉਹ ਮੇਰੀ ਬੋਡੀ ਦੇ ਵਿੱਚ ਉਹ ਕਿਰਦਾਰ ਆਉਂਦਾ, ਔਰ ਮੈਨੂੰ ਫਿਰ ਵਧੀਆ ਵੀ ਲੱਗਦਾ ਕਿ ਮੈਂ ਇੱਕ ਨਵੇਂ ਕਿਰਦਾਰ ਦੀ ਜਰਨੀ ਸਿੱਖੀ, ਔਰ ਇੱਕ ਮੇਰੇ ਲਈ ਉਹ ਬਹੁਤ ਫਾਇਦੇਮੰਦ ਚੀਜ਼ ਹੁੰਦੀ ਹੈ। ਸੋ ਬਾਕੀ ਤੁਸੀਂ ਫਿਲਮ 'ਚ ਦੇਖਿਓ। ਹਾਂਜੀ ਹਾਂਜੀ। ਅਤੇ ਭਾਅ ਜੀ, ਆਪਾਂ ਗੱਲ ਕਰ ਰਹੇ ਹਾਂ ਰੌਕੀ ਮੈਂਟਲ ਦੀ, 18 ਤਰੀਕ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ, ਪਰਮੇਸ਼ ਵਰਮਾ ਤੁਹਾਡੇ ਨਾਲ ਡੈਬਿਊ ਕਰ ਰਹੇ ਨੇ, ਅਤੇ ਤੁਹਾਡੇ ਨਾਲ ਤੁਹਾਡੇ ਬਹੁਤ ਹੀ ਤੁਹਾਡੇ ਕਲੋਜ਼ ਫਰੈਂਡ ਜਗਜੀਤ ਸਿੰਧੂ ਭਾਅ ਜੀ ਵੀ ਰੋਲ ਪਲੇ ਕਰਦੇ ਨੇ, ਅਤੇ ਕਿੰਨਾ ਕੁ ਫਨ ਕੀਤਾ ਸੈਟਸ 'ਤੇ, ਕਿੱਦਾਂ ਦਾ ਮਾਹੌਲ? ਬਹੁਤ ਜ਼ਿਆਦਾ ਵਧੀਆ ਮਾਹੌਲ ਸੀ, ਕਿਉਂਕਿ ਟੀਮ ਇੰਨੀ ਕੁ ਪਿਆਰੀ ਟੀਮ, ਜਿਵੇਂ ਕਹਿ ਦਈਏ ਉਹਦੇ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ, ਅਤੇ ਜਦੋਂ ਉਹਨਾਂ ਨੇ ਮੈਨੂੰ ਵਿਕਰਮ ਥੋਰੀ ਭਾਅ ਜੀ ਜੋ ਡਾਇਰੈਕਟਰ ਨੇ, ਮੈਂ ਉਹਨਾਂ ਨੂੰ ਉਹ ਕਾਸਟਿੰਗ ਲਈ ਮਿਲਿਆ ਸੀ, ਪਰ ਉਹ ਇੱਦਾਂ ਘੁਲ ਮਿਲ ਗਏ ਸਾਰੇ, ਔਰ ਲੱਗਦਾ ਹੀ ਨਹੀਂ ਸੀ ਕਿ ਜਿਵੇਂ ਕੋਈ ਸੈੱਟ 'ਤੇ ਜਾਂਦੇ ਹਾਂ ਫਿਲਮ 'ਤੇ, ਇੱਦਾਂ ਲੱਗਦਾ ਸੀ ਕਿ ਘਰ ਦਾ ਕੰਮ ਹੈ, ਔਰ ਉਹ ਰੋਜ਼ ਘਰ ਦਾ ਕੰਮ ਕਰਨ ਜਾਂਦੇ ਆ, ਔਰ ਸਾਰੇ ਇੰਨੇ ਪਿਆਰ ਨਾਲ ਰਹਿੰਦੇ, ਔਰ ਇੰਨਾ ਪਿਆਰਾ ਮਾਹੌਲ ਸੀ, ਔਰ ਸਾਰੇ ਕੋ ਐਕਟਰ ਸੀ, ਪਤਾ ਹੀ ਨਹੀਂ ਲੱਗਿਆ ਕਿੱਦਾਂ ਸ਼ੂਟ ਸ਼ੁਰੂ ਹੋਇਆ ਔਰ ਕਦੋਂ ਖਤਮ ਹੋ ਗਿਆ, ਔਰ ਸਾਰੇ ਕੋ ਐਕਟਰਸ ਦਾ ਬਹੁਤ ਜ਼ਿਆਦਾ ਸਪੋਰਟਿਵ ਸੀ। ਪਰਮੇਸ਼ ਵਰਮਾ ਉਹਨਾਂ ਨਾਲ ਮੈਂ ਪਹਿਲੀ ਵਾਰੀ ਕੰਮ ਕਰ ਰਿਹਾ ਸੀ, ਪਰ ਉਹ ਡੈਬਿਊ ਕਰ ਰਹੇ ਨੇ ਫਿਲਮ ਤੋਂ, ਪਰ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੋ ਕੇ ਉਹਨਾਂ ਜਿਵੇਂ ਵੀ ਕੰਮ ਕੀਤਾ, ਔਰ ਬਹੁਤ ਅੱਛੇ ਕੋ ਐਕਟਰ ਮੈਂ ਉਹਨਾਂ ਨੂੰ ਮੰਨਦਾ, ਔਰ ਬਾਕੀ ਸਾਰੇ ਕੁਛ ਵਿੱਚ ਨਵੇਂ ਚਿਹਰੇ ਤੁਸੀਂ ਦੇਖੋਗੇ, ਜਗਜੀਤ ਇੱਕ ਲੜਕਾ, ਔਰ ਹੋਰ ਜਗਜੀਤ, ਔਰ ਕਰਨ ਜੋ ਮੇਨ ਵਿਲਨ ਹੈ ਉਹਦੇ ਵਿੱਚ, ਔਰ ਬਹੁਤ ਅੱਛੀ ਨਵੇਂ ਚਿਹਰੇ, ਔਰ ਮੈਨੂੰ ਹਮੇਸ਼ਾ ਉਹਦੇ ਨਾਲ ਕੰਮ ਕਰਨਾ ਮੈਨੂੰ ਹਮੇਸ਼ਾ ਵਧੀਆ ਲੱਗਦਾ, ਉਹਨਾਂ ਦੀ ਰਾਈਟਿੰਗ ਉਹਦੇ ਬਾਰੇ ਜਿੰਨੀਆਂ, ਕਿਉਂਕਿ ਮੈਨੂੰ ਲੱਗਦਾ ਕਿ ਇੱਕ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ, ਇੱਕ ਉਹਦੇ ਔਰ ਇੱਕ ਰੱਬ ਦੇ ਰੇਡੀਓ ਦੇ ਜੋ ਰਾਈਟਰ ਸੀ ਜਸ ਗਰੇਵਾਲ ਜੀ, ਮੈਂ ਉਹਨਾਂ ਦਾ ਵੀ ਬਹੁਤ ਵੱਡਾ ਫੈਨ ਕਹਿ ਲਓ, ਕਿਉਂਕਿ ਉਹ ਬਹੁਤ ਬਰੀਕੀ ਨਾਲ ਕਿਸੇ ਕਿਰਦਾਰ ਨੂੰ ਔਰ ਚੁਣਦੇ ਆ, ਜੇ ਮੈਨੂੰ ਉਹਨਾਂ ਚੁਣਿਆ ਤਾਂ ਜੇ ਮੈਨੂੰ ਇੱਕ ਮਿੰਟ ਦਾ ਵੀ ਕਰੈਕਟਰ ਦੇਣਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਇੱਕ ਮਿੰਟ ਹੀ ਵੇਸਟ ਨਹੀਂ ਜਾਣ ਦੇਣਗੇ, ਮਤਲਬ ਮੈਨੂੰ ਉਹ ਇੱਦਾਂ ਪੇਸ਼ ਕਰਨਗੇ ਮਿੰਟ 'ਚ ਕਿ ਆਡੀਅੰਸ ਹਮੇਸ਼ਾ ਕਰੈਕਟਰ 'ਤੇ ਬੜਾ ਧਿਆਨ ਦਿੰਦੇ ਆ ਦੋਨੇ ਰਾਈਟਰਸ, ਔਰ ਇੱਕ ਐਕਟਰ ਦੀ ਰੇਂਜ ਪਤਾ ਉਹਨਾਂ ਨੂੰ ਕਿ ਇੱਕ ਕੋਈ ਐਕਟਰ ਨੂੰ ਅਸੀਂ ਕਿੱਦਾਂ ਯੂਜ਼ ਕਰ ਸਕਦੇ ਹਾਂ। ਮੈਂ ਮੋਸਟਲੀ ਕਈ ਵਾਰੀ ਦੇਖਦਾ ਕਿ ਕਈ ਅੱਛੇ ਐਕਟਰਾਂ ਨੂੰ ਡਾਇਰੈਕਟਰ ਯੂਜ਼ ਨਹੀਂ ਕਰ ਪਾਉਂਦਾ, ਔਰ ਕਈ ਬਹੁਤ ਅੱਛੇ ਬਾਹਰੋਂ ਬਾਲੀਵੁੱਡ ਤੋਂ ਸਾਡੇ ਇੱਥੇ ਡਾਇਰੈਕਟਰ ਆਉਂਦੇ ਆ, ਔਰ ਸਾਡੇ ਐਕਟਰਾਂ ਕੋਲ ਇੰਨਾ ਬਾ ਕਮਾਲ ਕੰਮ ਲੈਂਦੇ ਆ ਜੋ ਇੱਥੋਂ ਦੇ ਡਾਇਰੈਕਟਰ ਕਈ ਵਾਰੀ ਨਹੀਂ ਲੈਂਦੇ। ਅਤੇ ਭਾਅ ਜੀ, ਗੱਲ ਹੁਣ ਮੈਂ ਕਰ ਰਿਹਾ ਥੋੜ੍ਹੇ ਰੱਬ ਦਾ ਰੇਡੀਓ ਜੀ, ਅਤੇ ਰੱਬ ਦਾ ਰੇਡੀਓ 'ਚ ਵੀ ਜਿਹੜਾ ਤੁਹਾਡਾ ਕਰੈਕਟਰ ਸੀ ਬੜਾ ਲੁਕੋ ਕੇ ਰੱਖਿਆ ਹੋਇਆ ਸੀ, ਅਤੇ ਬੜਾ ਅੱਛਾ ਕਰੈਕਟਰ ਪਲੇ ਕੀਤਾ ਤੁਸੀਂ, ਮੈਡੀ ਡੱਕਰ ਦੇ ਨਾਲ ਕੰਮ ਕੀਤਾ ਸੀ, ਉਹ ਦੱਸੋ ਐਕਸਪੀਰੀਅੰਸ। ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ, ਮੈਨੂੰ ਜਦੋਂ ਫਸਟ ਟਾਈਮ ਪਤਾ ਲੱਗਿਆ ਕਿ ਮੈਡੀ ਡੱਕਰ ਓਪੋਜ਼ਿਟ ਹੈਗੇ ਔਰ ਹੋਰ ਬਾਕੀ ਟੀਮ ਬਾਰੇ, ਤਾਂ ਮੈਂ ਥੋੜ੍ਹਾ ਥੋੜ੍ਹਾ ਨਰਵਸ ਸੀ ਹੈ ਨਾ, ਕਿਉਂਕਿ ਸਾਰੇ ਸੀਨੀਅਰ ਐਕਟਰ ਹੈਗੇ ਸੀ, ਅਤੇ ਮੈਨੂੰ ਇਹ ਸੀ ਕਿ ਮੈਂ ਪਤਾ ਨਹੀਂ ਕਿੱਦਾਂ ਆਪਣਾ ਆਪ ਦਿਖਾ ਪਾਵਾਂਗਾ ਜਾਂ ਮੈਂ ਉਹਨਾਂ ਦੀ ਉਮੀਦਾਂ 'ਤੇ ਖਰਾ ਉਤਰ ਪਾਵਾਂ,
ਤੇ ਉਹਨਾਂ ਕਿਹਾ ਸੀ ਕਿ ਇਹ ਕਰੈਕਟਰ ਹੈ ਉਹਨਾਂ ਫਿਰ ਜਦੋਂ ਮੈਨੂੰ ਕਰੈਕਟਰ ਸੁਣਾਇਆ ਤਾਂ ਮੈਨੂੰ ਲੱਗਿਆ ਕਿ ਮੈਂ ਹਾਂ ਤਾਂ ਉਹ ਮੈਨੂੰ ਕਹਿੰਦੇ ਕਿ ਜਿੱਦਾਂ ਦਾ ਤੂੰ ਹੈ ਰੀਅਲ ਲਾਈਫ 'ਚ ਮੈਨੂੰ ਉੱਦਾਂ ਦਾ ਤੂੰ ਚਾਹੀਦਾ ਜ਼ਿਆਦਾ ਬੋਲਦਾ ਨਹੀਂ ਮੈਂ ਥੋੜ੍ਹਾ ਘੱਟ ਬੋਲਦਾ ਤਾਂ ਉਹ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਇੱਕ ਮੇਰਾ ਨਵਾਂ ਇਹ ਐਕਸਪੀਰੀਅੰਸ ਸੀ ਕਿ ਉਹਦੇ ਨਾਲ ਡਾਇਲੋਗ ਸਾਨੂੰ ਪਹਿਲਾਂ ਮਿਲ ਜਾਂਦੇ ਆ ਸਕ੍ਰਿਪਟ ਮਿਲ ਜਾਂਦੀ ਤੇ ਉਹਨਾਂ ਨਾਲ ਐਕਸਪੀਰੀਅੰਸ ਸੀ ਕਿ ਡਾਇਲੋਗ ਔਨ ਦੀ ਸਪੋਟ ਮਿਲਦੀ ਸੀ ਤਾਂ ਮੇਰਾ ਉਹ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸੀ ਕਿਉਂਕਿ ਮੈਨੂੰ ਕਈ ਵਾਰੀ ਇਹ ਤਕਲੀਫ ਦਿੰਦੀ ਹੈ ਚੀਜ਼ ਕਿ ਮੈਨੂੰ ਇਹ ਹੁਣੇ ਡਾਇਲੋਗ ਮਿਲਿਆ ਔਰ ਮੈਂ ਬੋਲਣਾ ਤਾਂ ਮੈਨੂੰ ਹੁੰਦਾ ਸੀ ਵੀ ਥੋੜ੍ਹਾ ਟਾਈਮ ਮਿਲੇ ਪਰ ਉਹ ਮੇਰਾ ਇੰਨਾ ਅੱਛਾ ਐਕਸਪੀਰੀਅੰਸ ਸੀ ਕਿ ਮੈਨੂੰ ਉਸੇ ਟਾਈਮ ਡਾਇਲੋਗ ਮਿਲਦਾ ਸੀ ਤੇ ਜਸ ਭਾਜੀ ਕਹਿੰਦੇ ਸੀ ਇਹਨੂੰ ਇੱਦਾਂ ਬੋਲਣਾ ਜਾਂ ਜਿੱਦਾਂ ਤੈਨੂੰ ਲੱਗਦਾ ਤੇ ਬੋਲਦੇ ਬਹੁਤ ਕਰੈਕਟਰ ਬੜਾ ਅੱਛਾ ਨਿਕਲ ਗਿਆ ਹਾਂ ਬਾਕੀ ਮੈਂਡੀ ਬਹੁਤ ਅੱਛਾ ਜਿਵੇਂ ਕਿ ਕੋ ਐਕਟਰਸ ਨੇ ਬਹੁਤ ਅੱਛਾ ਬਾਖੂਬੀ ਹਰ ਸੀਨ ਦੇ ਵਿੱਚ ਗੱਲਬਾਤ ਕਰਦੇ ਸੀ ਕਿ ਇੰਨਾ ਤਾਂ ਬਹੁਤ ਕੰਫਰਟ ਫੀਲ ਕਰਵਾਇਆ ਉਹਨਾਂ ਨੇ ਅੱਛਾ ਭਾਅ ਜੀ ਕਦੇ ਮੈਂਡੀ ਟੱਕਰ ਨੇ ਇਹ ਨਹੀਂ ਸ਼ੋਅ ਕੀਤਾ ਕਿ ਤੁਹਾਡੇ ਤੋਂ ਸੀਨੀਅਰ ਐਕਟਰ ਹੈ ਤੁਹਾਡੇ ਓਪੋਜ਼ਿਟ ਨਹੀਂ ਨਹੀਂ ਕਦੇ ਵੀ ਨਹੀਂ ਹਮੇਸ਼ਾ ਬਹੁਤ ਜ਼ਿਆਦਾ ਕੰਫਰਟ ਫੀਲ ਹੋਇਆ ਮਤਲਬ ਕਰਵਾਇਆ ਕਿ ਇੱਕ ਮੈਨੂੰ ਵੀ ਥੋੜ੍ਹਾ ਮੈਂ ਪਹਿਲਾਂ ਨਰਵਸ ਸੀ ਕਿ ਸੀਨੀਅਰ ਆਰਟਿਸਟ ਨੇ ਔਰ ਸਟਾਰ ਨੇ ਔਰ ਮੈਂ ਅਜੇ ਸ਼ੁਰੂਆਤੀ ਦੌਰ 'ਚ ਹਾਂ ਤਾਂ ਪਰ ਨਹੀਂ ਬਿਲਕੁਲ ਵੀ ਉਹਨਾਂ ਕਦੇ ਵੀ ਇੱਦਾਂ ਫੀਲ ਨਹੀਂ ਕਰਵਾਇਆ ਕਿ ਤੂੰ ਫਸਟ ਟਾਈਮ ਫਿਲਮ ਮਤਲਬ ਸਟਾਰਟਿੰਗ ਪੁਆਇੰਟ ਆਫ ਕਰਾਇਆ ਕੁਛ ਵੀ ਬਹੁਤ ਜਿੰਨਾ ਦਿਨ ਵੀ ਸ਼ੂਟ ਰਿਹਾ ਬਹੁਤ ਕੰਫਰਟੇਬਲ ਮੈਂ ਫੀਲ ਕੀਤਾ ਅੱਛਾ ਭਾਅ ਜੀ ਹੁਣ ਨਾ ਸੱਚ ਬੋਲਣ ਦਾ ਸਮਾਂ ਆ ਗਿਆ ਬੜਾ ਖਤਰਨਾਕ ਸਮਾਂ ਆ ਗਿਆ ਸੱਚ ਬੋਲਣ ਦਾ ਸਮਾਂ ਤੇ ਆਪਾਂ ਵੱਧ ਰਹੇ ਹਾਂ ਗੇਮ ਦੀ ਤਰਫ ਨੈਵਰ ਹੈਵ ਆਈ ਐਵਰ ਠੀਕ ਤੇ ਭਾਅ ਜੀ ਇਹਦੇ 'ਚ ਮੈਂ ਕੁਛ ਪੰਜ ਛੇ ਸਵਾਲ ਪੁੱਛੂੰਗਾ ਜੀ ਜੀ ਸੱਚ ਬੋਲਣਾ ਨਹੀਂ ਤਾਂ ਇਹ ਕਚਹਿਰੀ ਨਹੀਂ ਹੈ ਪਰ ਬੋਲਦਾ ਇੱਥੇ ਸੱਚ ਠੀਕ ਹੈ ਜੀ ਮੈਂ ਕਿਹਦੇ ਹੱਥ ਰਖਵਾ ਕੇ ਨਹੀਂ ਜੋ ਨਹੀਂ ਬੋਲਣਾ ਸੱਚ ਬੋਲਣਾ ਭਾਅ ਜੀ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਦੇ ਤੁਸੀਂ ਕੁੜੀਆਂ ਦੇ ਹੋਸਟਲ ਦੀ ਕੰਧ ਟੱਪੀ ਹੈ ਕਿਆ ਵਾ ਬਿਲਕੁਲ ਨਹੀਂ ਮੈਂ ਵੈਸੇ ਹੋਸਟਲ ਜਾਂਦੇ ਸੀ ਜਿਵੇਂ ਸਾਡੇ ਕਲਾਸਮੇਟਸ ਹੋਸਟਲ 'ਚ ਰਹਿੰਦੇ ਹੁੰਦੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਤਾਂ ਕਦੇ ਵੈਸੇ ਚਲੇ ਜਾਂਦੇ ਪਰ ਕੰਧ ਟੱਪਣ ਦੀ ਲੋੜ ਨਹੀਂ ਪੈਂਦੀ ਅੱਛਾ ਗੇਟ ਵੱਲੋਂ ਚਲੇ ਜਾਈਦਾ ਅੱਛਾ ਅਤੇ ਕਦੇ ਜੇ ਪੁਲਿਸ ਵਗੈਰਾ ਮਾਮੇ ਕਹਿੰਦੇ ਕਦੇ ਮਾਮਿਆਂ ਨਾਲ ਜਵਾਬ ਪਿਆ ਤੁਹਾਡਾ ਬਿਲਕੁਲ ਪਿਆ ਤੁਹਾਡਾ ਕੋਈ ਦੱਸੋ ਬਹੁਤ ਬਹੁਤ ਵਧੀਆ ਇੱਕ ਛੋਟੀ ਜਿਹੀ ਘਟਨਾ ਹੋਈ ਸੀ ਮੈਂ ਅਤੇ ਜਗਜੀਤ ਅਤੇ ਸਾਡਾ ਇੱਕ ਹੋਰ ਫਰੈਂਡ ਸੀ ਗੁਰਸੇਵਕ ਅੱਛਾ ਅਸੀਂ ਤਿੰਨੇ ਮੋਟਰਸਾਈਕਲ 'ਤੇ ਸਾਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ ਸੀ ਮੋਹਾਲੀ ਅੱਛਾ ਅਤੇ ਹੈਲਮਟ ਨਹੀਂ ਪਾਇਆ ਹੋਇਆ ਸੀ ਤਾਂ ਉਦੋਂ ਕਿੱਸਾ ਪੰਜਾਬ ਦਾ ਟ੍ਰੇਲਰ ਆਇਆ ਸੀ ਤਾਂ ਅਸੀਂ ਉਹਨਾਂ ਨੂੰ ਟ੍ਰੇਲਰ ਦਿਖਾਇਆ ਸੀ ਤਾਂ ਫਿਰ ਬਚੇ ਸੀ ਅਸੀਂ ਤੇ ਜਦੋਂ ਟ੍ਰੇਲਰ ਦਿਖਾਇਆ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਚਾਹ ਪੀ ਕੇ ਜਾਏ ਅੱਛਾ ਬਹੁਤ ਵਧੀਆ ਮੈਨੂੰ ਹੁਣ ਵੀ ਬਹੁਤ ਰੇਅਰ ਬੰਦਿਆਂ 'ਚ ਹੋਗੇ ਜੋ ਪੰਜਾਬ ਪੁਲਿਸ ਤੋਂ ਚਾਹ ਪੀ ਕੇ ਆਏ ਹਾਂ ਬਿਲਕੁਲ ਅੱਛਾ ਭਾਅ ਜੀ ਕਦੇ ਕਿਸੇ ਵਿਆਹ 'ਚ ਬਿਨ ਬਜਾਏ ਵੜੇ ਨੈਵਰ ਕਦੇ ਵੀ ਅੱਛਾ ਕਿਉਂਕਿ ਮੈਂ ਕੋਈ ਕਈ ਵਾਰੀ ਦੋਸਤ ਮੈਨੂੰ ਇਹ ਹੁੰਦਾ ਵੀ ਯਾਰ ਕਾਰਡ ਦੇ ਦੇਣਾ ਹੈ ਨਾ ਕਈ ਵਾਰੀ ਮੇਰੇ ਦੋਸਤ ਫੋਨ ਕਰ ਦਿੰਦੇ ਹੁੰਦੇ ਆ ਯਾਰ ਵਿਆਹ ਹੈਗਾ ਤੇ ਮੈਂ ਕਹਿੰਦਾ ਯਾਰ ਕਾਰਡ ਜ਼ਰੂਰ ਭੇਜਿਆ ਜੇ ਕਾਰਡ ਤੋਂ ਬਗੈਰ ਜਾਣਾ ਮੈਨੂੰ ਵਧੀਆ ਨਹੀਂ ਲੱਗਦਾ ਅੱਛਾ ਤਾਂ ਕਦੇ ਵੀ ਨਹੀਂ ਠੀਕ ਹੈ ਤੇ ਕਦੇ ਕਿਸੇ ਦੇ ਮੂੰਹ ਤੇ ਸ਼ਰੇਆਮ ਝੂਠ ਬੋਲ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਇਹ ਬੰਦਾ ਝੂਠ ਬੋਲ ਗਿਆ ਕਾਫੀ ਵਾਰ ਅੱਛਾ ਕਾਫੀ ਵਾਰ ਬੋਲਿਆ ਵੀ ਔਰ ਕਾਫੀ ਵਾਰ ਪਤਾ ਵੀ ਲੱਗ ਗਿਆ ਸਾਹਮਣੇ ਇਹਨੂੰ ਕਿ ਝੂਠ ਬੋਲ ਅੱਛਾ ਤੇ ਕਦੇ ਪਹਿਲੀ ਡੇਟ 'ਤੇ ਗਏ ਹੋਵੋ ਅਤੇ ਉੱਥੇ ਹੀ ਕਿਸੇ ਨੂੰ ਪ੍ਰਪੋਜ਼ ਕਰਤਾ ਹੋਵੇ ਨਹੀਂ ਮੈਂ ਪਹਿਲਾਂ ਹੀ ਪ੍ਰਪੋਜ਼ ਕਰਤਾ ਡੇਟ 'ਤੇ ਅੱਛਾ ਡੇਟ 'ਤੇ ਠੀਕ ਹੈ ਠੀਕ ਹੈ ਬਸ ਇੱਕ ਲਾਸਟ ਹੈ ਭਾਅ ਜੀ ਤੁਹਾਡੇ ਨਾਲ ਜੀ ਜੀ ਅਤੇ ਇੱਕ ਸੈਕਿੰਡ ਯਾਰ ਆਈ ਥਿੰਕ ਇੰਨਾ ਬਹੁਤ ਹੈ ਇੰਨਾ ਬਹੁਤ ਇੰਨਾ ਸੱਚ ਬਹੁਤ ਹੈ ਇੱਕ ਰੈਪਿਡ ਫਾਇਰ ਕਰ ਲਓ ਜਲਦੀ ਬੈਟਰੀ ਮੇਰੇ ਕੋਲ ਲਾ ਬੈਟਰੀ ਬਸ 2 ਮਿੰਟ ਬਸ ਇੱਕ ਰੈਪਿਡ ਇਹ ਔਨ ਕਰੋ ਭਾਅ ਜੀ ਆਈ ਥਿੰਕ ਸੱਚ ਤੁਸੀਂ ਬਹੁਤ ਬੋਲ ਗਿਆ ਹੁਣ ਫਟਾਫਟ ਆਨਸਰ ਦੇਣ ਦਾ ਟਾਈਮ ਆ ਗਿਆ ਤੁਹਾਡਾ ਬਸ ਤੁਹਾਡੇ ਨਾਲ ਆਪਾਂ ਪੁੱਛਣਾ ਚਾਹਾਂਗੇ ਰੈਪਿਡ ਫਾਇਰ ਇੱਕ ਬੇਸਿਕ ਜੀ ਜੀ ਅਤੇ ਤੁਹਾਡੇ ਕੁਐਸਚਨਸ ਹੈ ਕ੍ਰੇਜ਼ੀਐਸਟ ਥਿੰਗ ਯੂ ਹੈਵ ਐਵਰ ਡਨ ਇਨ ਯੂਰ ਲਾਈਫ ਜੋ ਮੈਂ ਕਰਨਾ ਚਾਹੁੰਦਾ ਕੀਤੀ ਹੋਈ ਹੈ ਕੀਤੀ ਹੋਈ ਹੈ ਮੈਂ ਕਦੇ ਬਾਈਕ ਤੇਜ਼ ਨਹੀਂ ਚਲਾਈ ਪਰ ਮੈਂ ਇੱਕ ਵਾਰ ਬਹੁਤ ਤੇਜ਼ ਬਾਈਕ ਚਲਾਈ ਮੈਨੂੰ ਸੀ ਕਿ ਮੈਂ ਇੱਕ ਵਾਰ ਜ਼ਰੂਰ ਤੇਜ਼ ਚਲਾ ਅੱਛਾ ਮਤਲਬ ਪੂਰੀ ਸਪੀਡ ਜਿੰਨੀ ਬਾਈਕ ਅੱਛਾ ਅਤੇ ਹੈਲਮੈਟ ਪਾ ਕੇ ਚਲਾਈ ਸੀ ਕਿ ਹੈਲਮਟ ਸੀ ਅਤੇ ਵਨ ਡਾਇਰੈਕਟਰ ਯੂ ਵੁੱਡ ਲਾਈਕ ਟੂ ਵਰਕ ਮੈਂ ਸੰਜੇ ਲੀਲਾ ਬੰਸਲ ਅੱਛਾ ਠੀਕ ਹੈ ਅਤੇ ਤੁਸੀਂ ਜ਼ਿਆਦਾ ਕੰਫਰਟੇਬਲ ਕੈਜੂਅਲਸ 'ਚ ਹੁੰਦੇ ਹੋ ਜਾਂ ਫੋਰਮਲਸ 'ਚ ਹੁੰਦੇ ਹੋ ਫੋਰਮਲਸ ਕੈਜੂਅਲ ਦੋਨਾਂ 'ਚ ਅੱਛਾ ਠੀਕ ਹੈ ਅਤੇ ਤੁਹਾਡਾ ਫੇਵਰੇਟ ਕਲਰ ਮੇਰਾ ਫੇਵਰੇਟ ਕਲਰ ਵਾਈਟ
ਤੇ ਲਾਸਟ ਫਿਲਮ ਥੀਏਟਰ 'ਚ ਕਿਹੜੀ ਦੇਖੀ ਸੀ? ਵੇਖ ਬਰਾਤਾਂ ਚ ਗਏ। ਅੱਛਾ, ਕਿੱਦਾਂ ਲੱਗੀ? ਬਹੁਤ ਅੱਛੀ। ਤੇ ਫੇਵਰੇਟ ਫੀਮੇਲ ਸਿੰਗਰ ਕੌਣ? ਫੀਮੇਲ ਸਿੰਗਰ ਮੇਰੀ ਲਤਾ। ਅੱਛਾ, ਤੇ ਫੇਵਰੇਟ ਫੀਮੇਲ ਐਕਟਰ? ਐਕਟਰ ਫੀਮੇਲ ਐਕਟਰ ਪ੍ਰਿਯੰਕਾ ਚੋਪੜਾ। ਅੱਛਾ, ਤੇ ਸੈਲੀਬ੍ਰਿਟੀ ਕ੍ਰਸ਼ ਕੌਣ ਹੈ? ਵੰਡਰ ਵੂਮੈਨ ਗੈਲ ਗੈਡੋਟ। ਤੇ ਭਾਅ ਜੀ ਸਨੈਪਚੈਟ ਜਾਂ ਇੰਸਟਾਗ੍ਰਾਮ? ਇੰਸਟਾਗ੍ਰਾਮ। ਅੱਛਾ, ਇੰਸਟਾਗ੍ਰਾਮ ਜੀ। ਤੇ ਸਨੈਪਚੈਟ ਵੈਸੇ ਚਲਾਉਂਦੇ ਹੋ? ਹਾਂ, ਥੋੜ੍ਹੀ ਬਹੁਤ, ਜ਼ਿਆਦਾ ਨਹੀਂ ਮੈਂ ਸਨੈਪਚੈਟ। ਅਤੇ ਫੇਵਰੇਟ ਫਿਲਟਰ ਕਿਹੜਾ ਸੀ? ਫੇਵਰੇਟ ਫਿਲਟਰ ਮੇਰਾ ਜੀ ਦੇ ਵਿੱਚ ਲਿਪਸ ਬਹੁਤ ਵੱਡੇ ਹੋ ਜਾਂਦੇ। ਅੱਛਾ, ਕਿਉਂਕਿ ਉਹਦੇ 'ਚ ਸਮਾਈਲ ਮੈਨੂੰ ਬਹੁਤ ਅੱਛੀ ਲੱਗਦੀ। ਅੱਛਾ, ਅਤੇ ਭਾਅ ਜੀ ਜਾਂਦੇ ਜਾਂਦੇ ਹੁਣ ਮੈਂ ਜਾਣਨਾ ਚਾਹਾਂਗਾ ਕਿ ਆਉਣ ਵਾਲੇ 3-4-5 ਸਾਲਾਂ ਬਾਅਦ ਤੁਹਾਡੇ ਔਨ ਅ ਪ੍ਰੋਫੈਸ਼ਨਲ ਫਰੰਟ ਕੀ ਗੋਲਸ ਨੇ ਜੋ ਤੁਸੀਂ ਸੋਚੇ ਨੇ ਕਿ ਅਚੀਵ ਕਰਨਾ ਚਾਹੁੰਦੇ? ਨਹੀਂ, ਗੋਲਸ ਮੈਂ ਤਾਂ ਮਤਲਬ ਇਹੀ ਸੋਚਿਆ ਹੈ ਕਿ ਮੈਂ ਇਸ ਫੀਲਡ ਨੂੰ ਮਤਲਬ ਜੋ ਕੁਛ ਕਰਾਂ ਇਸ ਫੀਲਡ ਲਈ ਕਰਾਂ, ਔਰ ਅੱਛੇ ਤੋਂ ਅੱਛੇ ਕਿਰਦਾਰ ਕਰ ਸਕਾਂ, ਔਰ ਮਤਲਬ ਜ਼ਿਆਦਾ ਲੋਕਾਂ ਦੀ ਲਾਈਫ ਨੂੰ ਮੈਂ ਬਿਆਨ ਕਰ ਸਕਾਂ ਕਿ ਇੱਕ ਹੀ ਤਰ੍ਹਾਂ ਦੇ ਕਿਰਦਾਰ ਨਾ ਹੋਣ, ਕਿ ਮੈਨੂੰ ਜ਼ਿਆਦਾ ਕਰੈਕਟਰ ਕਰਨ ਨੂੰ ਮਿਲਣ ਕਿ ਮੈਂ ਉਹਨਾਂ ਦੀ ਲਾਈਫ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਾਂ। ਅਤੇ ਭਾਅ ਜੀ ਮੈਂ ਨਾ ਲਾਈਕ ਤੁਸੀਂ ਆਪ ਹੀ ਦੱਸਿਆ ਸੀ ਲਾਸਟ ਟਾਈਮ ਇੰਟਰਵਿਊ ਦੇ ਵਿੱਚ ਤੁਸੀਂ ਕਿ ਗਾਹ ਬਹੁਤ ਵਧੀਆ ਗਏ। ਮੈਂ ਗਾਉਣ ਤੋਂ ਹਮੇਸ਼ਾ ਭੱਜਦਾ ਹੁੰਦਾ, ਮੈਨੂੰ ਇਹ ਹੁੰਦਾ ਕਿ ਗਾਲਾਂ ਨਾ ਪੈ ਜਾਣ ਲੋਕਾਂ ਤੋਂ। ਨਹੀਂ ਨਹੀਂ, ਸਾਡੇ ਪੰਜਾਬੀ ਮੇਨੀਆ ਦੇ ਬਹੁਤ ਚੰਗੇ ਆ, ਬਿਲਕੁਲ ਗਾਲਾਂ ਨਹੀਂ ਕੱਢਦੇ। ਅਤੇ ਜਾਂਦੇ ਜਾਂਦੇ ਫਰਮਾਇਸ਼ ਹੈ ਮੇਰੀ ਕਹਿ ਲਓ, ਫੈਨਸ ਦੀ ਕਹਿ ਲਓ, ਵੀ ਤੁਹਾਡੇ ਤੋਂ ਇੱਕ ਗਾਣਾ ਕਰੋ ਜੀ। ਚਲੋ, ਮੈਂ ਰੌਕੀ ਮੈਂਟਲ ਦਾ ਗਾਣਾ ਜਿਹੜਾ ਰਿਲੀਜ਼ ਹੋਇਆ ਮੈਨੂੰ ਬਹੁਤ ਅੱਛਾ ਲੱਗਦਾ, ਉਹ ਸੁਣਾ ਦਿੰਦਾ। ਠੀਕ ਹੈ। ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ, ਤੇਰੇ ਤੋਂ ਬਗੈਰ ਚੰਨਾ ਕੱਖ ਦੀ ਨਾ ਮੈਂ, ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਸਜਾਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ, ਧੰਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ। ਕਿਆ ਬਾਤ ਹੈ ਭਾਅ ਜੀ, ਤੁਸੀਂ ਤਾਂ ਯਾਰ ਇੰਨਾ ਵਧੀਆ ਗਾ ਲੈਂਦੇ ਹੋ। ਥੈਂਕ ਯੂ ਜੀ, ਥੈਂਕ ਯੂ। ਵੈਲਕਮ ਭਾਅ ਜੀ। ਕਦੇ ਸਿੰਗਲ ਕੱਢਣ ਦੀ ਸੋਚੀ? ਨਹੀਂ, ਅਜੇ ਨਹੀਂ ਸੋਚੀ। ਅੱਛਾ, ਜਦੋਂ ਲੱਗਿਆ ਕਿ ਮਿਊਜ਼ਿਕ ਦਾ ਦੌਰ ਆ ਗਿਆ, ਜਦੋਂ ਗਾਣਾ ਗਾਉਣ ਵਾਲੇ, ਹਾਂਜੀ, ਉਦੋਂ ਜ਼ਰੂਰ ਕੱਢਾਂਗੇ। ਠੀਕ ਹੈ ਭਾਅ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਇੰਟਰਵਿਊ ਕਰਨ ਆਏ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਾਰੇ। ਵਿਸ਼ਿੰਗ ਯੂ ਆਲ ਦਾ ਬੈਸਟ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਫਾਈਨ ਰਾਈਟਰ ਅਤੇ ਬਹੁਤ ਹੀ ਫਾਈਨ ਐਕਟਰ ਪ੍ਰਿੰਸ ਕਵਲਜੀਤ ਸਿੰਘ। ਪ੍ਰਿੰਸ ਭਾਅ ਜੀ, ਵੈਲਕਮ ਟੂ ਪੰਜਾਬੀ ਮੇਨੀਆ। ਭਾਅ ਜੀ, 23 ਸਤੰਬਰ ਨੂੰ ਫਿਲਮ ਆ ਰਹੀ ਹੈ ਟੇਸ਼ਨ, ਤੁਸੀਂ ਆਪ ਲਿਖੀ ਹੈ, ਤੁਸੀਂ ਉਹਦੇ 'ਚ ਐਕਟ ਵੀ ਕੀਤਾ, ਸਭ ਤੋਂ ਪਹਿਲਾਂ ਸਾਨੂੰ ਫਿਲਮ ਬਾਰੇ ਕੁਝ ਦੱਸੋ, ਕਿੱਦਾਂ ਦੀ ਫਿਲਮ? ਆਪਣੀ ਫਿਲਮ ਦਾ ਨਾਂ ਹੈਗਾ ਟੇਸ਼ਨ। ਹਾਂਜੀ, ਔਰ ਸਭ ਤੋਂ ਪਹਿਲਾਂ ਉਹਦੇ ਬਾਰੇ ਦੱਸਣਾ ਚਾਹੀਦਾ ਵੀ ਟੇਸ਼ਨ ਕਿਉਂ ਹੈ। ਹਾਂਜੀ, ਅਸਲ 'ਚ ਫਿਲਮ ਜਿਹੜੀ ਹੈਗੀ ਉਹ ਇੱਕ ਸਰਹੱਦੀ ਪਿੰਡ ਦੀ ਫਿਲਮ ਹੈ, ਵੀ ਜਿਹੜਾ ਬਾਰਡਰ ਦੇ 5-4 ਕਿਲੋਮੀਟਰ ਦੇ ਏਰੀਏ 'ਚ। ਅੱਛਾ, ਔਰ ਉੱਥੇ ਇਹਨਾਂ ਦਾ ਫੋਨ ਦੀ ਰੇਂਜ ਹੈ। ਅੱਛਾ, ਲੋਕਾਂ ਦਾ ਮਾਹੌਲ ਵੀ ਆਪਾਂ ਇਹ ਕਹਿ ਸਕਦੇ ਵੀ 20-25 ਸਾਲ ਪਿੱਛੇ, 30 ਸਾਲ ਪਿੱਛੇ। ਹਾਂਜੀ, ਉਹਦੇ 'ਚ ਹੈਗਾ ਵੀ ਉਹ ਜਦੋਂ ਪਿੰਡ ਦੇ ਥੋੜ੍ਹਾ ਜਿਹਾ ਪਾਸੇ ਆਸੇ 5-4 ਕਿਲੋਮੀਟਰ 'ਤੇ, ਉੱਥੇ ਨਾ ਸਟੇਸ਼ਨ ਦਾ ਮਹੂਰਤ ਹੁੰਦਾ। ਅੱਛਾ, ਔਰ ਜਿਹੜਾ ਸਾਡਾ ਹੀਰੋ ਹੈ ਉਹ ਉਸੇ ਦਿਨ ਹੀ ਜੰਮਿਆ। ਅੱਛਾ, ਔਰ ਜਿਹੜਾ ਚੌਂਕੀਦਾਰ ਸੀ ਉਹ ਵਹੀ ਦੇ ਉੱਤੇ ਲਿਖ ਦਿੰਦਾ। ਅੱਛਾ, ਔਰ ਚੌਂਕੀਦਾਰ ਨੇ ਵਹੀ ਦੇ ਵਿੱਚ ਨਾ ਸਟੇਸ਼ਨ ਚੜ੍ਹਾ ਤਾ। ਅੱਛਾ, ਕਿਉਂਕਿ ਦੇਸੀ ਜਿਹੜੇ ਆਪਣੇ ਆ ਉਹ ਸਟੇਸ਼ਨ ਨੂੰ ਸਟੇਸ਼ਨ ਕਹਿੰਦੇ, ਔਰ ਉਹ ਯਾਦ ਰਹਿ ਜੇ। ਹਾਂਜੀ, ਯਾਦ ਰਹਿ ਜੇ, ਇਸ ਕਰਕੇ ਉਹਨੇ ਹੀਰੋ ਦਾ ਨਾਂ ਸਟੇਸ਼ਨ। ਅੱਛਾ, ਤੇ ਸਾਡੀ ਫਿਲਮ ਦਾ ਨਾਂ ਹੈਗਾ ਸਟੇਸ਼ਨ ਤੇ ਸਾਡੇ ਹੀਰੋ ਦਾ ਨਾਂ ਹੈਗਾ ਸਟੇਸ਼ਨ। ਅਤੇ ਭਾਅ ਜੀ, ਫਿਲਮ ਦੇ ਵਿੱਚ ਤੁਸੀਂ ਐਕਟਿੰਗ ਵੀ ਕਰ ਰਹੇ ਹੋ, ਅਤੇ ਤੁਹਾਡਾ ਰੋਲ ਬਾਰੇ ਕੁਝ ਦੱਸੋ, ਮੈਨੂੰ ਥੋੜ੍ਹੀ ਐਕਸਾਈਟਮੈਂਟ ਹੈ। ਮੇਰਾ ਰੋਲ ਹੈਗਾ ਵੀ ਉਹਦਾ ਦੋਸਤ ਹੈ, ਬਹੁਤ ਵਧੀਆ ਦੋਸਤ ਹੈ। ਅੱਛਾ, ਮਿੱਠਣ ਦਾ ਫੈਨ ਹੈ। ਅੱਛਾ, ਤੁਸੀਂ ਤੁਹਾਡਾ ਕਰੈਕਟਰ? ਹਾਂ, ਬੈਲ ਬੋਟਮ ਪਾ ਕੇ ਪੂਰਾ ਸ਼ਾਈਨਿੰਗ ਵਾਲੇ ਕੱਪੜੇ। ਅੱਛਾ, ਔਰ ਨਾਂ ਇਹਦਾ ਹੈਗਾ ਚੁੰਬਕ। ਅੱਛਾ, ਚੁੰਬਕ, ਚੁੰਬਕ ਹੈ। ਠੀਕ ਹੈ, ਉਹਦੇ ਨਾਲ ਹੀ ਰਹਿੰਦਾ ਹਮੇਸ਼ਾ। ਅੱਛਾ, ਔਰ ਉਹ ਕੁੜੀ ਵੀ ਕਹਿੰਦੀ ਰਹਿੰਦੀ ਵੀ ਅਗਲੀ ਵਾਰੀ ਇਕੱਲੇ ਮਿਲਣ ਆਉਗੀ ਉਹ ਮੈਗਨੇਟ ਭਾਜੀ ਨੂੰ ਨਾ ਲੈ ਕੇ। ਮਗਰ ਤੁਸੀਂ ਆਪਣੇ ਨਾਂ ਨੂੰ ਪੂਰਾ ਜਸਟੀਫਾਈ ਕਰ ਰਹੇ ਹੋ, ਟੇਸ਼ਨ ਦੇ ਨਾਲ ਚਿੰਬੜੇ ਰਹਿੰਦੇ। ਹਾਂ, ਚੁੰਬਕ। ਠੀਕ ਹੈ ਜੀ,
ਉਹ ਇਸ ਕਿਸਮ ਦਾ ਕਰੈਕਟਰ ਦੋਨੇ ਦੋਸਤਾਂ ਬਹੁਤ ਵਧੀਆ ਦੋਸਤ ਆ ਦੋਨੇ ਔਰ ਮੈਂ ਜਿਹੜੀ ਗੱਲ ਕਹਿੰਦਾ ਉਹ ਟੇਸ਼ਨ ਮੰਨਦਾ ਜਿਵੇਂ ਤੁਸੀਂ ਥੀਏਟਰੀਕਲ ਦੇਖਿਆ ਹੋ ਉਹ ਕਹਿੰਦੀ ਵਿਆਹ ਕਰਾਏਗਾ ਉਹ ਐਂ ਕਰਕੇ ਬੈਠਾ ਕਹਿੰਦੇ ਉਹ ਕਹਿੰਦਾ ਵੀ ਹਾਂ ਮੈਂ ਹਾਂ ਹੀ ਕਹਿਣ ਜੀ ਕਹਿੰਦਾ ਕਹਿੰਦੇ ਜਾਨਵ ਚਿੱਟੀਆਂ ਲੜੀਆਂ ਉਹ ਕਹਿੰਦਾ ਵੀ ਜਾਨਵ ਚਿੱਟੀਆਂ ਕਹਿੰਦਾ ਕਹਿੰਦੇ ਪੈਲਸ ਚ ਵਿਆਹ ਕਰਾਂ ਅੱਛਾ ਉਹ ਕਹਿ ਦਿੰਦੇ ਆ ਤੇ ਫਿਲਮ ਦੇ ਵਿੱਚ ਆਪਣੀ ਗੱਲ ਕੀ ਹੈ ਵੀ ਉਸ ਦਿਨ ਜਿਹੜੀ ਡੇਟ ਰੱਖ ਲਈ ਨਾ ਤਾਂ ਉਹਦੇ ਪੈਲਸ ਮਿਲਦਾ ਪਿਆ ਨਾ ਗੱਡੀਆਂ ਦੇ ਨਾ ਹੀ ਬੈਂਡ ਬੱਜ ਸਾਹਾ ਬਹੁਤ ਭਾਰਾ ਉਹਨੂੰ ਉਹ ਸਾਰੇ ਕਾਸੇ ਤੇ ਆ ਫਿਰ ਉਹ ਜਿਹੜਾ ਸਵੇਰੇ ਵਿਆਹ ਸ਼ਾਮ ਨੂੰ ਵਿਆਹ ਵਿਚਾਲੇ ਦੋ ਘੰਟੇ ਖਾਲੀ ਹੈ ਜਿਨ੍ਹਾਂ ਦੇ ਸਵੇਰੇ ਬਰਾਤ ਆਉਣੀ ਉਹਨਾਂ ਬਰਾਤ ਚਿੱਟੀਆਂ ਗੱਡੀਆਂ 'ਚ ਆਉਣੀਆਂ ਉਹਦੇ ਨਾਲ ਸਾਈ ਵਧਾਈ ਲਾ ਲੈਂਦੇ ਆ ਵੀ ਉਹ ਲਿਆਉਂਗੇ ਉਹ ਕਹਿੰਦਾ ਵੀ ਹੁਣ ਕਹਿੰਦਾ ਟੈਨਸ਼ਨ ਨਹੀਂ ਲੈਣੀ ਉਹਦਾ ਇੱਕੋ ਹੀ ਰਹਿੰਦਾ ਕਹਿੰਦਾ ਉਸਤਾਦ ਟੈਨਸ਼ਨ ਨਹੀਂ ਲੈਣੀ ਕਹਿੰਦਾ ਮੈਂ ਸਵੇਰੇ ਜਿਹੜੀਆਂ ਗੱਡੀਆਂ ਰਹੀਆਂ ਗੱਲ ਕਰਿਆ ਉਹਨਾਂ ਦੀ ਬਰਾਤ ਛੱਡ ਕੇ ਆਪਣੀ ਬਰਾਤ ਚੱਕ ਲੈਣਗੇ ਆਪਣੀ ਛੱਡ ਕੇ ਉਹਨਾਂ ਦੀ ਚੱਕ ਲੈਣਗੇ ਉਹਨਾਂ ਦੀ ਛੱਡ ਕੇ ਕਹਿੰਦਾ ਆਪਣੀ ਚੱਕ ਕੇ ਛੱਡ ਦੇਣਗੇ ਬਸ ਇੰਨੀ ਗੱਲ ਉਹ ਇਸ ਕਿਸਮ ਦਾ ਸਾਰਾ ਮਾਹੌਲ ਭਾਅ ਜੀ ਸੁਣ ਕੇ ਤਾਂ ਬਹੁਤ ਇੰਟਰਸਟਿੰਗ ਲੱਗ ਰਹੀ ਹੈ ਅਤੇ ਭਾਅ ਜੀ ਹੁਣ ਮੈਂ ਪੁੱਛਣਾ ਚਾਹਾਂਗਾ ਵੀ ਤੁਸੀਂ ਜਿਹੜੀ ਕਹਾਣੀ ਲਿਖੀ ਹੈ ਟੇਸ਼ਨ ਤੁਸੀਂ ਕਹਿ ਰਹੇ ਹੋ ਬਾਰਡਰ ਏਰੀਆ ਦੀ ਕਹਾਣੀ ਹੈ ਮੈਂ ਉਸ ਏਰੀਏ ਤੋਂ ਹਾਂ ਮੈਂ ਗਾਜ਼ੀਆਬਾਦ ਫਿਰੋਜ਼ਪੁਰ ਦਾ ਅਤੇ ਭਾਅ ਜੀ ਤੁਹਾਨੂੰ ਉਸ ਏਰੀਏ ਦੀ ਕਹਾਣੀ ਲਿਖਣ ਨੂੰ ਇੰਸਪੀਰੇਸ਼ਨ ਕਿੱਥੋਂ ਮਿਲੀ ਤੁਸੀਂ ਆਪ ਕੋਟਕਪੂਰਾ ਤੋਂ ਉਹ ਵੀ ਥੋੜ੍ਹਾ ਹੈ ਲੋਅਰ ਏਰੀਆ ਅਸਲ 'ਚ ਮੈਂ ਨਾ ਹੁਣ ਇੱਕ ਫਿਲਮ ਆ ਰਹੀ ਆ ਅਨਿਲ ਕਪੂਰ ਅਤੇ ਅਰਜਨ ਅੱਛਾ ਮੁਬਾਰਕਾਂ ਅੱਛਾ ਹਾਂਜੀ ਉਹਦੇ ਜਿਹੜੇ ਪ੍ਰੋਡਿਊਸਰ ਆ ਬੱਲੀ ਅੱਛਾ ਬੱਲੀ ਜੰਜੂਆ ਠੀਕ ਹੈ ਅਤੇ ਰੁਪਿੰਦਰ ਭਾਜੀ ਹਾਂਜੀ ਮੈਂ ਇਹਨਾਂ ਦੇ ਨਾਲ ਫਿਲਮ ਕੀਤੀ ਸੀ ਚੱਕ ਜਵਾਨ ਅੱਛਾ ਮੈਨੂੰ ਲੈ ਕੇ ਵੀ ਸਿਮਰ ਇਹ ਤਿੰਨੇ ਜਾਣੇ ਦੋਸਤ ਆ ਮੈਂ ਫਸਟ ਫਿਲਮ ਉਹਨਾਂ ਨਾਲ ਕੀਤੀ ਅੱਛਾ ਅਤੇ ਬੱਲੀ ਭਾਜੀ ਇੱਕ ਆਈਡੀਆ ਲਿਖਦੇ ਪਏ ਸੀ ਅੱਛਾ ਅਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਫਾਜ਼ਿਲਕਾ ਦੇ ਕੋਲ ਪਿੰਡ ਮੋਹਰ ਜਮਸ਼ੀਰ ਉੱਥੇ ਮੈਨੂੰ ਕਿਹਾ ਸੀਗਾ ਵੀ ਪਤਾ ਕਰਕੇ ਆਓ ਕੀ ਸਾਹਿਬ ਦਾ ਅੱਛਾ ਫਿਰ ਮੈਂ ਉਹਨਾਂ ਨੂੰ ਲੈ ਕੇ ਵੀ ਆਇਆ ਮੈਂ ਉਦੋਂ ਗਿਆ ਸੀ ਅਤੇ ਮੈਂ ਉੱਥੇ ਉਹ ਦੇਖ ਕੇ ਆਇਆ ਸੀ ਮਾਹੌਲ ਕਿ ਕਿੰਨਾ ਪੱਛੜ ਸਿਸਟਮ ਹੈ ਕਿਵੇਂ ਹੈ ਕਿਸ ਕਿਸਮ ਦਾ ਉੱਥੇ ਫਿਰ ਮੈਂ ਦੇਖਦਾ ਸੀ ਉਹ ਕਿਤੇ ਨਾ ਕਿਤੇ ਗੱਲ ਮੇਰੇ ਬੈਠੀ ਹੋਈ ਸੀ ਅੱਛਾ ਜੀ ਉਹ ਜਦੋਂ ਫਿਰ ਮੈਂ ਇੱਥੇ ਮੈਂ ਮੇਰੇ ਆਈਡੀਆ ਦਿਮਾਗ 'ਚ ਆਇਆ ਮੇਰੇ ਪ੍ਰੋਡਿਊਸਰਸ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਦੋ ਆਈਡੀਆ ਸੁਣਾਏ ਦੋ ਉਹਨਾਂ ਦੋ ਕਹਿੰਦੇ ਵੀ ਆਹ ਠੀਕ ਆ ਅੱਛਾ ਅਤੇ ਉਹ ਫਿਰ ਮੇਰੇ ਕਿਤੇ ਨਾ ਕਿਤੇ ਉਹ ਫਸੀ ਹੋਈ ਸੀ ਅੱਛਾ ਔਰ ਮੈਂ ਚਾਹੁੰਦਾ ਸੀਗਾ ਵੀ ਪੀਰੀਅਡ 'ਚ ਨਾ ਪਿੱਛੇ ਜਾ ਜਾਵੇ ਅੱਜ ਦੇ ਸਮੇਂ 'ਚ ਪਰ ਗੱਲਾਂ ਪੁਰਾਣੀਆਂ ਦਿਖਾਈਆਂ ਅੱਛਾ ਠੀਕ ਹੈ ਔਰ ਮੇਰੇ ਲਈ ਇਹ ਸਭ ਤੋਂ ਵਧੀਆ ਸੀ ਵੀ ਅੱਜ ਦੇ ਪੀਰੀਅਡ 'ਚ ਜੇ ਮੈਂ ਗੱਲਾਂ ਪੁਰਾਣੀਆਂ ਦਿਖਾਉਣੀਆਂ ਤਾਂ ਮੈਂ ਪਿੰਡ ਉਹ ਚੱਕਾਂ ਜਿਹੜਾ ਪਛੜਿਆ ਇਸ ਕਰਕੇ ਮੈਂ ਉਹ ਫਿਲਮ ਦਾ ਉਹ ਠੀਕ ਹੈ ਅਤੇ ਭਾਅ ਜੀ ਹੁਣ ਮੈਂ ਇੱਕ ਦੋ ਸਵਾਲ ਫਿਲਮ ਤੋਂ ਹਟ ਕੇ ਪੁੱਛਣਾ ਚਾਹਾਂਗਾ ਜੀ ਜੀ ਤੁਹਾਡਾ ਮੈਂ ਪੜ੍ਹਿਆ ਤੁਹਾਡੇ ਬਾਰੇ ਕਿ ਤੁਹਾਡਾ ਜੋ ਹੈ ਕਰੀਅਰ ਕੋਟਕਪੂਰੇ ਤੋਂ ਸ਼ੁਰੂ ਹੋਇਆ ਤੁਹਾਡੀ ਉੱਥੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ ਅਤੇ ਉੱਥੋਂ ਹੁਣ ਹੌਟ ਸੈਲਿੰਗ ਰਾਈਟਰ ਐਕਟਰ ਇਹ ਜਰਨੀ ਕਿੱਦਾਂ ਦੀ ਰਹੀ ਹੈ ਕੀ ਹਾਰਡਸ਼ਿਪਸ ਆਈਆਂ ਇਸ ਜਰਨੀ ਨਹੀਂ ਮੈਨੂੰ ਕਦੇ ਵੀ ਕੁਛ ਉਵੇਂ ਨਹੀਂ ਰਿਹਾ ਦੇਖੋ ਮਿਹਨਤ ਤਾਂ ਬੰਦੇ ਨੇ ਕਰਨੀ ਜੇ ਜਿਹੜੇ ਪਾਸੇ ਵੀ ਤੁਸੀਂ ਜਾਣਾ ਕੋਈ ਬਿਜ਼ਨਸ ਕਰੋ ਕੁਛ ਵੀ ਕਰੋ ਮਿਹਨਤ ਕਰਨੀ ਪਊ ਅਤੇ ਮੈਂ ਉਵੇਂ ਮਿਹਨਤ ਕਰਦਾ ਰਿਹਾ ਮੈਂ ਜੋ ਵੀ ਸੋਚਿਆ ਮੈਂ ਰੈਡੀਮੇਡ ਦਾ ਕੰਮ ਨਹੀਂ ਸਿੱਖਿਆ ਸਿੱਧੀ ਦੁਕਾਨ ਹੀ ਕਰ ਕਿਸੇ ਦਾ ਘਰ ਲੈ ਲਿਆ ਸੀਗਾ 400 ਰੁਪਈਏ ਕਿਰਾਏ ਤੇ ਸਾਡੇ ਉੱਥੇ ਨਹਿਰ ਆ ਨਹਿਰ ਤੋਂ ਕਾਨੇ ਵੱਢ ਲਏ ਅਸੀਂ ਥੀਏਟਰ ਅਸੀਂ ਕਰਦੇ ਸੀ ਜਿਹੜਾ ਆਪਣੀਆਂ ਫਿਲਮ ਦਾ ਡਾਇਰੈਕਟਰ ਇਹ ਵੀ ਉਦੋਂ ਇਕੱਠੇ ਸੀ ਅਸੀਂ ਥੀਏਟਰ ਇਹਨੇ ਫਿਰ ਉਹ ਕਾਨੇ ਕੁੰਨੇ ਜਿਹੜੇ ਸੀਗੇ ਉਹ ਪੂਰੇ ਲਾ ਕੇ ਅੰਦਰ ਘਰ 'ਚ ਉਹ ਸੀ ਇੱਕ ਐਂ ਲੱਗਦਾ ਸੀ ਵੀ ਰੈਸਟੋਰੈਂਟ ਹੈ ਕੋਈ ਫਿਰ ਉਹ ਘਰ ਦੇ ਮੇਰੇ ਮਾਂਦੇ ਮੇਰੀ ਅਸਲ 'ਚ ਡਾਕਟਰੇਟ ਕੀਤੀ ਮੇਰੀ ਡੀ ਐਚ ਐਮ ਐਸ ਕੀਤੀ ਹੋਈ ਲੋਅਰ ਟੈਕਨੀਸ਼ੀਅਨ ਦਾ ਕੀਤਾ ਈ ਸੀ ਜੀ ਐਸ ਦਾ ਔਰ ਮੈਨੂੰ ਉਹ ਚੰਗਾ ਨਹੀਂ ਲੱਗਦਾ ਸੀ ਰੋਜ਼ ਕਿਸੇ ਦਾ ਕੁਛ ਆਉਣਾ ਮੈਂ ਮੈਡੀਕਲ 'ਚ ਵੀ ਉੱਥੇ ਜਾਂਦਾ ਰਿਹਾ ਕੱਚਾ ਸੀ ਫਰੀਦਕੋਟ ਕਿਸੇ ਦੀ ਡੈਥ ਹੋ ਗਈ ਕਿਸੇ ਦੇ ਕੁਛ ਵੀ ਜਿਹੜਾ ਬੰਦਾ ਲਿਖਦਾ ਜਾਂ ਉਹਦੇ ਅੰਦਰ ਗੱਲ ਪਈ ਆ ਉਹ ਨਹੀਂ ਬਰਦਾਸ਼ਤ ਨਹੀਂ ਮੈਂ ਬਹੁਤ ਮੈਂ ਤਾਂ ਜੇ ਬੱਚਾ ਰੋਂਦਾ ਮੈਂ ਉਹ ਫਿਲਮ ਨਹੀਂ ਦੇਖ ਸਕਦਾ ਮੈਂ ਫਿਲਮ ਨਹੀਂ ਦੇਖ ਸਕਦਾ ਵੈਸੇ ਰੀਅਲ ਲਾਈਫ 'ਚ ਬੱਚਾ ਰੋਂਦਾ ਨਹੀਂ ਦੇਖ ਸਕਦਾ ਬਸ ਉਹ ਚੱਲਿਆ ਫਿਰ ਉੱਧਰ ਨੂੰ ਹੋ ਗਿਆ ਮੈਂ ਉਹ ਮੇਰੇ ਲਈ ਇੱਕ ਸੀਗਾ ਵੀ ਕੱਲ੍ਹ ਨੂੰ ਥੀਏਟਰ 'ਚ ਪੈਸਾ ਹੈ ਨਹੀਂ ਕੱਲ੍ਹ ਨੂੰ ਮੈਂ ਭੁੱਖਾ ਗਿਆ ਵੀ ਸ਼ੌਕੀਨ ਸੀਗਾ ਮੈਂ ਅਸਲ ਅਤੇ ਮੈਂ ਆਪਣੀ ਮਾਤਾ ਨੂੰ ਕਿਹਾ ਮੈਂ ਕਿਹਾ ਵੀ ਮੈਂ ਉਹ ਨਹੀਂ ਕਰਨਾ ਮੈਂ ਆਹ ਕੰਮ ਕਰਨਾ ਕਹਿੰਦੀ ਵੀ ਯਾਰ ਉਹ ਵੀ ਦੁਕਾਨਦਾਰੀ ਤਾਂ ਜਿਹੜੀਆਂ ਹਿੰਦੂ ਜਿਹੜੇ ਕਰਕੇ ਜੱਟਾਂ ਦੇ ਸ਼ੋਰ ਦੁਕਾਨਦਾਰੀ ਕਿੱਥੋਂ ਕਰਦਾ
ਮੈਂ ਕਿਹਾ ਵੀ ਨਹੀਂ ਮੈਂ ਘਰ ਨਹੀਂ ਵੀ ਮੈਨੂੰ ਇਹ ਸੀਗਾ ਵੀ ਹਰ ਬੰਦਾ ਖੁਸ਼ੀ ਦੇ ਮੌਕੇ 'ਤੇ ਕੱਪੜੇ ਲੈਣ ਆਊਗਾ ਫਿਰ ਉਹ ਲੁੱਕ ਕੇ ਮੇਰੇ ਡੈਡੀ ਕੋਲੋਂ ਮੇਰੇ ਬ੍ਰਦਰ ਨੇ ਮੈਨੂੰ 17,000 ਰੁਪਈਆ ਦਿੱਤਾ ਅੱਛਾ ਅਤੇ ਮੈਂ ਫਿਰ ਉਹ 17,000 ਨਾਲ ਹੀ ਦੁਕਾਨ ਕਰ ਲਈ ਅੱਜ ਮੇਰਾ ਕੋਟਪੁਰੇ ਅੱਜ ਹੈਗੀ ਆ ਸ਼ੌਪ ਅੱਛਾ ਮੇਰੇ ਨਾਂ 'ਤੇ ਹੀ ਆ ਪ੍ਰਿੰਸ ਪੈਲੇ ਫੈਸ਼ਨ ਪੁਆਇੰਟ ਓਕੇ ਜੀ ਔਰ ਮੇਰੇ ਉੱਥੇ ਹੁਣ ਉਹ ਬ੍ਰਦਰ ਬਣਦੇ ਮੇਰੇ ਘਰ 'ਚ 1.5-2 crore ਦਾ ਉਹ ਸ਼ੋਰੂਮ ਅੱਛਾ ਫਿਰ ਮੈਂ ਉਹ ਡਟ ਕੇ ਉੱਧਰ ਮਿਹਨਤ ਕੀਤੀ ਜਦੋਂ ਮੈਨੂੰ ਲੱਗਿਆ ਵੀ ਹਾਂ ਹੁਣ ਮੇਰਾ ਸੈੱਟ ਆ ਫਿਰ ਮੈਂ ਇੱਧਰ ਨੂੰ ਚਲਿਆ ਅੱਛਾ ਵੀ ਮੈਂ ਡੋਲਾਂ ਨਾ ਜੇ ਮੈਂ ਕੰਮ ਕਰਾਂ ਤਾਂ ਪ੍ਰੋਪਰਲੀ ਇੱਕ ਪਿੱਛੇ ਤੁਹਾਡੇ ਕੋਲ ਸੇਫਟੀ ਹੈ ਹਾਂ ਫਿਰ ਮੈਂ ਉੱਧਰ ਨੂੰ ਚੱਲ ਪਿਆ ਥੀਏਟਰ ਦਾ ਮੈਂ ਸ਼ੁਰੂ ਤੋਂ ਮੈਨੂੰ ਸ਼ੌਂਕ ਸੀ ਅੱਛਾ ਮੈਂ ਉਹ ਕਰਦਾ ਹੀ ਤੁਸੀਂ ਕਿਹਾ ਵੀ ਫਿਲਮ ਦੇ ਡਾਇਰੈਕਟਰ ਸੁਖਬੀਰ ਭਾਜੀ ਸੁਖਬੀਰ ਸਿੰਘ ਜੀ ਤੁਹਾਡੇ ਯਾਰ ਦੇ ਪੱਕੇ ਹਾਂ ਅਸੀਂ 88 ਦੇ ਦੋਸਤ ਹਾਂ ਅੱਛਾ ਤੇ ਉਹਨਾਂ ਬਾਰੇ ਕੁਝ ਦੱਸੋ ਵੀ ਉਹਨਾਂ ਨਾਲ ਤੁਹਾਡੀ ਉਹ ਬੰਦਾ ਬਹੁਤ ਘੈਂਟ ਆ ਅਸਲ 'ਚ ਸਾਡੀ ਯਾਰੀ ਪਈ ਆ ਉਹ ਸਮਾਰਟ ਸੋਹਣਾ ਤਾਂ ਹੈਗਾ ਭਾਜੀ ਅਤੇ ਅਸੀਂ 8ਵੀਂ 'ਚ ਪੜ੍ਹਦੇ ਸੀ ਅਤੇ ਉਹਦੇ ਡੈਡੀ SDO ਸੀਗੇ ਅੱਛਾ ਅਤੇ ਉਹ ਦਾਖਲਾ ਲਿਆ ਸੀ ਉਹਨੇ ਬੋਆਏ ਸਕੂਲ 'ਚ ਅੱਛਾ ਅਤੇ ਏ ਸੈਕਸ਼ਨ ਦੇ ਵਿੱਚ ਮੈਂ ਆਉਂਦਾ ਸੀ ਅੱਛਾ ਮੈਨੂੰ ਕੌਮਿਕਸਾਂ ਪੜ੍ਹਨ ਦਾ ਬੜਾ ਸ਼ੌਂਕ ਸੀ ਅੱਛਾ ਜੀ ਮੈਂ ਸਕੂਲੇ ਵੀ ਪੜ੍ਹਦਾ ਸੀ ਅੱਛਾ ਉਹ ਆਇਆ ਉਹਨੂੰ ਵੀ ਸੀ ਪਰ ਉਹ ਮੰਗਦਾ ਨਹੀਂ ਸੀ ਮੇਰੇ ਤੋਂ ਫਿਰ ਉਹਨੇ ਇੱਕ ਦਿਨ ਮੇਰੇ ਤੋਂ ਮੰਗ ਲਈ ਸਾਡੀ ਦੋਸਤੀ ਬਣ ਗਈ ਅੱਛਾ ਅੱਛਾ ਜਿਹੜੇ ਬੰਦੇ ਤੁਹਾਡੀ ਕਲਾਸ 'ਚ ਅਮੀਰ ਹੁੰਦੇ ਆ ਜਾਂ ਸਮਾਰਟ ਹੁੰਦੇ ਜਿਹਨਾਂ ਨੂੰ ਟੀਚਰ ਟੂਚਰ ਉਹ ਕਹਿੰਦੇ ਤੁਹਾਨੂੰ ਯਾਰ ਬਣਾਉਣ ਨੂੰ ਤੁਸੀਂ ਫਿਰਦੇ ਆ ਹਾਂਜੀ ਹਾਂਜੀ ਮੇਰਾ ਜੀ ਕਰਦਾ ਹੁੰਦਾ ਸੀ ਵੀ ਯਾਰ ਮੁੰਡੇ ਨਾਲ ਯਾਰੀ ਅੱਛਾ ਅਤੇ ਉਦੋਂ ਮਾਹੌਲ ਆਇਆ ਸੀ ਵੀ ਜੇ ਮੇਰੇ ਕੋਲ 50 ਪੈਸੇ ਆ ਤਾਂ ਉਹਦੇ ਕੋਲ 20 ਰੁਪਈਏ ਮੇਰੀ ਤਮੰਨਾ ਤੂੰ ਸਟੋਰੀ ਕੋਈ ਬੋਲ ਫਿਰ ਅਸੀਂ ਜਾ ਕੇ ਸਕੂਲੋਂ ਪਾਰਕ 'ਚ ਬਹਿ ਜਾ ਕਰਨਾ ਸਟੋਰੀ ਲਿਖਣ ਲੱਗ ਜਾਂਦੇ ਬਥੇਰੀਆਂ ਉਦੋਂ ਦੀਆਂ ਹਜੇ ਮੇਰੇ ਖਿਆਲ 'ਚ 5 ਲਿਖੀਆਂ ਹੋਈਆਂ ਸਾਡੀਆਂ ਜਿਹਦੇ 'ਚ ਇਹ ਵੀ ਨਾਲ ਬਹਿ ਜਾਂਦਾ ਸੀ ਅੱਛਾ ਫਿਰ ਉਹ ਕੀਤੀ ਫਿਰ 92 ਦੇ ਵਿੱਚ ਅਸੀਂ ਇੱਕ ਗਰੁੱਪ ਥੀਏਟਰ ਵਾਲਾ ਤਾਂ ਸੀਗਾ ਹੀ ਫਿਰ ਕਰੇਨ ਬਣਾਈ ਅੱਛਾ ਉਦੋਂ ਲਹਿਰੇ ਚੱਲਦੀ ਹੁੰਦੀ ਸੀ ਇੱਕ ਕੈਸਟ ਅੱਛਾ ਹਾਂਜੀ ਲਹਿਰੇ ਇੱਕ ਕੈਸਟ ਆਉਂਦੀ ਹੁੰਦੀ ਸੀ ਜਿਹਦੇ 'ਚ ਨਾ ਸ਼ੂਟਿੰਗ ਹੁੰਦੀਆਂ ਦੀ ਹੁੰਦੀ ਸੀ ਮੇਕਿੰਗ ਵਗੈਰਾ ਹਾਂ VHS ਕੈਸਟ ਅੱਛਾ ਮੇਕਿੰਗ ਹੁੰਦੀ ਸੀ ਉਹ ਫਿਰ ਅਸੀਂ VCR 'ਤੇ ਨਾ 5-5, 7-7 ਰੁਪਈਏ ਪਾ ਕੇ 30 ਰੁਪਈਏ ਲੈਂਦਾ ਹੁੰਦਾ ਸੀ ਅੱਛਾ ਅਸੀਂ ਉਹ ਮੇਕਿੰਗ ਆਉਂਦੀ ਹੁੰਦੀ ਸੀ ਅਤੇ ਅਸੀਂ 5-5, 7-7 ਰੁਪਈਏ ਪਾ ਕੇ ਉਹ ਦੇਖਿਆ ਕਰਦੀਆਂ ਹੋਰ ਪੌਜ਼ ਕਰਕੇ ਇਹਨੇ ਸਕੈਚ ਕਰਿਆ ਕਰਨਾ ਸੁਖਬੀਰ ਅਤੇ ਫਿਰ ਕਰੇਨ ਬਣਾਈ ਅਸੀਂ ਆਪ ਦੀ 92 'ਚ ਅਸੀਂ ਬਣਾ ਲਈ ਸੀ ਛੋਟੇ ਛੋਟੇ ਹੀ ਸੀ ਉਹਦੇ 'ਚ ਅਤੇ ਟਰੋਲੀ ਆਪ ਦੀ ਬਣਾ ਲਈ ਸਾਡੇ ਕੋਲ ਥੀਏਟਰ ਗਰੁੱਪ ਸੀਗਾ ਪਰ ਸਾਡੇ ਕੋਲ ਆਪਦੀ ਕਰੇਨ ਅਤੇ ਟਰੋਲੀ ਸੀ ਉਹ ਦੇਖ ਕੇ ਅਸੀਂ ਬਣਾ ਲਈ ਟਰੋਲੀ ਬਣਾਈ ਅਸੀਂ ਜਿਹੜੀਆਂ ਵਾਟਰ ਬਾਕਸ ਵਾਲੀਆਂ ਟੂਟੀਆਂ ਲੱਗੀਆਂ ਹੁੰਦੀਆਂ ਸਰਕਾਰੀ ਬਾਹਰ ਉਹਨਾਂ ਦੀਆਂ ਰਾਤ ਨੂੰ ਪਾਈਪਾਂ ਚੋਰੀ ਕਰ ਲਈ ਦੌੜ ਕੇ ਉਹ ਲਾ ਕੇ ਉਹਦੀ ਟਰੋਲੀ 'ਤੇ ਬੈਰਕ ਬੂਰੰਗ ਲਾ ਕੇ ਉਹ ਬਣਾਇਆ ਫਿਰ ਅਸੀਂ ਇੱਕ ਪਾਸ਼ ਦੀਆਂ ਨਜ਼ਮਾਂ ਦੇ ਉੱਪਰ ਮੈਂ ਕਾ ਹਾਂ ਇਸ ਕਿਸਮ ਦਾ ਉਹ ਉਦੋਂ ਸਬਜੈਕਟ ਅਸੀਂ ਖੇਡਿਆ ਸੀ 800 ਰੁਪਏ ਦੀ ਸੁਪਰ VHS ਦੀ ਕੈਸਟ ਆਉਂਦੀ ਸੀ ਦਿੱਲੀ ਹੀ ਮਿਲਦੀ ਸੀ ਉਹ ਫਿਰ ਮੁੰਡਾ ਲੱਕੀ ਸੀਗਾ ਜੈਤੋ ਤੋਂ ਲੱਕੀ ਸਟੂਡੀਓ ਉਹਨੂੰ ਫਿਰ ਅਸੀਂ 400 ਰੁਪਈਆ ਪਰ ਡੇ 'ਤੇ ਕਰਕੇ ਉਹਨੂੰ ਅਸੀਂ ਫਿਰ ਉਹ ਸ਼ੂਟ ਕਰਦੇ ਹੁੰਦੇ ਸੀ ਉਹ ਹਜੇ ਵੀ ਪਈ ਹੈ ਸਾਡੇ ਕੋਲ ਉਹਦਾ ਨਾਂ ਸੀ ਇਲਾਂ ਜੋ ਤੁਸੀਂ ਸ਼ੂਟ ਕੀਤਾ ਹਾਂ ਇਲਾਂ ਉਹ ਲਿਖੀ ਮੈਂ ਸੀ ਅਤੇ ਸੁਖਬੀਰ ਨੇ ਉਹ ਡਾਇਰੈਕਟ ਕੀਤੀ ਸੀ ਅਤੇ ਸਾਡੇ ਦੋਸਤ ਹੁੰਦੇ ਸੀਗੇ ਉਹਨਾਂ ਨੂੰ ਰੋਲ ਕਰਾਇਆ ਸੀ ਕਿਹੜੇ ਸਨ ਦੀ ਗੱਲ ਇਹ ਹੈਗੀ ਆ 93-94 ਦੀ ਛੋਟੇ ਹੀ ਸੀ ਉਦੋਂ ਅਸੀਂ ਵੱਡੇ ਸੀ ਸਾਡਾ ਚੱਕਰ ਇਹ ਰਿਹਾ ਵੀ ਜੇ ਕੋਈ ਕੋਈ ਕ੍ਰਿਕਟ ਖੇਡਦਾ ਕੋਈ ਕੁਛ ਖੇਡਦਾ ਕੋਈ ਖੋ ਖੋ ਖੇਡਦਾ ਵੀ ਅਸੀਂ ਖੇਡਦੇ ਵੀ ਫਿਲਮਾਂ ਬਣਾਉਣੀ ਸੀ ਅੱਛਾ ਸ਼ੁਰੂ ਤੋਂ ਹੀ ਸਾਡਾ ਮਾਹੌਲ ਹੀ ਆਉਂਦਾ ਅੱਛਾ ਨਹੀਂ ਸੋ ਨਾਈਸ ਭਾਅ ਜੀ ਮੈਂ ਮੁਝੇ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਅਤੇ ਭਾਅ ਜੀ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਤੁਸੀਂ ਮੋਸਟਲੀ ਜਿਹੜੇ ਫਿਲਮਾਂ 'ਚ ਰੋਲ ਕੀਤੇ ਉਹ ਥੋੜ੍ਹੇ ਬੈਡਮੈਨ ਟਾਈਪ ਦੇ ਰੋਲ ਕੀਤੇ ਅਤੇ ਭਾਅ ਜੀ ਟੇਸ਼ਨ 'ਚ ਹੁਣ ਤੁਹਾਡਾ ਕਰੈਕਟਰ ਪੋਜ਼ੀਟਿਵ ਪੋਜ਼ੀਟਿਵ ਇਹ ਭਾਅ ਜੀ ਟੈਂਟੇਟਿਵ ਮੂਵ ਸੀ ਸੋਚਿਆ ਸੀ ਪਹਿਲਾਂ ਤੋਂ ਹੀ ਕਿ ਹੁਣ ਇਹ ਕਿਵੇਂ ਚੇਂਜਿੰਗ ਰੋਲ ਕਰਨਾ ਜਾਂ ਇਹ ਰੋਲ ਅੱਛਾ ਲੱਗਿਆ ਤਾਂ ਨਹੀਂ ਅਸਲ 'ਚ ਪਹਿਲਾਂ ਇਹ ਜਿਹੜਾ ਇਹ ਰੋਲ ਸੀਗਾ ਮੈਂ ਜਦੋਂ ਵੀ ਸਕ੍ਰਿਪਟ ਲਿਖਦਾ ਮੈਂ ਆਪਦਾ ਰੋਲ ਬਹਿ ਨਹੀਂ ਕਰਦਾ ਅੱਛਾ ਪਹਿਲਾਂ ਇਹ ਗਏ ਸੀ ਅਸੀਂ ਗੁੱਥੀ ਭਾਜੀ ਅੱਛਾ ਸੁਨੀਲ ਹਾਂਜੀ ਉਹ ਕਹਿੰਦੇ ਵੀ ਮੈਂ ਦੋਸਤ ਦਾ ਰੋਲ ਨਹੀਂ ਅੱਛਾ ਲੀਡ ਦੇ ਕੇ ਹਾਂਜੀ
ਮੈਂ ਕਿਹਾ ਚਲੋ ਕਹਿੰਦੇ ਪਰ ਸਬਜੈਕਟ ਮੈਨੂੰ ਬਹੁਤ ਪਸੰਦ ਆ ਅੱਛਾ ਬੜੇ ਖੁਸ਼ ਹੋਏ ਅੱਛਾ ਕਹਿੰਦੇ ਯਾਰ ਦੋਸਤ ਵਾਲਾ ਮੈਂ ਚਾਹੁੰਦਾ ਮੈਂ ਤਾਂ ਅਤੇ ਲੱਗੀ ਹੈਪੀ ਬਾਈ ਨੂੰ ਜਦੋਂ ਪਤਾ ਲੱਗਿਆ ਹੈਪੀ ਬਾਈ ਇਸ ਗੱਲ 'ਤੇ ਗੁੱਸੇ ਹੋਣਾ ਅੱਛਾ ਕਹਿੰਦਾ ਮੈਂ ਤਾਂ ਫਿਲਮ ਹੀ ਤਾਂ ਕੀਤੀ ਹੈ ਜੇ ਜ਼ਰੂਰ ਕਰੇਗਾ ਅੱਛਾ ਵੀ ਮੇਰੀ ਤੇਰੇ ਨਾਲ ਗੱਲਬਾਤ ਦੋਸਤੀ ਹੈ ਸਾਡੀ ਅਸੀਂ ਇੱਕ ਦੂਜੇ ਨਾਲ ਵਧੀਆ ਮੈਨੂੰ ਆਏ ਹਾਂ ਵੀ ਜਿਵੇਂ ਅੰਗਰੇਜ਼ ਦੇ ਵਿੱਚ ਅਮਰਿੰਦਰ ਬਾਈ ਅਤੇ ਬੀਨੂ ਬਾਈ ਸੀਗੇ ਵੀ ਸਾਡੀ ਥੋੜ੍ਹੀ ਉੱਦਾਂ ਦੋਸਤੀ ਹੈਗੀ ਇੱਕ ਉੱਦਾਂ ਦਾ ਮਾਹੌਲ ਬਣੇ ਮੇਰੇ ਅਤੇ ਫਿਰ ਮੈਂ ਕਿਹਾ ਵੀ ਚਲੋ ਪ੍ਰੋਡਿਊਸਰ ਵੀ ਚਾਹੁੰਦੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਆਪ ਚਾਹੁੰਦੇ ਸੀਗੇ ਹੈ ਨਾ ਵੀ ਨਾਲੇ ਪੈਕੇਜ ਮਿਲਦਾ ਪਿਆ ਵੀ ਸਕ੍ਰਿਪਟ ਦੇ ਪੈਸੇ ਦਿੱਤੇ ਫਿਰ ਰੋਲ ਦੇ ਤਾਂ ਅਸੀਂ ਕਰਾਵਾਂਗੇ ਉਹ ਅਸੀਂ ਫਿਰ ਮੈਂ ਕਰ ਵੀ ਦਿੱਤਾ ਅਤੇ ਜਿਹੜੀ ਗੱਲ ਆ ਗਈ ਵੀ ਬੈਡਮੈਨ ਵਾਲੀ ਜਾਂ ਉਹ ਗੱਲ ਹੈਗੀ ਮੇਰੀ ਜਿਹੜੀ ਫਸਟ ਫਿਲਮ ਸੀ ਉਹਦੇ 'ਚ ਮੇਰਾ ਪੋਜ਼ੀਟਿਵ ਰੋਲ ਸੀ ਤੁਸੀਂ ਦੇਖੋ ਚੱਕ ਜਵਾਨ ਉਹ ਮੇਰੀ ਫਸਟ ਫਿਲਮ ਸੀ ਉਹ ਸਿਮਰ ਨੇ ਮੈਨੂੰ ਬੁਲਾਇਆ ਅਤੇ ਇੱਕ ਇਹਦੀ ਆਈ ਸੀ ਲਾਈ ਲੱਗ ਭੱਲਾ ਸਾਹਿਬ ਰਾਣਾ ਬਾਈ ਕਰਜੀਤ ਬਾਈ ਉਹ ਵੀ ਸੀ ਡੀ ਸੀ ਸ਼ਮਾਰੂ ਵਾਲਿਆਂ ਨੇ ਕੀਤੀ ਉਹਦੇ 'ਚ ਵੀ ਮੇਰਾ ਇੱਕ ਸੀਨ ਹੀ ਸੀਗਾ ਤਾਂ ਕਲਿੱਪ ਵੀ ਬੜਾ ਚੱਲਦਾ ਹੁੰਦਾ ਮੈਂ ਕਈ ਵਾਰੀ ਦੇਖ ਵਟਸਐਪ ਵਗੈਰਾ ਉਹਦੇ 'ਚ ਪਹਿਲੀ ਵਾਰੀ ਸਿਮਰ ਨੇ ਮੈਨੂੰ ਕੈਮਰਾ ਵੇਸ ਕਰਾਇਆ ਫਿਰ ਮੈਨੂੰ ਫਿਲਮ 'ਚ ਵੀ ਸਿਮਰ ਹੀ ਲੈ ਕੇ ਆਇਆ ਅਤੇ ਜਿਹੜਾ ਨੈਗੇਟਿਵ ਵਾਲਾ ਸੀ ਉਹ ਹੁੰਦਲ ਸਾਹਿਬ ਦਾ ਸੀਗਾ ਜਦੋਂ ਜੱਟ ਬੋਇਸ ਕੀਤੀ ਨਾ ਅਤੇ ਅਸੀਂ ਇਹ ਕਰੈਕਟਰ ਅਸਲ 'ਚ ਰਾਣੇ ਬਾਈ ਵਾਸਤੇ ਮੈਂ ਵੀ ਚੇਂਜ ਹੀ ਕਰੀਏ ਸਾਰਾ ਕੁਝ ਉਹ ਰਾਣੇ ਬਾਈ ਵਾਸਤੇ ਸੀ ਅਤੇ ਰਾਣੇ ਬਾਈ ਨਾਲ ਮੇਰਾ ਬਹੁਤ ਪਿਆਰ ਰਾਣਾ ਬਾਈ ਜੀ ਨੇ ਮੈਨੂੰ ਅਸਲ 'ਚ ਪਾਣੀ ਮੰਨ ਲਈਏ ਵੀ ਇੱਧਰ ਹੀ ਲਾਇਆ ਸਾਡਾ ਹੱਕ ਦੇ ਡਾਇਲੋਗ ਮੈਂ ਲਿਖੇ ਸੀ ਅਤੇ ਉਹ ਚਲੋ ਖੈਰ ਉਹਨਾਂ ਠੀਕ ਲੱਗੇ ਕੁਛ ਰੱਖ ਲਿਆ ਨਹੀਂ ਗੱਲ ਐਡੀਸ਼ਨਲ ਡਾਇਲੋਗ ਦੀ ਗੱਲ ਹੋਈ ਅਤੇ ਫਿਰ ਮੈਂ ਕਿਹਾ ਵੀ ਰਹਿ ਨਹੀਂ ਜੋ ਮੇਰਾ ਨਾਂ ਨਹੀਂ ਆਇਆ ਸੀ ਜਿਵੇਂ ਹੈਪੀ ਬਾਈ ਨੇ ਜੱਟ ਬੋਇਸ 'ਚ ਗਾਣਾ ਲਿਖਿਆ ਸੀ ਨਾਂ ਨਹੀਂ ਆਇਆ ਸੀ ਅਤੇ ਉਦੋਂ ਚੱਲਦੀ ਸੀ ਉਹ ਸੁਣਾਤਾ ਰਾਣੇ ਬਾਈ ਨੂੰ ਸਾਈਨ ਕਰਨ ਦੇ ਵਿੱਚ ਹੁੰਦਲ ਸਾਹਿਬ ਥੋੜ੍ਹੇ ਵੀ ਅਸੀਂ ਹਫ਼ਤਾ ਕੁ ਵੈਸੇ ਹੀ ਪਾਤਾ ਘਰ ਜਾ ਕੇ ਸੁਣਾ ਕੇ ਆਇਆ ਸੀ ਅਤੇ ਮੇਰਾ ਪਿਆਰ ਬਹੁਤ ਮੈਂ ਬਾਈ ਬਹੁਤ ਕੁਛ ਸਿੱਖਦਾ ਰਾਣੇ ਬਾਈ ਵਰਗਿਆਂ ਨੂੰ ਆਪਾਂ ਵੀ ਕਿਤੇ ਐਂ ਲੱਗੇ ਵੀ ਯਾਰ ਉਹਨਾਂ ਨਾਲ ਗੱਲ ਕਰ ਲਈਏ ਪੋਜ਼ੀਟਿਵ ਹੋ ਜਾਂਦੀ ਮੈਂ ਹਮੇਸ਼ਾ ਹੀ ਕਹਿੰਦਾ ਵੀ ਬਾਈ ਜਿੱਦੇ ਤੁਹਾਡੇ ਨਾਲ ਗੱਲ ਹੋ ਜਾਂਦੀ ਮੈਂ ਸ਼ਾਮ ਨੂੰ ਆਈਡੀਆ ਇੱਕ ਅੱਧਾ ਘੜ ਲੈਂਦਾ ਅਤੇ ਮੁੜ ਕੇ ਉਹ ਜਦੋਂ ਗੱਲ ਹੋਈ ਅਤੇ ਰਾਣੇ ਬਾਈ ਨੇ ਉਦੋਂ ਤੱਕ ਆਸਟ੍ਰੇਲੀਆ ਦੇ ਸ਼ੋਅ ਬੁੱਕ ਕਰ ਉਹ ਜਿਵੇਂ ਹੁੰਦਾ ਵੀ ਕਿਹਦੇ ਹਿੱਸੇ ਆਉਣੀ ਹੁੰਦੀ ਅਤੇ ਰਾਣਾ ਭਾਜੀ ਕਹਿੰਦੇ ਯਾਰ ਤੁਸੀਂ ਲੇਟ ਹੋ ਗਏ ਫਿਰ ਉਹ ਕਹਿੰਦੇ ਵੀ ਯਾਰ ਹੁੰਦਲ ਭਾਜੀ ਕਹਿੰਦੇ ਯਾਰ ਮੈਂ ਚਾਹੁੰਦਾ ਭਾਜੀ ਤੁਸੀਂ ਕਰੋ ਵੀ ਮੈਂ ਤਾਂ ਇੰਟਰਵਿਊਆਂ ਸੋਚੀਆਂ ਉਹ ਜਿਹੜੀ ਪਰਫਿਊਮ ਵਾਲੀ ਉਹ ਫੁੱਲ ਵਾਲੀ ਉਹ ਸਾਰੀਆਂ ਕਹਿੰਦਾ ਮੈਂ ਸੋਚੀ ਮੈਂ ਕਿਹਾ ਚਲੋ ਜੇ ਤੁਹਾਨੂੰ ਲੱਗਦਾ ਤਾਂ ਕਰੋ ਫਿਰ ਉਹਨਾਂ ਨੇ ਪ੍ਰੋਡਿਊਸਰ ਨਾਲ ਗੱਲ ਕੀਤੀ ਪ੍ਰੋਡਿਊਸਰ ਕਹਿੰਦੇ ਵੀ ਠੀਕ ਹੈ ਪਰ ਉਹਨਾਂ ਨੇ ਮੈਨੂੰ ਅਲੱਗ ਪੇ ਕੀਤਾ ਸ਼ੰਕਰ ਸਾਹਿਬ ਤਾਂ ਬਹੁਤ ਘੈਂਟ ਬਹੁਤ ਸਾਰੇ ਬੜੇ ਕਮਾਲ ਹੋਏ ਅਤੇ ਉਹ ਨੈਗ ਫਿਰ ਮੈਂ ਉੱਧਰ ਨੂੰ ਚੱਲ ਪਿਆ ਕੋਈ ਐਂ ਨਹੀਂ ਹੈਗਾ ਵੀ ਮੈਂ ਆਹ ਸੋਚ ਕੇ ਕਰਦਾ ਜਿਵੇਂ ਬਸ ਕਰੈਕਟਰ ਹੋਣਾ ਚਾਹੀਦਾ ਕੋਈ ਜ਼ਰੂਰੀ ਨਹੀਂ ਉਹ ਨੈਗੇਟਿਵ ਆ ਜਾਂ ਪੋਜ਼ਿਟਿਵ ਵੀ ਜਿਹੜਾ ਵੀ ਕਰੋ ਉਹਨੂੰ ਧਿਆਨ ਕੇ ਹੀ ਕਰੋ ਉਹਨੂੰ ਨਵਾਜੂ ਅਤੇ ਸਦੀਕ ਕੀ ਕੈਸਾ ਬੰਦਾ ਅੱਜ ਹੀਰੋ ਵੀ ਆ ਉਹ ਕਰਾਊਡ 'ਚ ਵੀ ਖੜਾ ਇਰਫਾਨ ਖਾਨ ਹੈ ਨਾ ਉਹ ਹੁਣ ਇਹਨਾਂ ਬੰਦਿਆਂ ਨੂੰ ਅਸੀਂ ਓਮਪੁਰੀ ਸਾਹਿਬ ਕਿੱਥੋਂ ਗਏ ਨਸੀਰ ਸਾਹਿਬ ਪੰਕਜ ਕਪੂਰ ਜੀ ਉਹ ਬੰਦਿਆਂ ਨੂੰ ਅਸੀਂ ਦੇਖ ਕੇ ਚੱਲਦੇ ਰਹਿੰਦੇ ਹਾਂ ਉਹ ਕਹਿੰਦੀ ਇੱਕੋ ਹੀ ਗੱਲ ਕਰਦੇ ਰਹਿੰਦੇ ਵੀ ਯਾਰ ਉਹ ਰੋਲ ਕਰੋ ਜਚਾ ਕੇ ਬਸ ਹੋਰ ਕੁਛ ਨਹੀਂ ਰੋਲ ਦਾ ਮਤਲਬ ਹੀ ਉਹ ਕਹਿੰਦੇ ਵੀ ਚੱਲਣਾ ਹੀ ਹੈ ਚੱਲਣਾ ਹੀ ਹੈ ਤੁਸੀਂ ਐਂ ਨਹੀਂ ਵੀ ਇੱਥੇ ਐਂ ਕਰਕੇ ਸਟਿਲ ਨਾ ਹੋਵੋ ਛੋਟਾ ਵੱਡਾ ਸਭ ਚੱਲਦੇ ਇਹ ਕੋਈ ਇਹ ਪਰ ਕਰਦੇ ਰਹੋ ਤੁਸੀਂ ਕਿਸੇ ਨਾ ਕਿਸੇ ਫਿਲਮ 'ਚ ਮੈਂ ਵੀ ਕਦੇ ਤੁਸੀਂ ਦੇਖ ਲਓ ਇੱਕ ਕੁੜੀ ਪੰਜਾਬ ਬਹੁਤ ਫਿਲਮਾਂ ਤੁਸੀਂ ਦੇਖੋਗੇ ਮੈਂ ਉਹਦੇ 'ਚ ਮੇਰੇ ਇੱਕ ਹੀ ਡਾਇਲੋਗ ਆ ਇੱਕ ਹੀ ਸੀਨ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜੀ ਮੈਨੂੰ ਰਾਣੀ ਬਾਈ ਜੀ ਨੇ ਬੁਲਾਇਆ ਸੀ ਕਹਿੰਦੇ ਯਾਰ ਆਪ ਤੂੰ ਗਰੁੱਪਾਂ 'ਚ ਤਾਂ ਮਿਲੇਗਾ ਤੇਰੀ ਜਾਣ ਪਛਾਣ ਤੂੰ ਉੱਥੇ ਹੀ ਬੈਠਾ ਰਹਿੰਦਾ ਹੋਰ ਫਿਰ ਮੈਂ ਉਹ ਕੀਤੀ ਉਹਦੇ 'ਚ ਵੀ ਇੱਕ ਸੀਨ ਇੱਕ ਡਾਇਲੋਗ ਵੀ ਉਹ ਕੋਈ ਐਂ ਕਦੇ ਰੱਖਿਆ ਨਹੀਂ ਬਸ ਆਪਦਾ ਹੁੰਦਾ ਵੀ ਲੱਗੇ ਰਹੋ ਡੱਡੇ ਰਹੋ ਚੱਲਦੇ ਰਹੋ ਬੰਦੇ ਮਿਲਦੇ ਨੇ ਅਤੇ ਕੰਮ ਅੱਗੇ ਚੱਲਦਾ ਕਿਸੇ ਨੂੰ ਪਤਾ ਲੱਗਦਾ ਹਾਂ ਇਹਨੇ ਐਂ ਠੀਕ ਠੀਕ ਹੈ ਆਹ ਵਧੀਆ ਕਰੂਗਾ ਕੋਈ ਕੁਛ ਸੋਚਦਾ ਕੁਛ ਸੋਚਦਾ ਅਤੇ ਭਾਅ ਜੀ ਇੱਕ ਹੁਣ ਆਖਰੀ ਸਵਾਲ ਪੰਜਾਬੀ ਫਿਲਮਾਂ ਆਪਾਂ ਦੇਖਦੇ ਹਾਂ ਬਹੁਤ ਅੱਛੇ ਨਵੇਂ ਨਵੇਂ ਸਬਜੈਕਟ ਆ ਰਹੇ ਨੇ ਇੱਕ ਦੌਰ ਆਇਆ ਸੀ ਕਮੇਡੀ ਦਾ ਹੁਣ ਉਹ ਦੌਰ ਥੋੜ੍ਹਾ ਬਹੁਤਾ ਚੇਂਜ ਹੋ ਰਿਹਾ ਤੁਹਾਡੀ ਕੋਈ ਇੱਕ ਐਸੀ ਫੇਵਰੇਟ ਫਿਲਮ ਜਿਹੜੀ ਤੁਹਾਡੀ ਲਿਖੀ ਹੋਈ ਨਾ ਹੋਵੇ ਬਟ ਤੁਹਾਨੂੰ ਉਹ ਫਿਲਮ ਬਹੁਤ ਪਸੰਦ ਆਈ ਹੋਵੇ ਮੈਨੂੰ
ਮੈਨੂੰ ਇੱਕ ਨਹੀਂ ਮੈਨੂੰ ਬਹੁਤ ਫਿਲਮਾਂ ਪਸੰਦ ਅੱਛਾ ਬਹੁਤ ਫਿਲਮਾਂ ਪਸੰਦ ਸਾਰੀਆਂ ਹੀ ਦੱਸ ਦਿਓ ਕਿਹੜੀਆਂ ਮੈਨੂੰ ਇੱਕ ਨਹੀਂ ਮੈਨੂੰ ਇੱਕ ਹੀ ਪਸੰਦ ਹੈ ਜੇ ਆਪਾਂ ਪਿਛਲੇ ਦੌਰ ਤੋਂ ਚੱਲੀਏ ਤਾਂ ਲੌਂਗ ਦਾ ਲਿਸ਼ਕਾਰਾ ਚੰਨ ਪਰਦੇ ਸੀ ਮੜੀ ਦਾ ਦੀਵਾ ਵਾਰਿਸ ਸ਼ਾਹ ਪਰਦੇਸ ਹੋਇਆ ਪਰਦੇਸ ਸ਼ਹੀਦੇ ਮੁਹੱਬਤ ਬਦਲਾ ਜੱਟੀ ਦਾ ਹੈ ਨਾ ਅਤੇ ਜਿਵੇਂ ਸਿਕੰਦਰ ਹੈ ਨਾ ਔਰ ਅਰਦਾਸ ਵੈਸੇ ਬਣੀ ਹੋ ਗਈ ਮਾਹੌਲ ਬਣ ਗਿਆ ਅੰਗਰੇਜ਼ ਮੈਨੂੰ ਗੋਰਿਆਂ ਨੂੰ ਦਫ਼ਾ ਕਰੋ ਬਹੁਤ ਕਮਾਲ ਲੱਗੀ ਸਰਦਾਰ ਜੀ ਜੋ ਬੋਤਲਾਂ ਚ ਭੂਤ ਹੋ ਸਾਰੇ ਮੈਨੂੰ ਸਾਰਾ ਕੁਛ ਫਿਲਮਾਂ ਬਹੁਤ ਹੀ ਬਹੁਤ ਫਿਲਮ ਹੈ ਜਿਹੜੀਆਂ ਮੈਨੂੰ ਚੰਗੀਆਂ ਮੈਨੂੰ ਇਹ ਨਹੀਂ ਵੀ ਮੈਨੂੰ ਇੱਕ ਫਿਲਮ ਮਿਲੀ ਕਿਉਂਕਿ ਮੈਨੂੰ ਦੇਖੋ ਇਮੋਸ਼ਨਲ ਫਿਲਮਾਂ ਵੀ ਚੰਗੀਆਂ ਲੱਗਦੀਆਂ ਹੁਣ ਗੇਲੋ ਆਈ ਸੀ ਮੈਨੂੰ ਗੇਲੋ ਬੜੀ ਵਧੀਆ ਲੱਗੀ ਇਮੋਸ਼ਨਲ ਵੀ ਵਧੀਆ ਲੱਗਦੀਆਂ ਕੋਮੇਡੀ ਵੀ ਵਧੀਆ ਲੱਗਦੀਆਂ ਐਕਸ਼ਨ ਤਾਂ ਵੈਸੇ ਹੀ ਮੈਨੂੰ ਘੈਂਟ ਲੱਗਦਾ ਹੈ ਨਾ ਮੈਂ ਗਰਮ ਖਿਆਲੀ ਹਾਂ ਥੋੜ੍ਹਾ ਜਿਹਾ ਹੈ ਨਾ ਔਰਤਾਂ ਦੇ ਵੀ ਉਹ ਕੋਈ ਐਂ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਤਾਂ ਆਹ ਕੈਟਾਗਰੀ ਪਸੰਦ ਫਿਲਮਾਂ ਮੈਨੂੰ ਸਾਰੀਆਂ ਪਸੰਦ ਜਿਹੜੀਆਂ ਬਹੁਤ ਸਾਰੀਆਂ ਫਿਲਮਾਂ ਇਹ ਨਹੀਂ ਵੀ ਆਈ ਕਈ ਨਹੀਂ ਵੀ ਪਸੰਦ ਪਰ ਜਿਹੜੀਆਂ ਨਹੀਂ ਪਸੰਦ ਆਪਾਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ ਵੀ ਹੋਰ ਵੀ ਫਿਲਮਾਂ ਹੈਗੀਆਂ ਜਿਹੜੀਆਂ ਮੈਨੂੰ ਬਹੁਤ ਪਸੰਦ ਕੋਈ ਐਂ ਨਹੀਂ ਹੈ ਵੀ ਆਹ ਮੈਨੂੰ ਨਹੀਂ ਭਾਅ ਜੀ ਹੁਣ ਜਾਂਦੇ ਜਾਂਦੇ ਫੈਨਸ ਨੂੰ ਇਹ ਕਹਿ ਜਿਓ ਵੀ ਟੇਸ਼ਨ ਦੇਖਣ 23 ਸਤੰਬਰ ਨੂੰ ਫਸਟ ਸ਼ੋਅ ਤੇ ਕਿਉਂ ਦਿੱਤਾ ਮਿੱਤਰੋ 23 ਸਤੰਬਰ ਨੂੰ ਆਪਣੀ ਫਿਲਮ ਰਿਲੀਜ਼ ਹੋ ਰਹੀ ਹੈ ਟੇਸ਼ਨ ਹੈਪੀ ਬਾਈ ਦੀ ਫਿਲਮ ਹੈ ਬਤੌਰ ਹੀਰੋ ਤੁਹਾਡੇ ਭਰਾ ਨੇ ਜੱਟ ਬੋਇਜ਼ ਲਿਖੀ ਸੀ ਉਹ ਤੁਸੀਂ ਪਸੰਦ ਕੀਤੀ ਸੀ ਮੇਰੇ ਰੋਲ ਨੂੰ ਪਸੰਦ ਕੀਤਾ ਸੀ ਇਹ ਵੀ ਮੈਂ ਲਿਖੀ ਹੈ ਇਹਦੇ 'ਚ ਵੀ ਮੈਂ ਰੋਲ ਕੀਤਾ ਤੁਸੀਂ ਦੇਖਣ ਜਾਣੇ ਹੈ ਲਾਜ਼ਮੀ ਔਰ ਇਹਦੇ ਪ੍ਰੋਡਿਊਸਰ ਹੈ ਜਿਹੜੇ ਉਹ ਨੌਨ ਪੰਜਾਬੀ ਬੰਦੇ ਆ ਉਹਨਾਂ ਨੇ ਪੰਜਾਬੀ ਫਿਲਮ ਬਣਾਈ ਹੈ ਅਤੇ ਅਸੀਂ ਪੰਜਾਬੀ ਹੋ ਕੇ ਪੰਜਾਬੀ ਫਿਲਮ ਤਾਂ ਦੇਖਣ ਜਾਂਦੇ ਸਾਊਥ ਦੇ ਵਿੱਚ ਕਵਾਲੀ ਫਿਲਮ ਚੱਲੀ ਕਿੰਨੀ ਚੱਲੀ ਕਿਉਂ ਚੱਲੀ ਸਾਰੇ ਜਣੇ ਸਿਨੇਮੇ 'ਚ ਫਿਲਮ ਦੇਖਣ ਜਾਂਦੇ ਹੈ ਨਾ ਅਸੀਂ ਔਨਲਾਈਨ ਬਹੁਤ ਦੇਖਦੇ ਹਾਂ ਮੈਂ ਤੁਹਾਡੇ ਕੋਲ ਬੇਨਤੀ ਕਰਨੀ ਚਾਹੂੰਗਾ ਜਿਹੜੇ ਬਾਹਰਲੇ ਆ ਸਾਡੇ ਨਾਲ ਹੁਣ ਆਸਟ੍ਰੇਲੀਆ ਜਾ ਕੇ ਆਏ ਉੱਥੇ ਇੱਕ ਟੀ ਵੀ ਚੱਲਦਾ ਜੀ ਅਤੇ ਤੀਜੇ ਦਿਨ ਦੂਜੇ ਦਿਨ ਫਿਲਮ ਆ ਜਾਂਦੀ ਬਾਹਰਲਿਆਂ ਨੂੰ ਵੀ ਰਿਕੁਐਸਟ ਆ ਵੀ ਤੁਸੀਂ ਯਾਰ ਸਿਨੇਮੇ 'ਚ ਜਾਓ ਨਾ ਉੱਥੇ ਪਕੌੜੇ ਪਕੌੜੇ ਜਾਂ ਨਾ ਪੌਪਕੌਰਨ ਖਾ ਲਓ ਪੈਸੇ ਘੱਟ ਲੱਗ ਜਾਣਗੇ ਜਿਹਦੇ ਬਣ ਕੇ ਪਾਇਰੇਸੀ ਖਤਮ ਹੋ ਗਏ ਔਨਲਾਈਨ ਦੇ ਰਾਹੀਂ ਵੈਸੇ ਤਾਂ ਅਸੀਂ ਆ ਰਹੇ ਤੁਹਾਡੇ ਕੋਲ ਹੁਣ ਜਿਹੜਾ ਹੈ ਪਰ ਵੀ ਫਿਲਮ ਹਮੇਸ਼ਾ ਸਿਨੇਮੇ 'ਚ ਹੀ ਦੇਖਣ ਜਾਓ ਬਹੁਤ ਬੰਦੇ ਜੁੜੇ ਹੁੰਦੇ ਆ ਨਾਲ 250-300 ਬੰਦੇ ਦਾ ਰੁਜ਼ਗਾਰ ਜੁੜਿਆ ਹੁੰਦਾ ਪ੍ਰੋਡਿਊਸਰ ਦਾ ਪੈਸਾ ਹੁੰਦਾ ਜੇ ਪ੍ਰੋਡਿਊਸਰ ਆਪਦਾ ਪੈਸਾ ਲਾ ਰਿਹਾ ਚਲੋ ਅਸੀਂ ਇੰਨਾ ਕੁ ਤਾਂ ਕਰੀਏ ਯਾਰ ਇੱਕ ਜੇ ਫਿਲਮ ਆਉਂਦੀ ਹੈ ਚੰਗੀ ਫਿਲਮ ਆਉਂਦੀ ਹੈ ਤੁਹਾਨੂੰ ਦੇਖਣ ਜਾਈਏ ਪੰਜਾਬੀ ਫਿਲਮ ਚਾਹੇ ਚੰਗੀ ਚਾਹੇ ਮਾੜੀ ਤੁਸੀਂ ਦੇਖਣ ਜਾਇਆ ਕਰੋ ਯਾਰ ਜੇ ਤੁਸੀਂ ਚਾਹੁੰਦੇ ਹੈ ਕਿ ਪੰਜਾਬੀ ਫਿਲਮਾਂ ਬਣਦੀਆਂ ਰਹਿਣ ਨਵੇਂ ਬੰਦੇ ਆਉਂਦੇ ਰਹਿਣ ਥੀਏਟਰ ਵਾਲਿਆਂ ਨੂੰ ਕੰਮ ਮਿਲਦਾ ਰਹੇ ਸਟੇਸ਼ਨ ਦੇ ਵਿੱਚ ਘੱਟੋ ਘੱਟ 15 ਥੀਏਟਰ ਵਾਲੇ ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਔਰ ਜਿਨ੍ਹਾਂ ਨੇ ਪਹਿਲੀ ਵਾਰੀ ਕੰਮ ਕੀਤਾ ਪਿਛਲੇ 20-25 ਸਾਲਾਂ ਤੋਂ ਥੀਏਟਰ ਕਰਦੇ ਸੀ ਕੰਮ ਨਹੀਂ ਕੀਤਾ ਜੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਹੌਸਲਾ ਮਿਲੂਗਾ ਅਤੇ 3 ਤਰੀਕ ਨੂੰ ਪਹੁੰਚੋ ਸਾਰਾ ਪ੍ਰਿੰਸ ਭਾਅ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਂ ਇਹ ਵਾਲਾ ਦੋ ਇੰਟਰਵਿਊਜ਼ ਹੈ ਜਿੱਥੇ ਮੈਂ ਚਾਹੁੰਦਾ ਕਿ ਗੱਲਾਂ ਚੱਲਦੀਆਂ ਰਹਿਣ ਇੰਟਰਵਿਊ ਖਤਮ ਨਾ ਹੋਵੇ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਉਮੀਦ ਹੈ ਆਪਾਂ ਦੁਬਾਰਾ ਵੀ ਇੰਟਰਵਿਊ ਕਰਾਂਗੇ ਜੀ ਜੀ ਸਟੇਸ਼ਨ ਵਾਸਤੇ ਆਲ ਦਾ ਬੈਸਟ ਥੈਂਕ ਯੂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਪੰਜਾਬੀ ਮੀਨੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰਾ ਦੋ ਸਤਿਕਾਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਨੇ ਜੀ ਇੱਕ ਆਈ ਨਵੀਂ ਵੈਬ ਸੀਰੀਜ਼ ਵਾਰਨਿੰਗ ਦੇ ਡਾਇਰੈਕਟਰ ਅਮਰ ਹੁੰਦਲ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹਨਾਂ ਦਾ ਫਿਲਮ ਨੂੰ ਇਸ ਵੈਬ ਸੀਰੀਜ਼ ਨੂੰ ਬਣਾਉਣ ਦਾ ਮਕਸਦ ਕੀ ਸੀਗਾ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਅਤੇ ਜਾਣਦੇ ਹਾਂ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ ਜੀ ਬਸ ਜੀ ਸਭ ਕਿਰਪਾ ਮਾਲਕ ਦੀ ਜੀ ਭਾਅ ਜੀ ਕਿਹੋ ਜਿਹਾ ਰਿਸਪੋਂਸ ਆ ਰਿਹਾ ਤੁਹਾਡੇ ਲਈ ਰਿਸਪੋਂਸ ਬਹੁਤ ਵਧੀਆ ਆ ਰਿਹਾ ਜੀ ਬਹੁਤ ਕਮੈਂਟ ਆ ਰਿਹਾ ਮੈਸੇਜ ਆ ਰਿਹਾ ਕਿ ਸੈਕਿੰਡ ਐਪੀਸੋਡ ਕਦੋਂ ਆਊਗਾ ਅਤੇ ਇੱਕ ਸਭ ਤੋਂ ਜ਼ਿਆਦਾ ਕਮੈਂਟ ਆ ਰਿਹਾ ਕਿ ਮੈਨੂੰ ਤਾਂ ਪਰਸਨਲੀ ਵੀ ਬੜੇ ਮਤਲਬ ਮੈਸੇਜ ਆਏ ਆ ਕਿ ਪੰਮੇ ਨੂੰ ਜਿਉਂਦਾ ਕਰੋ ਜਿੱਦਾਂ ਮਰਜ਼ੀ ਪੰਮਾ ਜਿਉਂਦਾ ਕਰੋ ਬਿਲਕੁਲ ਅਤੇ ਉਹ ਮੈਸੇਜ ਸਭ ਤੋਂ ਜ਼ਿਆਦਾ ਆ ਰਿਹਾ ਜੀ ਹਾਂਜੀ
ਸੈਕਿੰਡ ਐਪੀਸੋਡ ਦੇਖ ਕੇ ਪਤਾ ਲੱਗੂਗਾ ਕਿ ਹਾਂ, ਪਰ ਹੈ ਚੀਜ਼ ਵਧੀਆ ਤੁਹਾਨੂੰ ਇੰਨਾ ਆਪਾਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਫਸਟ ਐਪੀਸੋਡ ਜਿੰਨਾ ਹੀ ਮਜ਼ਾ ਆਊਗਾ ਸੈਕਿੰਡ ਐਪੀਸੋਡ, ਅਤੇ ਤੁਸੀਂ ਦੇਖੋ ਜਦੋਂ ਆਊਗਾ ਰਿਲੀਜ਼ ਹੋਊਗਾ, ਹੁਣ ਟ੍ਰੇਲਰ ਆਏ ਨਾ ਥੋੜ੍ਹੇ ਦਿਨਾਂ ਤੱਕ ਸੈਕਿੰਡ ਐਪੀਸੋਡ ਦਾ, ਅਤੇ ਤੁਸੀਂ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਦਾ ਜੀ। ਅੱਛਾ, ਪਹਿਲਾਂ ਟ੍ਰੇਲਰ ਆਏਗਾ ਦੁਬਾਰਾ, ਫਿਰ ਐਪੀਸੋਡ ਸੈਕਿੰਡ ਆਏਗਾ? ਹਾਂਜੀ, ਪਹਿਲਾਂ ਟ੍ਰੇਲਰ ਆਊਗਾ, ਫਿਰ ਆਪਣਾ ਗਾਣਾ ਆਊਗਾ, ਅਤੇ ਫਿਰ ਆਪਣਾ ਐਪੀਸੋਡ ਆਊਗਾ। ਕਦੋਂ ਤੱਕ, ਕਿੰਨਾ ਕੁ ਲੰਬਾ ਪ੍ਰੋਸੀਜਰ ਹੈ, ਮਤਲਬ ਕਿੰਨਾ ਕੁ ਦਰਸ਼ਕਾਂ ਨੂੰ ਵੇਟ ਕਰਨੀ ਪਏਗੀ? ਥੋੜ੍ਹੀ ਤਾਂ ਵੇਟ ਕਰਨੀ ਮਤਲਬ ਪੈਣੀ ਹੋਈ ਆ, ਅਤੇ ਮਤਲਬ ਫਸਟ ਹੈ ਆਪਾਂ ਮਤਲਬ ਟ੍ਰੇਲਰ ਆਜੂਗਾ 10 ਦਿਨਾਂ ਤੱਕ, ਅਤੇ ਆਪਣਾ ਟ੍ਰੇਲਰ ਆਜੂਗਾ, ਅਤੇ 10 ਦਿਨਾਂ ਤੋਂ ਪਹਿਲੇ ਹੀ ਆ ਜੇ ਸ਼ਾਇਦ, ਅਤੇ ਫਿਰ ਉਸ ਤੋਂ ਬਾਅਦ 5 ਦਿਨਾਂ ਬਾਅਦ ਗਾਣਾ ਆਜੂਗਾ, ਅਤੇ ਫਿਰ ਉਸ ਤੋਂ ਬਾਅਦ ਆਪਾਂ ਐਪੀਸੋਡ। ਭਾਈ, ਤੁਹਾਡੇ ਕੋਲ ਇਹ ਵੈਬ ਸੀਰੀਜ਼ ਦੀ ਕੰਟੈਂਟ ਸੀਗਾ ਜਾਂ ਕਹਾਣੀ ਸੀਗੀ ਇਹਦੀ, ਤੁਸੀਂ ਕਿਉਂ ਸੋਚਿਆ ਵੀ ਇਹਨੂੰ ਫਿਲਮ ਨਾ ਬਣਾਈ ਜਾਵੇ ਅਤੇ ਵੈਬ ਸੀਰੀਜ਼ ਬਣਾਈ ਜਾਵੇ, ਇਹ ਕਿਉਂ ਸੋਚਿਆ ਤੁਸੀਂ? ਇਹ ਸਭ ਗਿੱਪੀ ਭਾਅ ਜੀ ਨੇ ਸੋਚਿਆ, ਕਿਉਂਕਿ ਗਿੱਪੀ ਭਾਅ ਜੀ ਨੇ ਨਾ ਇਹ ਕੰਸੈਪਟ ਕਾਫੀ ਟਾਈਮ ਦਾ, ਭਾਅ ਜੀ ਕਹਿੰਦੇ ਕਿ ਮੈਂ ਲਿਖਿਆ ਹੋਇਆ ਸੀ, ਅਤੇ ਉਹ ਭਾਅ ਜੀ ਕੋਲ ਕਾਫੀ ਟਾਈਮ ਦਾ ਕੰਸੈਪਟ, ਹੁਣ ਇੱਦਾਂ ਦੇ ਕੰਸੈਪਟ ਪਹਿਲੇ ਬਣਦੇ ਨਹੀਂ ਸੀ, ਇੱਦਾਂ ਦੇ ਥੋੜ੍ਹੀ ਥੋੜ੍ਹੀ ਚੀਜ਼ਾਂ ਬਣੀਆਂ ਸਟਾਰਟ ਹੋਈਆਂ, ਅਤੇ ਇਹ ਭਾਅ ਜੀ ਨੇ ਕਿਹਾ ਕਿ ਆਪਾਂ ਬਣਾਈਏ, ਅਤੇ ਫਿਰ ਉਹਨਾਂ ਨੇ ਕੰਸੈਪਟ ਮਤਲਬ ਮੈਂ ਉਹਨਾਂ ਨੂੰ ਅਸਿਸਟ ਕਰਦਾ ਹੁੰਦਾ ਸੀ ਭਾਅ ਜੀ ਨੂੰ, ਕਿ ਮੈਂ ਉਹਨਾਂ ਨਾਲ ਮੰਜੇ ਬਿਸਤਰੇ ਫਸਟ ਤੋਂ ਜੁੜਿਆ ਹੋਇਆ, ਅਤੇ ਉਸ ਤੋਂ ਬਾਅਦ ਜਿੰਨੀਆਂ ਵੀ ਹੰਬਲ ਦੀਆਂ ਫਿਲਮਾਂ ਆਈਆਂ ਮੈਂ ਉਹਨਾਂ ਨਾਲ ਕੰਮ ਕੀਤਾ ਸਾਰੀਆਂ 'ਚ, ਅਤੇ ਲਾਸਟ ਮੇਰੀ ਡਾਕਾ ਸੀ। ਫਿਰ ਡਾਕੇ ਤੋਂ ਬਾਅਦ ਮੈਂ ਭਾਅ ਜੀ ਨੂੰ ਕਿਹਾ ਕਿ ਮੈਂ ਭਾਅ ਜੀ ਕੁਛ ਮੈਂ ਆਪਣਾ ਕਰਨਾ ਚਾਹੁੰਦਾ, ਹੁਣ ਮੈਨੂੰ ਲੱਗਦਾ ਕਿ ਮੈਂ ਆਪਣਾ ਬਣਾ ਸਕਦਾ ਵਾਂ, ਅਤੇ ਫਿਰ ਭਾਅ ਜੀ ਨੇ ਮੈਨੂੰ ਕਿਹਾ, ਮੈਂ ਇੱਕ ਸੰਧੂ ਦਾ ਸ਼ੂਟ ਚੱਲਦਾ ਸੀ, ਇੱਕ ਸੀ ਸੰਧੂ ਦਾ, ਫਿਰ ਭਾਅ ਜੀ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਕਹਿੰਦੇ ਕਿ ਤੂੰ ਕਹਿੰਦਾ ਆਪਣਾ ਕਰਨਾ ਚਾਹੁੰਦਾ, ਲੈ ਤੇਰੇ ਲਈ, ਮਤਲਬ ਇੱਕ ਹਿਸਾਬ ਦਾ ਮੇਰੇ ਲਈ ਉਹ ਗਿਫਟ ਹੀ ਸੀ, ਅਤੇ ਭਾਅ ਜੀ ਨੇ ਮੈਨੂੰ ਕੰਸੈਪਟ ਸੁਣਾਇਆ, ਮੈਨੂੰ ਕੰਸੈਪਟ ਬਹੁਤ ਜ਼ਿਆਦਾ ਵਧੀਆ ਲੱਗਿਆ, ਅਤੇ ਮੈਂ ਭਾਅ ਜੀ ਮੈਂ ਪੂਰੀ ਮਿਹਨਤ ਕਰੂੰਗਾ ਇਹਦੇ 'ਤੇ, ਅਤੇ ਮੈਂ ਇਹਨੂੰ ਬਣਾਊਂਗਾ, ਅਤੇ ਭਾਅ ਜੀ ਨੇ ਬਹੁਤ ਮੇਰੀ ਹੈਲਪ ਕੀਤੀ ਛੋਟੀ ਛੋਟੀ ਚੀਜ਼ਾਂ 'ਚ, ਕਿਉਂਕਿ ਉਹਨਾਂ ਨੇ ਸਟੋਰੀ ਵੀ ਬਹੁਤ ਵਧੀਆ ਸੀ, ਅਤੇ ਸਟੋਰੀ ਡਾਇਲੋਗਸ ਇਹ ਚੀਜ਼ਾਂ, ਅਤੇ ਫਿਰ ਕਰੈਕਟਰ ਦੀ ਗੱਲ ਚੱਲੀ ਕਿ ਕਰੈਕਟਰ ਕੌਣ ਹੋਵੇ, ਅਤੇ ਫਿਰ ਗਿੱਪੀ ਭਾਅ ਜੀ ਕਹਿੰਦੇ ਕਿ ਆਪਣਾ ਪ੍ਰਿੰਸ ਭਾਅ ਜੀ ਤੋਂ ਬੈਟਰ ਇਹ ਨਹੀਂ ਕੋਈ ਕਰ ਸਕਦਾ, ਜੋ ਮੈਨੂੰ ਲੱਗਦਾ ਕਿ ਜਿੱਦਾਂ ਦਾ ਆਪਣਾ ਕਰੈਕਟਰ ਆ ਥੋੜ੍ਹਾ ਜਿਹਾ ਅਮਲੀ ਜਿਹੇ ਟਾਈਪ ਦਾ, ਅਤੇ ਪ੍ਰਿੰਸ ਭਾਅ ਜੀ ਪਰਫੈਕਟ ਆ ਮੈਨੂੰ ਲੱਗਦਾ, ਅਤੇ ਅਸੀਂ ਫਿਰ ਪ੍ਰਿੰਸ ਭਾਅ ਜੀ ਨਾਲ ਗੱਲ ਕੀਤੀ, ਪ੍ਰਿੰਸ ਭਾਅ ਜੀ ਵੀ ਨਾਲ ਹੀ ਹੁੰਦੇ ਸੀ ਉਦੋਂ ਵੀ, ਅਤੇ ਫਿਰ ਉਹ ਚੀਜ਼ਾਂ ਜੁੜਦੀਆਂ, ਫਿਰ ਰਿਜ਼ਲਟ ਹੁਣ ਤੁਹਾਡੇ ਸਾਹਮਣੇ ਹੀ ਆ। ਨਹੀਂ ਬਾਈ ਦੀ ਇੰਨੀ ਵੱਡੀ ਗੱਲ ਹੈ ਇਹ ਵੀ, ਬਾਈ ਕਰ ਚਾਹੁੰਦੇ ਤਾਂ ਆਪ ਵੀ ਕਰ ਸਕਦੇ ਸੀ ਉਹ ਰੋਲ, ਪਰ ਬਾਈ ਇਹ ਗੱਲ ਹੈ ਵੀ ਜੇ ਐਜ਼ ਏ ਰਾਈਟਰ ਉਹ ਸੋਚਦੇ ਨੇ ਵੀ ਮੇਰੇ ਜਿਹੜੀ ਕਰੈਕਟਰ ਹੈ ਉਹਦੇ ਨਾਲ ਜਿਹੜਾ ਜਸਟਿਸ ਹੈ ਉਹ ਪ੍ਰਿੰਸ ਕਵਲਜੀਤ ਨੇ ਕੀਤਾ ਵੀ ਹੈਗਾ ਮੈਨੂੰ ਲੱਗਦਾ, ਐਜ਼ ਏ ਡਾਇਰੈਕਸ਼ਨ ਤੈਨੂੰ ਲੱਗਦਾ ਵੀ ਜਿਹੜਾ ਪ੍ਰਿੰਸ ਦਾ ਜਿਹੜਾ ਰੋਲ ਸੀਗਾ ਉਹ ਲਿਖਿਆ ਇਸ ਕਦਰ ਗਿਆ ਸੀਗਾ, ਜਾਂ ਤੁਹਾਡੇ ਵੱਲੋਂ ਉਹਨਾਂ ਨੂੰ ਹਦਾਇਤ ਸੀਗੀ, ਜਾਂ ਉਹਨਾਂ ਨੇ ਆਪਣੇ ਵੱਲੋਂ ਇੰਪਰੂਵ ਕਰਕੇ ਉਹੋ ਜਿਹੜਾ ਕਰੈਕਟਰ ਸਾਡੇ ਸਾਹਮਣੇ ਆਇਆ ਜਿਹੜਾ ਬਿਲਡ ਕੀਤਾ ਉਹਨਾਂ ਨੇ ਕਰੈਕਟਰ ਉਹ ਆਪਣੇ ਆਪ ਕੀਤਾ ਜਾਂ ਤੁਸੀਂ ਸੀਗੇ ਜਾਂ ਕਹਾਣੀ ਸੀਗੀ ਉਹ ਜੀ? ਦੇਖੋ ਜੀ, ਇੱਕ ਤਾਂ ਕਹਾਣੀ ਦੀ ਡਿਮਾਂਡ ਵੀ ਇੱਦਾਂ ਦਾ ਹੀ ਬੰਦਾ ਸੀ, ਠੀਕ ਆ, ਅਤੇ ਬਾਕੀ ਪ੍ਰਿੰਸ ਭਾਅ ਜੀ ਨੇ ਜੋ ਉਹ ਕਰੈਕਟਰ ਨੂੰ ਨਿਭਾਇਆ ਉਹ ਤਾਂ ਤੁਹਾਨੂੰ ਪਤਾ ਹੀ ਕਾਬਿਲੇ ਤਾਰੀਫ ਆ, ਅਤੇ ਕਿਉਂਕਿ ਗਿੱਪੀ ਭਾਅ ਜੀ ਨੇ ਲਿਖਿਆ ਵੀ ਸੀਗਾ ਕਿ ਹੁਣ ਜਦੋਂ ਹੁਣ ਆਪਣੇ ਕੋਲ ਕਰੈਕਟਰ ਆਪਣੇ ਸਾਹਮਣੇ ਹੁੰਦਾ ਆਪਾਂ ਦੇਖ ਲਿਆ ਕਿ ਪ੍ਰਿੰਸ ਭਾਅ ਜੀ ਇਹ ਵਧੀਆ ਕਰ ਸਕਦੇ, ਅਤੇ ਫਿਰ ਅਸੀਂ ਜਦੋਂ ਡਾਇਲੋਗ ਭਾਅ ਜੀ ਹੁਣੀ ਲਿਖਣੇ ਡਾਇਲੋਗ ਪਹਿਲੇ ਵੀ ਲਿਖੇ ਹੋਏ ਸੀ ਸਾਰੇ, ਕਿਉਂਕਿ ਭਾਅ ਜੀ ਨੇ ਨਾ ਇੱਥੇ ਬਹੁਤ ਟਾਈਮ ਦਾ ਵਰਕ ਕੀਤਾ ਹੋਇਆ ਸੀ, ਕਿ ਉਹਨਾਂ ਕੋਲ ਕਹਿੰਦੇ ਸੀ ਮੇਰੇ ਕੋਲ ਬਹੁਤ ਪੁਰਾਣੀ ਪਈ ਹੋਈ ਆ, ਅਤੇ ਉਹ 'ਤੇ ਫਿਰ ਬਾਅਦ 'ਚ ਜੋ ਪ੍ਰਿੰਸ ਭਾਅ ਜੀ ਦੇਖ ਲਏ ਕਿ ਇੱਦਾਂ ਦਾ ਬੋਲ ਸਕਦਾ ਡਾਇਲੋਗ, ਫਿਰ ਜਦੋਂ ਹਰ ਇੱਕ ਟੀਮ ਬਹਿੰਦੀ ਆ ਸਾਰਾ ਹੁੰਦਾ, ਅਤੇ ਫਿਰ ਬਾਅਦ 'ਚ ਡਾਇਲੋਗ ਬਹੁਤ ਨੈਚੁਰਲ ਜਿਹੀ ਗੱਲਾਂ ਹੀ ਸੀ ਵੈਸੇ ਤਾਂ, ਅਤੇ ਪਰ ਉਹ ਜਿਹੜੀਆਂ ਗੱਲਾਂ ਕਹਿਣ ਦਾ ਵੇ ਹਰ ਤਰੀਕੇ 'ਤੇ ਸਿਚੁਏਸ਼ਨ 'ਤੇ ਜਿਹੜੀ ਗੱਲ ਹੋਈ ਆ, ਅਤੇ ਫਿਰ ਉਹ ਵਧੀਆ ਹੀ ਹੋਈ ਹੈ ਜੀ। ਭਾਅ ਜੀ ਕਿੰਨੇ ਐਪੀਸੋਡ ਆਉਣਗੇ ਇਸ ਦੇ? ਇਹਦੇ ਜੀ ਆਪਣੇ ਫਸਟ ਸੀਜ਼ਨ ਆਊਗਾ, ਫਸਟ ਸੀਜ਼ਨ ਦੇ ਵਿੱਚ 5 ਐਪੀਸੋਡ ਹੋਣਗੇ ਜੀ, ਫਿਰ ਉਸ ਤੋਂ ਬਾਅਦ ਆਪਣਾ ਸੈਕਿੰਡ ਸੀਜ਼ਨ ਆਊਗਾ, ਉਹਨੂੰ ਫਿਰ ਥੋੜ੍ਹਾ ਹੋਰ ਗੈਪ ਦੇਵਾਂਗੇ ਆਪਾਂ ਜੀ। ਸੋ ਜਿਹੜੇ ਇਸ ਐਪੀਸੋਡ ਦੇ ਵਿੱਚ ਅਸੀਂ ਅਦਾਕਾਰ ਦੇਖੇ ਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਅਦਾਕਾਰ ਇਹਦੇ ਵਿੱਚ ਨੇ, ਸੈਕਿੰਡ ਜਾਂ ਥਰਡ ਜਾਂ ਫੋਰਥ ਜਾਂ ਫਿਫਥ ਐਪੀਸੋਡ ਦੇ ਵਿੱਚ ਹੋਰ ਕਿਹੜੇ ਕਿਹੜੇ ਐਕਟਰ ਤੁਸੀਂ ਲੈ ਕੇ ਆ ਰਹੇ ਹੋ ਇਸ ਵੈਬ ਸੀਰੀਜ਼ ਦੇ ਵਿੱਚ? ਉਹ ਮੈਂ ਕਹਿੰਦਾ ਕਿ ਜਦੋਂ ਟ੍ਰੇਲਰ ਆਊਗਾ ਤੁਸੀਂ ਆਪ ਹੀ ਦੇਖੋ ਤਾਂ ਬੈਟਰ ਹੋਊਗਾ। ਥੋੜ੍ਹਾ ਸਾਨੂੰ ਹਿੰਟ ਤਾਂ ਦੇ ਦਿਓ ਮੈਨੂੰ ਦਰਸ਼ਕਾਂ ਨੂੰ ਥੋੜ੍ਹਾ। ਹਿੰਟ ਤੁਸੀਂ ਟ੍ਰੇਲਰ ਤੋਂ ਹੀ ਦੇਖਿਓ ਜੀ। ਹਾਂ, ਫਿਰ ਮੈਂ ਕਹਿੰਦਾ ਕਿ ਮਜ਼ਾ ਨਾ ਖਰਾਬ ਹੋਵੇ, ਤੁਸੀਂ ਨਵੇਂ ਕਾਫੀ ਨਵੇਂ ਕਰੈਕਟਰ ਆ ਰਹੇ ਆ ਕਾਫੀ, ਅਤੇ ਤੁਹਾਨੂੰ ਦੇਖ ਕੇ ਟ੍ਰੇਲਰ ਦੇਖ ਕੇ ਤੁਹਾਨੂੰ ਮਜ਼ਾ ਆਊਗਾ ਜੀ। ਸੋ ਭਾਅ ਜੀ ਆਪ ਵਾਰਨਿੰਗ ਦੀ ਗੱਲ ਕੀਤੀ, ਤੁਹਾਡੇ ਹੋਰ ਕੋਈ ਨਵੇਂ ਪ੍ਰੋਜੈਕਟ ਜਿਹੜੇ ਆਉਣ ਵਾਲੇ ਜੀ ਉਹਨਾਂ ਬਾਰੇ ਸਾਨੂੰ ਦੱਸ ਦਿਓ। ਨਹੀਂ ਜੀ, ਹਜੇ ਤਾਂ ਸਿਰਫ ਆਪਾਂ ਵਾਰਨਿੰਗ 'ਤੇ ਹੀ ਫੋਕਸ ਆ ਆਪਣਾ ਜੀ, ਪਹਿਲਾਂ ਇਹੀ ਆਪਣੇ ਤਰੀਕੇ ਨਾਲ ਬਣਾਵਾਂਗੇ ਵਧੀਆ ਤਰੀਕੇ ਨਾਲ, ਅਤੇ ਫਿਰ ਬਾਕੀ ਬਾਅਦ 'ਚੋਂ ਬਾਕੀ ਚੀਜ਼ਾਂ ਸੋਚਾਂਗੇ। ਛੋਟੇ ਪੁੱਛਣਾ ਚਾਹੁੰਦਾ, ਗਿੱਪੀ ਭਾਅ ਵੀ
ਆਪਾਂ ਬਾਅਦ ਚ ਹੀ ਦੱਸਾਂਗੇ ਜੀ ਸਾਰਾ ਕੁਛ ਰਿਵੀਲ ਬਾਅਦ ਚ ਕਰਾਂਗੇ ਪੂਰੀ ਵਾਰਨਿੰਗ ਦਿੱਤੀ ਹੈ ਵੀ ਕੁਛ ਨਹੀਂ ਦੱਸਣਾ ਹਾਂ ਕੁਛ ਨਹੀਂ ਦੱਸਣਾ ਅਤੇ ਤੁਸੀਂ ਜੋ ਜੋ ਚੀਜ਼ਾਂ ਆਪਣੇ ਆਪ ਤੁਹਾਡੇ ਕੋਲ ਸਾਰਾ ਕੁਛ ਸਾਹਮਣੇ ਆਏ ਨਾ ਥੋੜ੍ਹੇ ਦਿਨਾਂ ਤੱਕ ਹੁਣ ਸੈਕਿੰਡ ਐਪੀਸੋਡ ਦਾ ਥੋੜ੍ਹਾ ਜਿਹਾ ਕਹੀਂ ਛੋਟੀ ਜਿਹੀ ਲੁੱਕ ਛੱਡਾਂਗੇ ਅਤੇ ਉਹ ਤੁਹਾਨੂੰ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿ ਅੱਗੇ ਕੀ ਹੋਣ ਵਾਲਾ ਜੀ ਮਤਲਬ ਹਰ ਟ੍ਰੇਲਰ ਪਹਿਲਾਂ ਐਪੀਸੋਡ ਤੋਂ ਪਹਿਲਾਂ ਟ੍ਰੇਲਰ ਆਏਗਾ ਅਤੇ ਗਾਣਾ ਆਏਗਾ ਹਾਂਜੀ ਇੱਕ ਟ੍ਰੇਲਰ ਆਊਗਾ ਫਿਰ ਆਪਣਾ ਸੈਕਿੰਡ ਐਪੀਸੋਡ ਦਾ ਜਿਹੜਾ ਟ੍ਰੇਲਰ ਆਇਆ ਫਿਰ ਗਾਣਾ ਆਇਆ ਅਤੇ ਫਿਰ ਐਪੀਸੋਡ ਆਊ ਸੋ ਗਾਣਾ ਅਗਲਾ ਕਿਹਨਾਂ ਦੀ ਆਵਾਜ਼ ਦੇ ਵਿੱਚ ਸਾਨੂੰ ਸੁਣਨ ਨੂੰ ਮਿਲੇਗਾ ਅਗਲਾ ਮਿਲੂਗਾ ਜੀ ਜੋਰਡਨ ਸੰਧੂ ਜੀ ਦਾ ਜੀ ਹਾਂਜੀ ਠੀਕ ਹੈ ਸੋ ਥੈਂਕ ਯੂ ਸੋ ਮਚ ਭਾਜੀ ਤੁਸੀਂ ਸਾਡੇ ਨਾਲ ਆਏ ਗੱਲਬਾਤ ਕੀਤੀ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਪੰਜਾਬੀ ਮੀਨੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਪੰਮੇ ਨੂੰ ਫੜ ਕੇ ਲਿਆ ਪੰਮਾ ਕਿਤੇ ਨਹੀਂ ਗਿਆ ਪੰਮਾ ਮੇਰੇ ਨਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਪ੍ਰਿੰਸ ਭਾਜੀ ਕੀ ਹਾਲ ਚਾਲ ਹੈ ਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਵਧੀਆ ਹੁਣ ਤਾਂ ਲੋਕ ਵਾਰਨਿੰਗਾਂ ਦੇ ਰਹੇ ਤੁਹਾਡੇ ਵਿਰੋਧੀਆਂ ਨੂੰ ਨਹੀਂ ਉਹ ਗਿੱਪੀ ਬਾਈ ਜੀ ਨੇ ਕਰੈਕਟਰ ਹੀ ਐਸਾ ਖੜਾ ਕਰਤਾ ਵੀ ਉਹ 'ਚ ਮਜ਼ਾ ਮੈਨੂੰ ਵੀ ਬਹੁਤ ਮਜ਼ਾ ਆਇਆ ਪਹਿਲਾਂ ਮੈਨੂੰ ਐਂ ਸੀਗਾ ਵੀ ਠੀਕ ਆ ਚਲੋ ਇੱਕ ਐਪੀਸੋਡ ਕੀਤਾ ਯਾਰ ਓਕੇ ਠੀਕ ਆ ਜੋ ਮਰ ਗਿਆ ਤਾਂ ਕੋਈ ਨਹੀਂ ਹੈ ਨਾ ਹੁਣ ਜਦੋਂ ਕੱਲ੍ਹ ਦਾ ਉਹ ਕੰਮ ਚੱਲਿਆ ਹੋਵੇ ਪੰਮਾ ਜਿਉਂਦਾ ਕਰੋ ਲੋਕ ਲਹਿਰ ਚੱਲ ਗਈ ਫਿਰ ਮੈਨੂੰ ਵੀ ਆ ਵੀ ਯਾਰ ਥੋੜ੍ਹਾ ਜਿਹਾ ਹੋਵੇ ਹੋਵੇ ਫਿਰ ਉੱਤੋਂ ਕੱਲ੍ਹ ਇੱਕ ਪੋਸਟ ਮੈਨੂੰ ਕਿਸੇ ਨੇ ਭੇਜੀ ਸਕਰੀਨਸ਼ੋਟ ਮਾਰ ਕੇ ਅਤੇ ਮੈਂ ਉਹ ਇੰਸਟਾ 'ਤੇ ਪਾ ਤੀ ਔਰ ਉਹਦੇ 'ਤੇ ਸੀਗਾ ਵੀ ਪੰਮ ਵੀ ਜਿਉਂਦਾ ਕਰੋ ਇਹਨੂੰ ਬੰਦੇ ਨੇ ਕਾਫੀ ਲਿਖਿਆ ਸੀ ਅਤੇ ਥੱਲੇ ਪੀਟਰ ਬਿਰਦੀ ਬਾਈ ਜੀ ਦਾ ਆ ਗਿਆ ਯੂਕੇ ਵਾਲਿਆਂ ਦਾ ਬਹੁਤ ਉਹ ਕਹਿੰਦੇ ਵੀ ਵਾਂਟ ਪੰਮਾ ਅਤੇ ਵੀ ਮੈਂ ਗਿੱਪੀ ਬਾਈ ਜੀ ਨੂੰ ਕਹਿੰਦਾ ਇਹ ਅਰਜ ਕਰਦਾ ਵੀ ਭਾਈ ਇਹਨੂੰ ਦੁਬਾਰਾ ਜਿਉਂਦਾ ਉਹਦੇ ਨਾਲ ਹੋਰ ਉਹ ਚੱਲਿਆ ਕੰਮ ਫਿਰ ਬਾਈ ਜੀ ਜਿੱਦਾਂ ਆਪਾਂ ਦੇਖਦੇ ਹਾਂ ਫਿਲਮ ਇਹਦੇ ਵੈਬ ਸੀਰੀਜ਼ ਦੇ ਵਿੱਚ ਚਟਾਕੇ ਤੁਹਾਡੇ ਪੈ ਰਹੇ ਆ ਬੰਦੂਕ ਤੁਹਾਡੇ ਚੱਲ ਨਹੀਂ ਰਹੀ ਤੁਹਾਡੇ ਨਾਲ ਕਿੰਨੇ ਕੁ ਚਟਾਕੇ ਖਾਣੇ ਪਏ ਕਿੰਨਾ ਕੁ ਰੀਟੇਕ ਹੋਇਆ ਸੀਗਾ ਉਸ ਵੇਲੇ ਨਹੀਂ ਉਹ ਤਾਂ ਮੈਂ ਅਸਲ 'ਚ ਉਦੋਂ ਖੁਸ਼ ਹੋ ਗਿਆ ਵੀ ਜੱਸੀ ਬਾਈ ਥੀਏਟਰ ਕਰਦੇ ਆ ਸਾਡੇ ਥੀਏਟਰ ਵਾਲਿਆਂ ਦਾ ਥੋੜ੍ਹਾ ਜਿਹਾ ਹੁੰਦਾ ਵੀ ਨੈਚੁਰਲ ਵਾਲੇ ਚੱਕਰ 'ਚ ਮੇਰੇ ਉਹਨਾਂ ਨੇ ਦੋ ਮਾਰੀਆਂ ਕੰਨ 'ਤੇ ਠਾ ਠਾ ਸੱਚੀਓ ਪਈਆਂ ਅਸਲ 'ਚ ਵੀ ਇੱਕ ਵਾਰੀ ਤਾਂ ਮੈਨੂੰ ਐਂ ਹੋ ਗਿਆ ਬਾਹਰ ਆਉਂਦੇ ਦਿਨ ਮੈਂ ਕਿਹਾ ਫਿਰ ਮੈਂ ਕਿਹਾ ਭਾਅ ਜੀ ਨੈਚੁਰਲ ਦੇ ਚੱਕਰ 'ਚ ਤੁਸੀਂ ਵੀ ਇਹ ਨਾ ਹੋਵੇ ਮੇਰਾ ਕੰਨ ਦੁਖਾਉਂਦਾ ਵਧੀਆ ਹੋਇਆ ਉਹਦੇ ਰੀਟੇਕ ਜ਼ਿਆਦਾ ਨਹੀਂ ਹੋਏ ਉਹਦੇ ਸੋ ਭਾਅ ਜੀ ਜਿਹੜਾ ਇਹ ਪੰਮੇ ਦਾ ਕਿਰਦਾਰ ਹੈ ਇਹਦੇ ਲਈ ਤੁਹਾਨੂੰ ਕੀ ਕੁਝ ਵੱਖਰਾ ਕਰਨਾ ਪਿਆ ਵੀ ਜਿਹੜਾ ਆਡੀਅੰਸ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਵੱਖਰਾ ਵੀ ਮੈਂ ਮਿਹਨਤ ਜਿਹੜੀ ਵੀ ਇਹਦੇ 'ਤੇ ਅੰਦਰੋਂ ਜੀ ਕਰਦਾ ਹੁੰਦਾ ਸੀ ਵੀ ਯਾਰ ਮੈਂ ਇਹਦੇ 'ਤੇ ਕਰਾਂਗਾ ਨਹੀਂ ਆਪਾਂ ਜਾਂਦੇ ਹਾਂ ਸੈੱਟ 'ਤੇ ਰੋਲ ਕੀਤਾ ਠੀਕ ਹੈ ਮੈਂ ਅਸਲ 'ਚ ਰੰਗ ਮੇਰਾ ਗੋਰਾ ਬਾਈ ਨੂੰ ਚਾਹੀਦਾ ਸੀ ਬੰਦਾ ਕਾਲਾ ਗਲੂਟਾ ਮੈਨੂੰ ਇਹ ਵੀ ਸੀਗਾ ਵੀ ਇਹ ਨਾ ਹੋਵੇ ਇਸ ਗੱਲ 'ਚ ਵੀ ਰਹਿ ਜਾ ਮੈਂ ਵੀ ਯਾਰ ਇਹ ਉਵੇਂ ਬਣ ਨਹੀਂ ਸਕਿਆ ਜਿੱਦਾਂ ਦਾ ਚਾਹੀਦਾ ਸੀਗਾ ਵੀ ਨਿਰਾਸ਼ ਹੀ ਹੋ ਜੇ ਬੰਦਾ ਫਿਰ ਅਸੀਂ ਜਦੋਂ ਇੱਕ ਸੰਧੂ ਹੁੰਦਾ ਤਾਂ ਸ਼ੂਟ ਚੱਲਦਾ ਸੀਗਾ ਗਰਮੀ ਬਹੁਤ ਸੀਗੀ 44-45 ਐਂ ਕਰਕੇ ਹੁੰਦੀ ਸੀ ਐਕਸ਼ਨ ਚੱਲਦਾ ਸੀ ਫਿਰ ਮੈਨੂੰ ਨਾ ਮੈਂ ਉੱਥੇ ਤੁਰੇ ਫਿਰਦਿਆਂ ਉੱਥੇ ਕਰਾਊਡ ਆਉਂਦਾ ਹੁੰਦਾ ਸੀਗਾ ਮੁੰਡੇ ਉਹਨਾਂ ਦੇ ਸਪਲੈਂਡਰ ਮੋਟਰਸਾਈਕਲ ਹੁੰਦੇ ਸੀ ਉਹਨਾਂ ਕੋਲ ਮੈਂ ਨਿਗਾਹ ਰੱਖਦਾ ਸੀ ਇੱਕ ਅੱਧੇ ਨਾਲ ਮੈਂ ਫਿਰਦਾ ਸੀ ਹੁਣ ਡਾਇਲੋਗ ਲਿਖੇ ਆ ਅਤੇ ਐਕਟਰ ਸੀਗਾ ਬਲੌਨ ਨੂੰ ਮੈਨੂੰ ਫਿਰਦੇ ਹੁੰਦੇ ਸੀ ਮੈਂ ਮੁੰਡੇ ਨੂੰ ਵੀ ਹੈਲੋ ਹਾਏ 2 ਮਿੰਟ ਕਰਕੇ ਉਹਨੂੰ ਕਹਿੰਦਾ ਕਦੋਂ ਕਿਤੇ ਕਰ ਤੇਰਾ ਸ਼ੂਟ ਉਹਨੇ ਕਹਿੰਦਾ ਭਾਅ ਜੀ ਹੈਗਾ 2 ਘੰਟੇ ਲੈ ਚਾਬੀ ਦੇ ਮੋਟਰਸਾਈਕਲ ਦੀ ਮੈਂ ਫਿਰ ਨਾ ਉਹ ਜਿਹੜਾ ਟੈਨਿੰਗ ਕਰਨ ਲਈ ਕਾਲਾ ਹੋਣ ਲਈ ਫਿਰ ਮੈਂ ਨਿਕਲਦਾ ਸੀਗਾ ਮੇਕਅਪ ਤਾਂ ਕੀਤਾ ਉਹ 'ਚ ਪਰ ਵੀ ਥੋੜ੍ਹਾ ਬਹੁਤਾ ਮੇਕਅਪ ਹੀ ਕੀਤਾ ਵੀ ਜਿਹੜਾ ਸਕਰੀਨ 'ਤੇ ਠੀਕ ਲੱਗੇ ਉਹ ਸਾਰੀ ਮੈਂ ਟੈਨਿੰਗ ਕੀਤੀ ਹੋਈ ਆ ਮੈਂ ਅੱਧੀਆਂ ਬਾਹਾਂ ਵਾਲੀ ਪਾ ਕੇ ਅਤੇ ਮੋਟਰਸਾਈਕਲ 'ਤੇ 5-7 ਗੇੜੇ ਲਾ ਦਿੰਦਾ ਸੀ ਧੁੱਪੇ ਮੈਨੂੰ ਇਹ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਕਿਉਂਕਿ ਜਦੋਂ ਕਿਤੇ ਪਹਿਲਾਂ ਪਿੰਡ ਹੁੰਦੇ ਸੀਗੇ ਜਾਂ ਜਾਂਦੇ ਸੀ ਤਾਂ ਦੁਪਹਿਰੇ ਕਿਤੇ ਨਿਕਲ ਜਾਣਾ ਸਾਈਕਲ 'ਤੇ ਜਾਂ ਮੋਟਰਸਾਈਕਲ 'ਤੇ ਤਾਂ ਜਦੋਂ ਆ ਕੇ ਭਰਨਾ ਜਾਂ ਲਾਉਣਾ ਉਹ ਤਾਂ ਉਹ ਐਂ ਛਪਿਆ ਪਿਆ ਹੁੰਦਾ ਸੀਗਾ ਇੱਦਾਂ ਕਰਕੇ ਆਹ ਸਾਰੀ ਟੈਨਿੰਗ ਆ ਇੱਥੋਂ ਗੋਰੇ ਹੁੰਦੇ ਸੀ ਉਹ ਮੈਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹ 3-4 ਦਿਨਾਂ 'ਚ ਨਾ ਮੇਰੇ ਓਕੇ ਹੋ ਜੂਗਾ ਕੰਮ ਫਿਰ ਮੈਂ ਉਹ 3-4 ਦਿਨ ਮੈਂ ਦੇਖ ਕੇ ਸ਼ੂਟ ਸ਼ੁਰੂ ਹੋਣਾ ਸੀਗਾ ਅਤੇ ਉਹ ਫਿਰ ਮੈਂ ਸੰਧੂ ਦੇ ਸਾਈਡ ਤੋਂ ਮੋਟਰਸਾਈਕਲ ਲੈ ਕੇ ਧੁੱਪੇ ਗੇੜੇ ਲਾਉਂਦਾ ਹੁੰਦਾ ਸੀ ਜਿਹੜੀ ਮਿਹਨਤਾਂ ਨੇ ਰੰਗ ਲੈ ਕੇ ਆਈਆਂ ਨੇ ਤੁਹਾਡੇ ਕਹਿ ਸਕਦੇ ਹੋ ਨਾ ਤੁਸੀਂ ਕਹਿੰਦੇ ਵੀ 2013 ਦੇ ਵਿੱਚ ਉਹੋ ਜਿਹਾ ਪਿਆਰ ਮਿਲਿਆ ਜਾਂ ਫਿਰ ਹੁਣ ਜਾ ਕੇ ਇੰਨਾ ਪਿਆਰ ਮਿਲਿਆ ਆਡੀਅੰਸ ਦੇ ਵੱਲੋਂ ਕਿੰਨਾ ਕੁ ਮੰਨਦੇ ਹੋ ਵੀ ਇਸ ਲੈਵਲ ਤੱਕ ਪਹੁੰਚਣ ਵਾਸਤੇ ਜਾਂ ਪੰਮੇ ਨੂੰ ਲੋਕ ਇੰਨੇ ਮੈਸੇਜ ਕਰ ਰਹੇ ਨੇ ਇੱਕ ਲੋਕ ਲਹਿਰ ਬਣਨ ਵਾਸਤੇ ਪੰਮਾ ਨੂੰ ਜਿੰਦਾ ਕਰੋ ਕਿੰਨਾ ਕੁ ਮਿਹਨਤ ਲੱਗੀ ਮੇਰੀ ਨਹੀਂ ਮਿਹਨਤ ਲੱਗੀ ਮੇਰੀ
ਇਹਦੇ 'ਚ ਮੇਰੀ ਕੁਛ ਵੀ ਮਿਹਨਤ ਹੈ ਨਹੀਂ ਗੀ। ਮੈਂ ਨਾ ਵੈਸੇ ਵੀ ਮੈਂ ਚਾਹੁੰਦਾ ਹੀ ਹਮੇਸ਼ਾ ਜ਼ਿੰਦਗੀ 'ਚ ਮੈਂ ਡਾਇਰੈਕਟਰ ਬੁਆਏ ਬਣ ਕੇ, ਜਦੋਂ ਹੁਣ ਕਰਦੇ ਸੀਗੇ ਮੈਂ ਮਨੀਟਰ ਨਹੀਂ ਦੇਖਿਆ। ਅੱਛਾ। ਮੈਂ ਮਨੀਟਰ ਨਹੀਂ ਦੇਖਿਆ ਵੈਬ ਸੀਰੀਜ਼ 'ਤੇ। ਅੱਛਾ। ਵੀ ਡਾਇਰੈਕਟਰ ਕਰ ਰਿਹਾ, ਕੈਮਰਾਮੈਨ ਐਡਾ ਘੈਂਟ ਹੈ, ਡਾਇਰੈਕਟਰ ਤੁਹਾਨੂੰ ਘੈਂਟ ਦਿੱਤਾ, ਗਿੱਪੀ ਬਾਈ ਜੀ ਗਲਤ ਬੰਦਾ ਥੋੜ੍ਹੀ ਚੁਣਨਗੇ ਕੋਈ। ਬਿਲਕੁਲ। ਉਹਨਾਂ ਨੇ ਲਿਖੀ ਆ ਉਹ ਗੀਤੀ, ਅਤੇ ਮੈਂ ਮਨੀਟਰ ਦੇਖ ਕੇ ਕੀ ਕਰ ਲੂੰਗਾ ਬਈ। ਫਿਰ ਮੈਨੂੰ ਸੀਗਾ ਮੈਨੂੰ ਫੇਥ ਹੈ ਤੁਹਾਡੇ 'ਤੇ, ਜਿਵੇਂ ਫਿਰ ਉਹ ਮੈਨੂੰ ਕਰਵਾਉਂਦੇ ਸੀ। ਜ਼ਿਆਦਾ ਤਾਂ ਔਖਾ ਇਹਨਾਂ ਨੂੰ ਹੋਇਆ, ਇਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ ਮੈਨੂੰ ਕਰਵਾਉਣ ਲਈ। ਬਾਈ ਜੀ, ਇਸ ਕਿਰਦਾਰ ਦੇ ਲਈ ਡਾਇਰੈਕਟਰ ਦੇ ਵੱਲੋਂ ਇਹੋ ਜਿਹੀ ਮੰਗ ਸੀ ਜਾਂ ਕਹਾਣੀ ਇਹੋ ਜਿਹੀ ਮੰਗ ਕਰਦੀ ਸੀ, ਜਾਂ ਤੁਸੀਂ ਖੁਦ ਆਪਣੇ ਆਪ ਨੂੰ ਇੰਪਰੋਵਾਈਜ਼ ਕਰਿਆ ਇਸ ਕਰੈਕਟਰ ਦੇ ਲਈ? ਨਹੀਂ, ਇਹ ਗਿੱਪੀ ਬਾਈ ਜੀ ਦੀ ਮੰਗ ਸੀਗੀ। ਉਹਨਾਂ ਨੇ, ਅਸੀਂ ਸੰਧੂ ਕਰੀ ਜਾਂਦੇ ਸੀਗੇ, ਇੱਕ ਸੰਧੂ ਹੁੰਦਾ ਸੀ ਉੱਥੇ, ਫਿਰ ਜਦੋਂ ਮੈਂ ਕੋਲੇ ਰਹਿੰਦਾ ਸੀ ਅਤੇ ਬਾਈ ਕਹਿੰਦੇ ਵੀ ਐਂ ਕਹਾਣੀ, ਵਿਨੋਦ ਬਾਈ ਜੀ ਆ ਗਏ, ਹਰਦੀਪ ਵੀਰਾ ਸੀ, ਵੀ ਚਲੋ ਕੁਛ ਕਰੀਏ, ਵੀ ਫ੍ਰੀ ਜੇ ਬੈਠੇ ਭਾਅ ਜੀ, ਕੁਛ ਨਾ ਕੁਛ ਹੈ ਨਾ, ਬਿਜ਼ੀ ਕਰੀਏ ਸਾਰਿਆਂ ਨੂੰ। ਅਤੇ ਉਦੋਂ ਬਾਈ ਨੇ ਕਹਾਣੀ ਸੁਣਾਈ, ਉਦੋਂ ਬਾਈ ਕਹਿੰਦੇ ਵੀ ਐਡੀਸ਼ਨ ਰੱਖ ਲਓ, ਦੇਖ ਲਓ। ਫਿਰ ਉਹ ਚੱਲਿਆ, ਕਾਫੀ ਮੁੰਡੇ ਐਡੀਸ਼ਨ ਵਾਲੇ ਵੀ ਇਹਦੇ 'ਚ ਲਾਏ ਹੋਏ ਆ। ਅੱਛਾ। ਅਤੇ ਨਵੇਂ ਮੁੰਡੇ ਕਾਫੀ ਵਧੀਆ ਐਕਟਰ ਜਿਹੜੇ ਚੰਗੇ ਥੀਏਟਰ ਵਾਲੇ। ਫਿਰ ਇੱਕ ਫੋਟੋ ਸੀਗੀ, ਮੈਂ ਬਾਈ ਨੂੰ ਵੈਸੇ ਦਿਖਾਈ, ਮੈਨੂੰ ਕਹਿੰਦੇ ਤੂੰ ਇਹੋ ਜਿਹਾ ਵੀ ਲੱਗਦਾ ਹੋਣਾ, ਠੀਕ ਹੈ ਬਸ। ਅਤੇ ਕਹਿੰਦੇ ਤੈਨੂੰ ਮੈਂ ਕਿਹਾ ਸੀ ਨਾ ਵੀ ਕੋਈ ਨਹੀਂ ਤੇਰਾ ਲਾਂਭਾ ਲਾਊਂਗਾ। ਮੈਂ ਬਾਈ ਨੂੰ ਕਹਿੰਦਾ ਸੀ, ਮੈਂ ਕਿਹਾ ਬਾਈ ਮੈਨੂੰ ਕਰਾਓ, ਰੋਲ ਕਰਾਓ ਜੀ ਕੋਈ ਫਿਲਮ ਦੇ ਵਿੱਚ ਕਰਾਓ। ਉਹ ਐਕਟਰ ਸ਼ਾਂਤ ਨਹੀਂ ਨਾ ਹੁੰਦਾ। ਹਾਂ ਹਾਂ। ਅਤੇ ਬਾਈ ਕਹਿੰਦੇ ਕੋਈ ਨਹੀਂ। ਫਿਰ ਬਸ ਉਹ ਪੋਸਟਰ ਹੀ ਬਣ ਕੇ ਆਇਆ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਕਹਿੰਦੇ ਮੇਰੀ ਅੱਖ ਸੀ ਤੇਰੇ 'ਤੇ ਬਾਬਾ ਚਿਰ ਦੀ, ਮੈਂ ਲੱਭ ਰਿਹਾ ਸੀਗਾ ਵੀ ਯਾਰ ਕਿਹੜੀ ਕਿਹੜੀ ਕਹਾਣੀ ਕੀ ਹੋਵੇ ਜਿਹੜਾ ਕਰਾਈਏ। ਫਿਰ ਮੈਨੂੰ ਬਾਈ ਦੱਸਦੇ ਸੀ ਵੀ ਯਾਰ ਮੈਂ ਅਸਲ 'ਚ ਐਂ ਸਤਿ ਸ਼੍ਰੀ ਅਕਾਲ ਬੁਲਾਉਣਾ ਨਾ, ਮੈਂ ਜਦੋਂ ਵੀ ਬਾਈ ਚਾਹੇ ਮੈਂ ਮੈਸੇਜ ਕਰਾਂ ਬਾਈ ਜੀ ਨੂੰ, ਚਾਹੇ ਮੈਂ ਫੋਨ ਕਰਾਂ, ਮੇਰਾ ਇਹ ਪਹਿਲਾਂ ਹੀ ਹੁੰਦਾ ਵੀ ਬਾਈ ਸਤਿ ਸ਼੍ਰੀ ਅਕਾਲ ਜੀ, ਮੈਂ ਐਂ ਬੋਲਦਾ। ਮੈਨੂੰ ਕਹਿੰਦੇ ਤੂੰ ਕਿਵੇਂ ਕਰਦਾ ਹੁੰਦਾ ਉਹ, ਮੈਂ ਕਿਹਾ ਜੀ, ਮੈਂ ਕਹਿੰਦਾ ਬਾਈ ਸਤਿ ਸ਼੍ਰੀ ਅਕਾਲ ਜੀ, ਬਾਈ ਸਤਿ ਸ਼੍ਰੀ ਅਕਾਲ ਜੀ। ਅਤੇ ਕਹਿੰਦੇ ਬਸ ਐਂ ਆ ਜਾ ਥੱਲੇ, ਵੀ ਐਕਟ ਨਹੀਂ ਕਰਨਾ, ਨੈਚੁਰਲ ਜਮਾਂ ਵੀ ਲੱਗੇ ਯਾਰ। ਬਸ ਉਹੀ ਸਟਲ ਜਿਹੜੀ ਚੀਜ਼ ਸੀ, ਉਹੀ ਮਨੀਸ਼ ਜੀ ਆਪਣੇ ਕੈਮਰਾਮੈਨ, ਉਹ ਬਹੁਤ ਕਹਿੰਦੇ ਸੀ ਨਾ ਵੀ ਨਹੀਂ ਖਾਲੀ ਜਮਾਂ ਔਰ ਨੀਚੇ ਜਾਂਦਾ ਉੱਧਰੋਂ ਅਮਰ, ਨਹੀਂ ਨਹੀਂ ਭਾਅ ਜੀ ਨਹੀਂ ਭਾਅ ਜੀ, ਮੈਂ ਕਿਹਾ ਠੀਕ ਆ। ਮੈਂ ਉਵੇਂ ਕਰਦਾ ਰਿਹਾ, ਜਿਹਦੇ ਕਰਕੇ ਪੰਮਾ ਬਣ ਗਿਆ। ਮੰਗ ਇਹ ਗਿੱਪੀ ਬਾਈ ਜੀ ਦੀ ਸੀ ਵੀ ਯਾਰ ਉਹ ਇੱਦਾਂ, ਈਵਨ ਕਿ ਕੱਪੜਿਆਂ ਦੀਆਂ ਫੋਟੋਆਂ ਭੇਜ, ਉਹ ਕਰ ਐਵਰੀਥਿੰਗ, ਹਰ ਚੀਜ਼ ਬਾਈ ਉੱਥੋਂ ਕਹਿੰਦੇ ਸੀ ਹਾਂ ਯਾਰ ਆਹ ਠੀਕ ਆ, ਆਹ ਨਹੀਂ ਠੀਕ, ਆਹ ਠੀਕ, ਆਹ ਨਹੀਂ ਠੀਕ। ਇੱਕ ਚੀਜ਼ ਰਹਿ ਗਈ, ਜਿਹਨੇ ਪੰਮੇ ਨੂੰ ਬਣਾਇਆ, ਪੰਮੇ ਨੇ ਚਾਹ ਨਹੀਂ ਬਣਾਈ, ਇਸ ਕਰਕੇ ਪੰਮਾ ਬਣ ਗਿਆ। ਚਾਹ ਨਹੀਂ ਬਣਾਈ, ਜੇ ਕਿਸੇ ਨੂੰ ਕਿਹਾ ਤਾਂ ਉਹਨੇ ਮਾਰਤਾ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਵੀ 2 ਘੰਟੇ ਹੋ ਗਏ, 2.5 ਘੰਟੇ ਅਸੀਂ ਚਾਹ ਨਹੀਂ ਮੰਗੀ, ਡਰਦੇ ਮਾਰਾ ਤੋਂ ਕਿਤੇ ਬਾਈ ਹੋਰ ਨਾ ਕੁਛ ਪਿਆ ਦੇ ਸਾਨੂੰ। ਨਹੀਂ ਮੈਂ ਆਪ ਹੁਣ ਕਿਹਾ, ਦੇਖ ਕੇ ਆਸੇ ਪਾਸੇ, ਮੈਂ ਕਿਹਾ ਉਹ ਹਣੀ ਨਾ ਫਿਰਦਾ ਹੋਵੇ, ਮੈਂ ਕਿਹਾ ਚਾਹ ਹੀ ਪਿਆ ਦਿਓ। ਸੋ ਬਾਈ ਜੀ, ਆਪਾਂ ਜਾਂਦੇ ਹੋਏ ਤੁਹਾਡੇ ਤੋਂ ਗਾਣਾ ਸੁਣਨਾ ਚਾਹਾਂਗੇ, ਤੁਹਾਡਾ ਫੇਵਰੇਟ ਜਬ ਹਮ ਜਵਾਂ ਹੋਂਗੇ। ਅੱਛਾ, ਗਾਣਾ ਗਾਇਆ ਨਹੀਂ ਮੇਰੇ ਤੋਂ ਜਾਂਦਾ, ਵੈਸੇ ਵੀ ਐਂ ਆ ਵੀ ਜਬ ਹਮ ਜਵਾਂ ਹੋਂਗੇ ਜਾਣੇ ਕਹਾਂਗੇ। ਮੈਂ VCR ਦੇ ਵਿੱਚ ਮੈਂ ਪਹਿਲੀ ਫਿਲਮ ਦੇਖੀ ਸੀ। ਮੈਨੂੰ ਯਾਦ ਆ ਸਾਡੇ ਉੱਥੇ ਕੋਟਕਪੂਰੇ ਦਰਜੀ ਟੇਲਰ ਸੀਗੇ, ਮਾਸਟਰ ਕੇਅਰ ਮੇਹਰ, ਅਤੇ ਉਹਨਾਂ ਦਾ ਬੇਟਾ ਸੀਗਾ ਨੀਲਾ ਬਾਈ, ਉਹ ਬ੍ਰਦਰ ਦਾ ਦੋਸਤ ਸੀ, ਉਹਨਾਂ ਨੇ VCR ਲੈ ਕੇ ਆਉਂਦਾ। ਔਰ ਸਾਡੇ ਇਹ ਹੈ ਨਹੀਂ ਸੀ, ਸਾਡੇ ਤਾਂ TV ਬਹੁਤ ਚਿਰ ਬਾਅਦ ਆਇਆ, ਸਾਡੇ ਜਥੇਦਾਰ ਹੈ ਡੈਡੀ ਪੂਰਾ, ਉਵੇਂ ਮਾਹੌਲ ਆ, ਅਤੇ ਖਬਰਾਂ ਹੀ ਸੁਣੀਆਂ ਜਾਂਦੀਆਂ ਸੀ, ਹੋਰ ਤਾਂ ਹੈ ਨਹੀਂ। ਅਤੇ ਉਹ ਹੁਣ VCR ਵੀ ਮੈਂ ਰੋਵਾਂ ਵੀ ਯਾਰ ਮੈਨੂੰ ਦੇਖ ਤਾਂ ਲੈਣ ਦਿਓ, ਹੁੰਦਾ ਕਿਹੋ ਜਿਹਾ ਵੀ ਮੈਂ ਫਿਲਮ ਨਹੀਂ ਵੇਖਦਾ, ਮੈਂ VCR ਦੇਖ ਕੇ ਮੜਾਉਂਗਾ ਵੀ ਕੀ ਹੈ। ਔਰ ਉਹ ਪਹਿਲੀ ਫਿਲਮ ਸੀਗੀ ਬੇਤਾਬ। ਅੱਛਾ। ਹਾਂ, ਜਿਹੜੀ VCR 'ਤੇ ਦੇਖੀ ਮੈਂ। ਦੂਜੀ ਫਿਲਮ ਸੀ ਅਵਤਾਰ ਰਜੇਸ਼ ਖੰਨੇ ਦੀ, ਅਤੇ ਉਦੋਂ ਦਾ ਇਹ ਗਾਣਾ ਬਾਲੀ ਸੱਗੂ ਨੇ ਇਹਨੂੰ ਰੀਮਿਕਸ ਵੀ ਕੀਤਾ ਸੀ ਇੱਕ ਵਾਰੀ, ਵੀ ਬਹੁਤ ਮਜ਼ਾ ਆਉਂਦਾ। ਮੈਂ ਉੱਥੇ ਚਲਿਆ ਜਾਂਦਾ ਅਸਲ 'ਚ, ਮੈਨੂੰ ਤਾਂ ਸਵਾਦ ਆਉਂਦਾ ਵੀ ਜਿਹੜੀਆਂ ਸ਼ੁਰੂਆਤਾਂ ਜਦੋਂ ਇਹ ਗਾਣਾ ਚੱਲਦਾ ਪੈਂਦਾ। ਹੁਣ ਵੀ ਮੇਰਾ ਮੋਬਾਈਲ ਖੋਲ੍ਹ ਲਓ, ਸਾਰੇ ਪੁਰਾਣੇ ਗਾਣੇ ਉਵੇਂ ਉੱਦਾਂ ਦਾ ਮਾਹੌਲ ਆ, ਵੀ ਜਬ ਹਮ ਜਵਾਂ ਹੋਂਗੇ ਜਾਣੇ ਕਹਾਂਗੇ, ਇੰਨਾ ਕੀ ਹੁੰਦਾ, ਹਮ ਵਾਰਨਿੰਗ ਦੇਗੇ, ਪੰਮਾ ਵਾਰਨਿੰਗ ਦੇਗਾ ਜਵਾਬ ਹੋਗਾ। ਸੋ ਥੈਂਕ ਯੂ ਸੋ ਮਚ ਭਾਅ ਜੀ, ਸਾਡੇ ਨਾਲ ਆਏ, ਗੱਲਬਾਤ ਕੀਤੀ,
ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੈਬ ਸੀਰੀਜ਼ ਦੇ ਲਈ। ਅਸੀਂ ਵੀ ਗਿੱਪੀ ਭਾਈ ਨੂੰ ਇਹੀ ਕਹਾਂਗੇ, ਇਹ ਗੁਜ਼ਾਰਿਸ਼ ਕਰਾਂਗੇ ਵੀ ਪੰਮੇ ਭਾਈ ਨੂੰ ਜ਼ਰੂਰ ਜ਼ਿੰਦਾ ਕਰਨ, ਕੋਈ ਹੋਰ ਵੀ ਅਸੀਂ ਤੁਹਾਡਾ ਦੇਖੀਏ ਕੋਈ ਆਉਣ ਵਾਲੀਆਂ ਨਵੀਆਂ ਫਿਲਮਾਂ। ਪੋਸਤੀ ਉਹ ਬਹੁਤ ਮਜ਼ਾ ਕਰਾਇਆ ਵੀ ਰਾਣਾ ਰਣਵੀਰ ਭਾਅ ਜੀ ਨੇ ਜਿਹੜਾ ਮੇਰੇ ਤੋਂ ਕੰਮ ਕਰਵਾਇਆ, ਉਹ ਵੀ ਕੁਛ ਅਲੱਗ ਹੀ ਕਿਸਮ ਦਾ ਸਿਸਟਮ ਆ ਜਿਹੜਾ ਕੰਮ ਕਰਵਾਇਆ ਨਾ ਬਾਈ ਨੇ ਮੇਰੇ ਤੋਂ। ਬਸ ਉਹਨਾਂ ਦੀਆਂ ਵੀ ਮੈਂ ਬਹੁਤ ਮਿੰਨਤਾਂ ਕਰ ਦਿੰਦਾ ਬਾਈ ਮੈਨੂੰ ਰੋਲ ਕਰਾਇਆ। ਕਿਹੋ ਜਿਹਾ ਰੋਲ ਹੈ, ਕਿਹੋ ਜਿਹਾ ਥੋੜ੍ਹਾ ਜਿਹਾ ਤੁਹਾਨੂੰ ਹਿੰਟ ਦਿਓ। ਯਾਰ ਉਹ ਇੱਕ ਡਫਰ ਬੰਦਾ, ਤੁਸੀਂ ਦੇਖ ਲਓ ਵੀ ਜਿੱਦੇ ਮੈਂ ਫਸਟ ਡੇ ਗਿਆ ਸੈੱਟ 'ਤੇ ਮੇਰਾ ਇੱਕ ਮੋਨਟਾਜ ਹੀ ਰੱਖਿਆ ਸੀਗਾ ਬਾਈ ਨੇ, ਡਾਇਲੋਗ ਵੀ ਨਹੀਂ ਕੁਛ ਨਹੀਂ ਵੀ ਤੈਨੂੰ ਪਤਾ ਲੱਗੇ ਕਰੈਕਟਰ ਕੀ ਕਿਵੇਂ। ਮੈਂ ਐਂ ਜਾ ਕੇ ਪਹੁੰਚਿਆ, ਮੈਂ ਭਾਈ ਸਤਿ ਸ਼੍ਰੀ ਅਕਾਲ ਜੀ, ਸਰਹੰਦ ਵਾਲੀਆਂ ਨਹਿਰਾਂ 'ਤੇ ਕਰਦੇ ਸੀ, ਸਤਿ ਸ਼੍ਰੀ ਅਕਾਲ, ਹੋਰ ਪਿੰਸੇ, ਮੈਂ ਕਿਹਾ ਠੀਕ ਹੈ ਭਾਈ, ਠੀਕ ਹੈ ਜੀ। ਅਤੇ ਉਹ ਇਹ ਗੱਲ ਸੁਣੋ, ਉਹ ਸੋਟੀ ਲਓ, ਸੋਟੀ ਦਿੱਤੀ, ਕਹਿੰਦੇ ਆਹ ਲੈ ਜਾ ਜਾ ਯਾਰੀ ਪਾ ਦੇਣਾ। ਮੈਂ 2 ਘੰਟੇ ਉਹ ਨਹਿਰਾਂ ਦੇ ਇੱਧਰ ਦਰੱਖਤਾਂ 'ਚ 2 ਘੰਟੇ ਸੋਟੀ ਨਾਲ ਗੱਲਾਂ ਮਾਰਦਾ ਰਿਹਾ, ਉਹਦੇ ਨਾਲ ਦੋਸਤੀ ਪਾਉਂਦਾ ਰਿਹਾ, ਕਿਉਂਕਿ ਜਦੋਂ ਬੰਦਾ ਨਿਰਾਸ਼ ਆ ਤਾਂ ਉਹ ਸੋਟੀ ਰਗੜਦਾ ਰੇੜਦਾ ਜਾਂਦਾ, ਜਦੋਂ ਬੰਦਾ ਖੁਸ਼ ਆ ਸੋਟੀ ਘੁਮਾਉਂਦਾ, ਜਦੋਂ ਬੰਦਾ ਬੁਲੰਦੀ 'ਚ ਆ ਉਦੋਂ ਹਵਾ 'ਚ ਐਂ ਜਾਂਦੀ, ਜਦੋਂ ਗੁੱਸੇ 'ਚ ਆ, ਗੁੱਸਾ ਉਹਦਾ ਐਸਾ ਵੀ ਉਹ ਕਹਿ ਨਹੀਂ ਸਕਦਾ ਕਿਸੇ ਨੂੰ, ਅੰਦਰ ਹੀ ਹੈ, ਫਿਰ ਉਹ ਵੀ ਸਮਾਜ ਕਿਉਂ ਆਏ, ਹਾਲਾਂਕਿ ਆਪ ਅਮਲੀ ਹੈ ਪਰ ਉਹਨੂੰ ਸਮਾਜ ਦਾ ਬੜਾ ਉਹ ਰਹਿੰਦਾ ਵੀ ਉਹ ਇੱਧਰ ਮਾਰਦਾ ਹਵਾ 'ਚ ਕਰਕੇ, ਔਰ ਜਦੋਂ ਕਿਤੇ ਉਹ ਸਰਕਾਰਾਂ 'ਤੇ ਜਾਂ ਕਿਸੇ ਮੰਤਰੀਆਂ 'ਤੇ ਖੇਡਦਾ ਉਹ ਵੀ ਪੂਰਾ ਭਰ ਕੇ ਐਂ ਕਰਕੇ ਕਰਕੇ, ਫਿਰ ਉਹਦੀ ਕੋਈ ਆਵਾਜ਼ ਹੁੰਦੀ ਮੁਰਦਾਬਾਦ, ਔਰ ਇਹਦਾ ਟੈਗ ਲਾਈਨ ਹਰ ਨੂੰ ਕਹਿੰਦਾ, ਕਹਿੰਦਾ ਬੰਦੇ ਬਣੋ ਬੰਦੇ, ਇਹਦਾ ਹਮੇਸ਼ਾ ਹੀ ਰਹਿੰਦਾ। ਚਲੋ ਕਿਆ ਬਾਤ ਹੈ ਭਾਜੀ, ਥੈਂਕ ਯੂ ਸੋ ਮਚ ਸਾਡੇ ਨਾਲ ਇਹ ਗੱਲਬਾਤ ਕੀਤੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੰਮੇ ਦੇ ਕਿਰਦਾਰ ਦੇ ਲਈ, ਹੁਣ ਤੁਹਾਨੂੰ ਪੰਮਾ ਕਰਕੇ ਅਸੀਂ ਜ਼ਰੂਰ ਸੱਦਿਆ ਕਰਾਂਗੇ ਤੁਹਾਨੂੰ, ਥੈਂਕ ਯੂ ਸੋ ਮਚ ਭਾਜੀ। ਲਵ ਯੂ ਵੀਰੇ, ਲਵ ਯੂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਮੈਨੂੰ ਅਨੰਦਪ੍ਰੀਤ ਨੂੰ ਦੋ ਇਜਾਜ਼ਤ, ਵੇਖਦੇ ਰਹੋ ਪੰਜਾਬੀ ਮੀਨੀਆ, ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ, ਤੇ ਆਪਣੇ ਫੋਨ 'ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਕਲਿੱਕ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਧੀਰਜ ਕੁਮਾਰ। ਧੀਰਜ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੀਨੀਆ 'ਤੇ ਜੀ। ਥੈਂਕ ਯੂ ਜੀ। ਤੋ ਸਭ ਤੋਂ ਪਹਿਲਾਂ ਤਾਂ ਐਜ਼ ਅ ਲੀਡ ਐਕਟਰ ਆ ਰਹੇ ਹੋ, ਹੈ ਨਾ, ਅਤੇ ਇੰਨੀ ਦੂਰ ਦੀ ਤੁਹਾਡੀ ਸਟਰਗਲ ਰਹੀ, ਅਤੇ ਕਿਵੇਂ ਦਾ ਮਹਿਸੂਸ ਹੋ ਰਿਹਾ? ਨਹੀਂ, ਮੈਨੂੰ ਹਮੇਸ਼ਾ ਹੀ ਵਧੀਆ ਲੱਗਦਾ ਜੀ, ਮੇਰਾ ਓਨਾ ਹੀ ਜ਼ੋਰ ਦੂਜੀਆਂ ਫਿਲਮਾਂ 'ਤੇ ਲੱਗਦਾ ਜਿੰਨਾ ਇਸ ਫਿਲਮ 'ਤੇ ਲੱਗਿਆ, ਅਤੇ ਮੈਂ ਹਮੇਸ਼ਾ ਹੀ ਜਦੋਂ ਆਪਦਾ ਕਰੈਕਟਰ ਕਰਦਾ ਤਾਂ ਮੈਂ ਉਹਦੀ ਰਿਸਰਚ, ਉਹਦੇ 'ਤੇ ਵਰਕ, ਉਹਦੀ ਲੁੱਕ 'ਤੇ ਹਰ ਚੀਜ਼ 'ਤੇ ਕੰਮ ਓਨਾ ਹੀ ਕਰਨਾ ਪੈਂਦਾ, ਚਾਹੇ ਉਹ 2 ਮਿੰਟ ਦਾ ਕਰੈਕਟਰ ਹੋਏ ਚਾਹੇ ਉਹ 2 ਘੰਟੇ ਦਾ ਹੋਏ ਜੀ। ਇਸ ਫਿਲਮ ਲਈ ਸਪੈਸ਼ਲੀ ਤੁਸੀਂ ਕੀ ਸਪੈਸ਼ਲ ਪ੍ਰੈਪਰੇਸ਼ਨ ਕੀਤੀ ਇਸ ਕੈਰੇਕਟਰ ਦੇ ਲਈ ਜਿਹੜਾ ਤੁਸੀਂ ਪਲੇ ਕਰ? ਹਮੇਸ਼ਾ ਹੀ ਮੈਂ ਕੋਸਟਿਊਮ 'ਤੇ ਹਰ ਚੀਜ਼ 'ਤੇ, ਸਾਡੀ ਵਰਕਸ਼ਾਪ ਹੋਈ ਸੀ 12 ਦਿਨ ਦੀ DOP ਦੇ ਨਾਲ, ਮਤਲਬ ਮੈਂ ਪਹਿਲੀ ਵਾਰੀ, ਮੇਰਾ ਇਹ ਐਕਸਪੀਰੀਅੰਸ ਰਿਹਾ ਕਿ ਫਿਲਮ ਤੋਂ ਪਹਿਲਾਂ ਵਰਕਸ਼ਾਪ ਹੋ ਰਹੀ ਆ ਔਰ ਪੂਰੀ ਟੀਮ ਬੈਠੀ ਹੋਈ ਆ ਵਿਦ DOP ਬਲੋਕਿੰਗ ਹਰ ਚੀਜ਼, ਅਤੇ ਸਾਡੀ ਫਿਲਮ ਮੈਨੂੰ ਲੱਗਦਾ 90% ਫਸਟ ਟੇਕ ਗਈ ਆ ਔਰ ਅਸੀਂ 18 ਦਿਨ ਵਿੱਚ ਪੂਰੀ ਫਿਲਮ ਕੰਪਲੀਟ ਕੀਤੀ ਆ। ਅਤੇ ਸਾਡੇ DOP ਇੱਕ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਆ ਕਿ ਫਿਲਮ ਬਹੁਤ ਜਲਦੀ ਖਤਮ ਕੀਤੀ ਜਾ ਸਕਦੀ, ਉਹਦੇ ਦਿਨ ਉਦੋਂ ਵੱਧਦੇ ਆ ਜਦੋਂ ਸਟਾਰ ਕਾਸਟ ਸਟਾਰ ਫੀਲ ਲੈਂਦੀ ਆ, ਅਤੇ ਜਦੋਂ ਇੱਕ ਕੰਮ ਆਪਾਂ ਕਿਸੇ ਨੂੰ ਹਾਇਰ ਕੀਤਾ ਹੈ ਤਾਂ ਜਦੋਂ ਹਰ ਇੱਕ ਕਿਰਦਾਰ ਨੂੰ ਪਤਾ ਹੈ ਕਿ ਆਪਾਂ ਫਿਲਮ ਕਰ ਰਹੇ ਹਾਂ ਔਰ ਪੂਰੀ ਸ਼ਿੱਦਤ ਨਾਲ ਕੰਮ ਕਰਦਾ, ਤਾਂ ਉੱਥੇ ਉਹ ਫੀਲ ਆਉਂਦੀ ਨਹੀਂ ਔਰ ਫਿਲਮ 'ਚ ਜਿਵੇਂ ਕਿ ਇਹਦੀ ਜਲਦੀ ਸ਼ੂਟ। ਬਹੁਤ ਹੀ ਵਧੀਆ ਗੱਲ ਹੈ ਜੀ ਕਿ 90% ਤੁਸੀਂ ਕਹਿ ਰਹੇ ਹੋ ਕਿ ਫਸਟ ਟੇਕ ਦੇ ਵਿੱਚ ਹੋ ਗਿਆ, ਅਤੇ ਜਿੱਦਾਂ ਕਿ ਆਪਾਂ ਅੱਗੇ ਵੀ ਗੱਲ ਕੀਤੀ ਕਿ ਤੁਹਾਡੀ ਸਟਰਗਲ ਲੰਬੀ ਰਹੀ ਕਾਫੀ, ਸੋ ਤੁਹਾਡੀ ਸਟਰਗਲ ਸਟੋਰੀ ਕੀ ਹੈ ਸਾਡੇ? ਮੈਂ ਕਦੇ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ, ਮੈਂ ਕਦੇ ਵੀ ਨਹੀਂ ਇਹ ਕਹਿੰਦਾ ਹੁੰਦਾ ਕਿ ਸਟਰਗਲ ਸਟੋਰੀ, ਇੱਕ ਜਰਨੀ ਹੁੰਦੀ ਆ, ਇਹ ਸਾਡੇ ਲਈ, ਅਸੀਂ ਆਪਦੇ ਲਈ ਕਰਦੇ ਹਾਂ। ਮੈਨੂੰ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਸਟਰਗਲ ਹੁੰਦਾ ਉਹ ਦੂਜਿਆਂ ਲਈ ਕੀਤਾ ਜਾਂਦਾ, ਜਿਹੜਾ ਅਸੀਂ ਆਪਦੇ ਲਈ ਕੀਤਾ ਜਾਂਦਾ ਤਾਂ ਉਹ ਸਾਡੀ ਜਰਨੀ ਹੁੰਦੀ। ਤਾਂ ਮੈਨੂੰ ਵਧੀਆ ਲੱਗੀ ਹਮੇਸ਼ਾ, ਕਿਉਂਕਿ ਮੈਂ ਇਸ ਫੀਲਡ ਦਾ ਨਹੀਂ ਹੈਗਾ, ਮੈਂ ਮੇਰੇ ਘਰ 'ਚੋਂ ਕੋਈ ਨਹੀਂ ਇਸ ਫੀਲਡ 'ਚ ਹੈਗਾ, ਇੱਕ ਕਿਸਾਨ ਜਿਵੇਂ ਕਿ ਕਿਸਾਨ ਦਾ ਮੁੰਡਾ ਹੈਗਾ ਜੀ, ਤਾਂ ਉਹ ਜਰਨੀ ਇੱਕ ਬਹੁਤ ਬਿਊਟੀਫੁੱਲ ਹੈ, ਕਿਉਂਕਿ ਮੈਨੂੰ ਹੁਣ ਇਹ ਲੱਗਦਾ ਕਿ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੈਂ ਕ੍ਰਿਕਟਰ ਬਣਨਾ ਸੀ, ਹੁਣ ਮੈਨੂੰ ਲੱਗਦਾ ਕਿ ਨਹੀਂ, ਮੈਂ ਐਕਟਰ ਸ਼ਾਇਦ ਇਹਦੇ ਲਈ, ਮੈਂ ਐਕਟਿੰਗ ਲਾਈਨ ਲਈ ਬਣਿਆ ਹੋਇਆ, ਮੈਂ ਆਪਦੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਕਰ ਸਕਦਾ, ਮੈਂ ਆਪਦੀ ਫੀਲ ਨੂੰ, ਆਪਦੀ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝ ਸਕਦਾ, ਤਾਂ ਮੈਨੂੰ ਬਿਊਟੀਫੁੱਲ ਲੱਗਿਆ। ਮੈਂ ਕਦੇ ਵੀ ਮੈਨੂੰ ਸਟਰਗਲ ਨਹੀਂ ਲੱਗਿਆ, ਕਿਉਂਕਿ ਮੇਰੀਆਂ ਜ਼ਰੂਰਤਾਂ ਉਨੀਆਂ ਕੁ ਹੈਗੀਆਂ, ਸੀਮਤ ਜ਼ਰੂਰਤਾਂ ਨੇ, ਫਿਰ ਮੈਨੂੰ ਸਟਰਗਲ ਕਦੇ ਵੀ ਫੀਲ ਨਹੀਂ ਹੋਈ। ਤੁਸੀਂ ਕਿਹਾ ਤੁਸੀਂ ਕ੍ਰਿਕਟਰ ਬਣਨਾ ਚਾਹੁੰਦੇ ਜੀ, ਜੀ ਅਤੇ ਕੀ ਕਦੇ ਟਰਾਈ ਕੀਤਾ? ਨਹੀਂ, ਮੈਂ ਕਾਲਜ ਦੇ ਟਾਈਮ ਔਰ
ਬਾਹਰ ਸਕੂਲ ਟਾਈਮ ਖੇਡਦਾ ਰਿਹਾ ਬਟ ਮੇਰੇ ਫਾਦਰ ਸਾਹਿਬ ਇਹਦੇ ਅਗੇਂਸਟ ਹੈਗੇ ਸੀ ਉਹ ਮੈਨੂੰ ਮਿਊਜ਼ਿਕ ਲਾਈਨ 'ਚ ਮਤਲਬ ਹਮੇਸ਼ਾ ਮੈਂ ਇੰਟਰਵਿਊ 'ਚ ਕਹਿੰਦਾ ਹੁੰਦਾ ਕਿ ਮੈਂ ਜੇ ਇਸ ਲਾਈਨ 'ਚ ਹੈਗਾ ਮੈਂ ਆਪਦੇ ਫਾਦਰ ਸਾਹਿਬ ਦੀ ਵਜ੍ਹਾ ਕਰਕੇ ਹੈਗਾ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਇਸ ਲਾਈਨ 'ਚ ਆਵਾਂ ਔਰ ਕਦੇ ਵੀ ਉਹਨਾਂ ਕ੍ਰਿਕਟ ਖੇਡਣ ਨਹੀਂ ਦਿੱਤੀ ਕੁਛ ਘਰ ਤੋਂ ਵੀ ਐਂ ਸੀ ਕਿ ਕ੍ਰਿਕਟ ਕਦੇ ਨਹੀਂ ਖੇਡ ਪਾਏ ਕਦੇ ਇੰਨੀ ਅਕੈਡਮੀ ਨਹੀਂ ਜੁਆਇਨ ਕਰ ਪਾਏ ਬਟ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਕ੍ਰਿਕਟ ਦਾ ਪਰ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਮੈਂ ਫਿਰ ਪੰਜਾਬ ਯੂਨੀਵਰਸਿਟੀ ਮੈਂ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ 'ਚ ਐਡਮਿਸ਼ਨ ਲਈ ਪਹਿਲਾਂ ਮੈਂ ਮਿਊਜ਼ਿਕ ਦੀ ਮੇਰੀ ਸਾਰੀ ਸਟੱਡੀ ਹੈਗੀ ਹੈ ਜੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਹਾਂ ਮੈਂ ਸ਼ਾਇਦ ਇਸ ਲਾਈਨ ਲਈ ਬਣਿਆ ਫਿਰ ਮੈਨੂੰ ਵਧੀਆ ਲੱਗਦਾ ਹੁਣ ਮੈਨੂੰ ਤਾਂ ਇਹੀ ਖੁਸ਼ੀ ਹੁੰਦੀ ਹੈ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਕਿ ਮੇਰੇ ਘਰ ਦੇ ਜਾ ਕੇ ਸਿਨੇਮੇ 'ਚ ਫਿਲਮ ਦੇਖਦੇ ਆ ਤਾਂ ਉਹਨਾਂ ਦੀ ਜਿਹੜੀ ਸਮਾਈਲ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗਦੀ ਅੱਛਾ ਫਿਲਮ ਦੀ ਜਿਹੜੀ ਡਾਇਰੈਕਟਰ ਨੇ ਉਹਨਾਂ ਦਾ ਨਾਮ ਕਾਫੀ ਰੋਇਲ ਹੈ ਰੋਇਲ ਰਾਈਟ ਤੇ ਐਜ਼ ਅ ਡੈਬਿਊ ਕੰਮ ਕਰ ਰਹੇ ਨੇ ਇਸ ਫਿਲਮ ਵਿੱਚ ਐਜ਼ ਅ ਡਾਇਰੈਕਟਰ ਡੈਬਿਊ ਡਾਇਰੈਕਟਰ ਸੋ ਕਿਵੇਂ ਦਾ ਰਿਹਾ ਐਕਸਪੀਰੀਅੰਸ ਮੈਂ ਬਹੁਤ ਮਤਲਬ ਮੇਰਾ ਬਹੁਤ ਘੈਂਟ ਐਕਸਪੀਰੀਅੰਸ ਰਿਹਾ ਔਰ ਇੱਕ ਜਦੋਂ ਯੰਗ ਟੀਮ ਕੰਮ ਕਰ ਰਹੀ ਹੁੰਦੀ ਨਾ ਉਦੋਂ ਬਹੁਤ ਮਜ਼ਾ ਆਉਂਦਾ ਕਿਉਂਕਿ ਉਹ ਰੋਇਲ ਭਾਅ ਜੀ ਬਹੁਤ ਐਨਰਜੀ ਉਹਨਾਂ ਦੀ ਫਿਲਮ 'ਤੇ ਫੋਕਸ ਔਰ ਸੋਚਦੇ ਰਹਿਣਾ ਖਾਂਦੇ ਪੀਂਦੇ ਟਾਈਮ ਵੀ ਉਹ ਸੋਚਦੇ ਰਹਿੰਦੇ ਹੁੰਦੇ ਸੀ ਔਰ ਉਹਨਾਂ ਨਾਲ ਇੱਕ ਮੇਰਾ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਉਹ ਕਈ ਵਾਰੀ ਜਦੋਂ ਮੈਂ ਸੀਨ ਕਰ ਰਿਹਾ ਹੁੰਦਾ ਸੀ ਤਾਂ ਉਹ ਮੈਨੂੰ ਕਹਿ ਦਿੰਦੇ ਸੀ ਕਿ ਧੀਰਜ ਆਹ ਡਾਇਲੋਗ ਅਤੇ ਆਹ ਡਾਇਲੋਗ 'ਚ ਥੋੜ੍ਹਾ ਜਿਹਾ ਸਪੇਸ ਰੱਖੀ ਮੈਂ ਉੱਥੇ ਮਿਊਜ਼ਿਕ ਪਾਉਣਾ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਮਿਊਜ਼ਿਕ ਵੀ ਚੱਲ ਰਿਹਾ ਸੀ ਬੈਕਗਰਾਊਂਡ ਸਕੋਰ ਅਮਾਨਤ ਫਿਲਮ ਦਾ ਬਹੁਤ ਸਾਰਾ ਬੈਕਗਰਾਊਂਡ ਸਕੋਰ ਰਿਕਾਰਡਡ ਲਾਈਵ ਹੋਇਆ ਜੀ ਇਹ ਕਿਤੋਂ ਚੱਕਿਆ ਨਹੀਂ ਗਿਆ ਇਹ ਤੁਸੀਂ ਪਹਿਲਾਂ ਕਦੇ ਨਹੀਂ ਸੁਣੋਗੇ ਇਹ ਬਿਲਕੁਲ ਨਿਊ ਕ੍ਰੀਏਟ ਕੀਤਾ ਗਿਆ ਫਿਲਮ ਅਮਾਨਤ ਦੀ ਤੁਸੀਂ ਗੱਲ ਕੀਤੀ ਉਹਦਾ ਟ੍ਰੇਲਰ ਇੰਨਾ ਸੋਹਣਾ ਹੈ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸਾਰੀ ਆਡੀਅੰਸ ਦਾ ਥੈਂਕ ਯੂ ਕਹਾਂਗਾ ਕਿ ਉਹ ਫਿਲਮਾਂ ਚੰਗੀਆਂ ਫਿਲਮਾਂ ਨੂੰ ਸਪੋਰਟ ਕਰਦੀ ਆ ਆਡੀਅੰਸ ਔਰ ਮੈਨੂੰ ਬਹੁਤ ਅੱਛੇ ਰਿਵਿਊ ਆ ਰਹੇ ਆ ਬਹੁਤ ਅੱਛੇ ਮੈਸੇਜ ਆ ਰਹੇ ਆ ਕਿ ਇੱਕ ਅਲੱਗ ਤਰ੍ਹਾਂ ਦੀ ਫਿਲਮ ਆ ਤਾਂ ਮੇਰੀ ਸਾਡੀ ਸਾਰੀ ਟੀਮ ਦੀ ਕੋਸ਼ਿਸ਼ ਸੀ ਔਰ ਮੈਂ ਆਪਦੇ ਆਪ ਨੂੰ ਲੱਕੀ ਸਮਝਦਾ ਕਿ ਮੈਂ ਅਮਾਨਤ ਫਿਲਮ ਨਾਲ ਐਜ਼ ਅ ਮੇਨ ਲੀਡ ਸ਼ੁਰੂਆਤ ਕਰ ਰਿਹਾ ਜਿੱਦਾਂ ਦਾ ਮੇਰਾ ਜ਼ੋਨ ਆ ਕੰਮ ਕਰਨ ਦਾ ਜਾਂ ਜਿੱਦਾਂ ਦਾ ਕੰਮ ਮੈਨੂੰ ਪਸੰਦ ਆ ਔਰ ਮੈਂ ਪ੍ਰੋਡਿਊਸਰਸ ਨੂੰ ਬਹੁਤ ਥੈਂਕ ਯੂ ਕਹਾਂਗਾ ਕਿ ਜਿਨ੍ਹਾਂ ਨੇ ਪੈਸਾ ਲਾਇਆ ਕਿਉਂਕਿ ਜ਼ਿਆਦਾਤਰ ਪ੍ਰੋਡਿਊਸਰ ਹੁੰਦੇ ਆ ਕਿ ਉਹ ਦੇਖਦੇ ਆ ਸਟਾਰ ਫੇਸ ਦੇਖਦੇ ਆ ਉਹ ਪਹਿਲਾਂ ਸਟਾਰ ਫੇਸ ਹੋਊਗਾ ਉਸ ਹਿਸਾਬ ਨਾਲ ਚੱਲਦੇ ਆ ਪਰ ਮੈਨੂੰ ਪ੍ਰੋਡਿਊਸਰਸ ਐਨ ਕੇ ਸਿਨੇ ਪ੍ਰੋਡਕਸ਼ਨ ਧਰਮਵੀਰ ਸਰ ਅਤੇ ਕਿਰਨ ਮੈਮ ਦਾ ਮੈਂ ਥੈਂਕ ਯੂ ਕਹੂੰਗਾ ਕਿ ਜਿਨ੍ਹਾਂ ਨੇ ਇੱਕ ਥੀਏਟਰ ਆਰਟਿਸਟ 'ਤੇ ਪੈਸਾ ਲਾਇਆ ਕਿਉਂਕਿ ਆਪਾਂ 2-3 ਕਰੋੜ ਕਿਸੇ 'ਤੇ ਲਾਉਣੇ ਆ ਔਰ ਇੱਕ ਫਿਲਮ ਉਹਨਾਂ ਦੇ ਦਿਮਾਗ 'ਚ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਇੱਕ ਵਧੀਆ ਫਿਲਮ ਬਣਾਉਣੀ ਹੈ ਕਿਉਂਕਿ ਜਿਵੇਂ ਕਿ ਇਹਦੀ ਪ੍ਰੋਫਿਟ ਤਾਂ ਹਰ ਬੰਦਾ ਸੋਚ ਕੇ ਚੱਲਦਾ ਜਿਹਨੇ ਪੈਸੇ ਲਾਏ ਉਹ ਪ੍ਰੋਫਿਟ ਆ ਪਰ ਸਿਨੇਮੇ ਨੂੰ ਸਿਰਜਣਾ ਵੀ ਇੱਕ ਬਹੁਤ ਪਿਆਰੀ ਚੀਜ਼ ਬਿਲਕੁਲ ਜੀ ਅਤੇ ਤੁਹਾਨੂੰ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਨਾ ਅਤੇ ਬੈਸਟ ਕੰਪਲੀਮੈਂਟ ਕਿਹੜਾ ਮਿਲਿਆ ਤੁਹਾਨੂੰ ਟ੍ਰੇਲਰ ਦਾ ਕੀ ਦਿੱਤਾ ਮੈਨੂੰ ਬੈਸਟ ਕੰਪਲੀਮੈਂਟ ਇੱਕ ਮੇਰੀ ਫਰੈਂਡ ਹੈਗੀ ਆ ਉਹ ਇਸ ਲਾਈਨ ਤੋਂ ਉਹਨੇ ਕੁਛ ਲੈਣਾ ਦੇਣਾ ਨਹੀਂ ਨਾ ਉਹ ਇਸ ਲਾਈਨ ਤੋਂ ਮੈਂ ਉਹਨੂੰ ਐਵੇਂ ਟ੍ਰੇਲਰ ਸ਼ੇਅਰ ਕਰਤਾ ਅਤੇ ਉਹ ਨਾ ਮੈਨੂੰ ਮੈਸੇਜ ਆ ਕਹਿੰਦੀ ਯਾਰ ਤੂੰ ਤਾਂ ਬਹੁਤ ਵਧੀਆ ਕੰਮ ਕਰਦਾ ਇਹ ਤਾਂ ਟ੍ਰੇਲਰ ਬਹੁਤ ਵਧੀਆ ਕਦੇ ਫਿਲਮਾਂ ਨਹੀਂ ਦੇਖਦੀ ਤਾਂ ਮੈਨੂੰ ਉਹ ਬਹੁਤ ਵਧੀਆ ਲੱਗਿਆ ਕਿ ਉਹਨੇ ਹੈਰਾਨੀ ਜੀ ਨਾਲ ਮੈਨੂੰ ਕਿਹਾ ਕਿ ਯਾਰ ਇਹ ਤਾਂ ਟ੍ਰੇਲਰ ਬਹੁਤ ਸੋਹਣਾ ਹੈਗਾ ਮੈਂ ਕਿਹਾ ਤੂੰ ਮੈਨੂੰ ਐਂ ਦੱਸ ਰਹੀ ਹਾਂ ਵੀ ਜਿਵੇਂ ਵੀ ਇਹ ਟ੍ਰੇਲਰ ਬਹੁਤ ਮਾੜਾ ਮੈਂ ਕਿਹਾ ਕਹਿੰਦੀ ਇਹ ਟ੍ਰੇਲਰ ਵਾਕਈ ਇੰਨਾ ਸੋਹਣਾ ਮਤਲਬ ਕਹਿੰਦੀ ਤੂੰ ਕੰਮ ਕਰਦਾ ਉਹਨੇ ਮੇਰਾ ਕੋਈ ਕੰਮ ਨਹੀਂ ਦੇਗਾ ਮੈਨੂੰ ਉਹ ਬਹੁਤ ਵਧੀਆ ਲੱਗਿਆ ਅਤੇ ਸ਼ਾਮ ਕੌਸ਼ਲ ਜੀ ਨੇ ਵਿੱਕੀ ਕੌਸ਼ਲ ਦੇ ਫਾਦਰ ਸਾਹਿਬ ਉਹਨਾਂ ਦਾ ਮੈਨੂੰ ਮੈਸੇਜ ਆਇਆ ਉਹਨਾਂ ਨੂੰ ਮੈਂ ਟ੍ਰੇਲਰ ਭੇਜਿਆ ਸੀ ਤਾਂ ਉਹਨਾਂ ਦਾ ਮੈਨੂੰ ਮੈਸੇਜ ਆਇਆ ਅਤੇ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਹ ਕਹਿੰਦੇ ਕਿ ਇਮੋਸ਼ਨਸ ਨੂੰ ਬਹੁਤ ਪਿਆਰ ਨਾਲ ਹੋਲਡ ਰੱਖਿਆ ਗਿਆ ਤਾਂ ਮੈਨੂੰ ਵਧੀਆ ਲੱਗਿਆ ਬਾਕੀ ਜਿੰਨੇ ਵੀ ਦਰਸ਼ਕਾਂ ਨੇ ਮੈਸੇਜ ਕੀਤੇ ਮੇਰੇ ਲਈ ਸਾਰੀ ਖਾਸਾ ਜੀ ਫਿਲਮ ਦੀ ਫਿਲਮ ਇੰਡਸਟਰੀ ਦੇ ਕਾਫੀ ਸਟਾਰਸ ਨੇ ਜਿਵੇਂ ਕਿ ਗਿੱਪੀ ਜੀ ਦਲਜੀਤ ਜੀ ਪਰਮੇਸ਼ ਵਰਮਾ ਪਰਮੇਸ਼ ਨੇ ਤਾਂ ਇਨਫੈਕਟ ਵੀਡੀਓ ਵੀ ਬਣਾ ਕੇ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਨੇ ਮੇਰਾ ਬਹੁਤ ਕਰਦੇ ਆ ਮੈਂ ਬਹੁਤ ਜਿਵੇਂ ਕਹਿ ਦਈਏ ਗਿੱਪੀ ਭਾਅ ਜੀ ਦਲਜੀਤ ਭਾਅ ਜੀ ਪਰਮੇਸ਼ ਪਰਮੇਸ਼ ਤਾਂ ਜਿਵੇਂ ਕਹਿ ਦਈਏ ਇੱਕ ਰੌਕੀ ਮੈਂਟਲ ਤੋਂ ਯਾਰ ਦੋਸਤਾਂ ਵਰਗਾ ਉਹ ਤਾਂ ਮੈਨੂੰ ਕਈ ਵਾਰੀ ਕਹਿਣਾ ਹੁੰਦਾ ਕਿ ਤੇਰੀ ਫਿਲਮ ਦੀ ਮੈਂ ਪ੍ਰਮੋਸ਼ਨ ਕਰਾਂ ਤਾਂ ਮੈਂ ਸਾਰੀ ਇੰਡਸਟਰੀ ਦਾ ਬਹੁਤ ਥੈਂਕ ਯੂ ਕਹਾਂਗਾ ਕਿ ਜਿਨ੍ਹਾਂ ਨੇ ਮੈਂ ਫਿਲਮ ਜਦੋਂ ਕਰਨ ਆਇਆ ਤਾਂ ਸਾਰਿਆਂ ਨੇ ਸਪੋਰਟ ਕੀਤਾ ਗਿੱਪੀ ਭਾਅ ਜੀ ਤਾਂ ਮੈਨੂੰ ਮੈਸੇਜ ਆਉਂਦੇ ਰਹਿੰਦੇ ਆ ਕਿ ਇਹਦੇ ਵੀ ਭੇਜ ਦਿਆ ਕਰ ਜਿਹੜਾ ਕੁਛ ਵੀ ਆਉਂਦਾ ਸਾਰਾ ਕੁਛ ਤਾਂ ਮੈਨੂੰ ਖੁਸ਼ੀ ਹੋਈ ਕਿ ਸਪੋਰਟ ਕਰਦੇ ਆ ਸਾਰੇ ਇਹ ਇੱਕ ਫੈਮਿਲੀ ਦੀ ਤਰ੍ਹਾਂ ਸਾਡੀ ਇੰਡਸਟਰੀ ਹੈਗੀ ਉਹ ਵਧੀਆ ਲੱਗਦਾ ਸੋ ਜਾਣ ਤੋਂ ਪਹਿਲਾਂ ਤਾਂ ਬਹੁਤ ਬਹੁਤ ਆਲ ਦ ਬੈਸਟ ਜਿਹੜੀ ਤੁਹਾਡੀ ਫਿਲਮ ਆ ਰਹੀ ਹੈ ਅਤੇ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਫਿਲਮ ਬਾਰੇ ਟ੍ਰੇਲਰ ਬਾਰੇ ਜਾਣ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਜੀ 13 ਦਸੰਬਰ ਨੂੰ ਫਿਲਮ ਆ ਰਹੀ ਹੈ ਅਤੇ ਜ਼ਰੂਰ ਦੇਖਿਓ ਜੇ ਤੁਸੀਂ ਵਧੀਆ ਫਿਲਮਾਂ ਵਧੀਆ ਲਵ ਸਟੋਰੀ ਨੂੰ ਪਿਆਰ ਕਰਦੇ ਹੋ ਤਾਂ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਅਤੇ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਹਰ ਕਮੈਂਟ